ਸ਼ਮਾਦਾਨ ਰੇਡੀਓ ਪੰਜਾਬ ਟੁਡੇ ਸੁਣਨ ਵਾਲੇ ਤਮਾਮ ਸਰੋਤਿਆਂ ਨੂੰ ਮੇਰੇ ਵੱਲੋਂ ਸਦਾ ਜਸਵੀਰ ਸਿੰਘ ਭੱਟੀ ਸਦਾ ਬਖਤੌਰ ਸਿੰਘ ਢਿੱਲੋਂ ਪ੍ਰੋਫੈਸਰ ਅਵਿਨਾਸ਼ ਸਿੰਘ ਵੱਲੋਂ ਤਮਾਮ ਸਾਰੀ ਰੇਡੀਓ ਪੰਜਾਬ ਟੁਡੇ ਦੀ ਟੀਮ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਖੁਸ਼ਾਮਦੀ ਅੱਜ ਦਿਨ ਹੈ ਜੀ ਸ਼ੁੱਕਰਵਾਰ ਤਰੀਕ ਹੈ 20 ਅਗਸਤ ਸਮਾਂ ਜੀ ਸ਼ਾਮ ਦੇ 6:30 ਦਾ ਤੁਸੀਂ ਇਸ ਵਕਤ ਰੇਡੀਓ ਪੰਜਾਬ ਟੁਡੇ ਦੇ ਬਠਿੰਡਾ ਸਟੂਡੀਓ ਤੋਂ ਪ੍ਰੋਗਰਾਮ ਸ਼ਮਾਦਾਨ ਦੇ ਜ਼ਰੀਏ ਸਾਡੇ ਨਾਲ ਲਾਈਵ ਜੁੜੇ ਹੋਏ ਹੋ ਸੋ ਅੱਜ ਦਾ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਾਇਆ ਜੀ ਵਾਸ਼ਿੰਗਟਨ ਫਰੇਟ ਸਰਵਿਸ ਸੈਟਲ ਵੱਲੋਂ ਜਿਹੜੀ ਲੋਕਲ ਜੋਬ ਦੇ ਲਈ ਓਨਰ ਆਪਰੇਟਰ ਅਤੇ ਡਰਾਈਵਰ ਹਾਇਰ ਕਰ ਰਹੀ ਆ ਪੰਜਾਬੀ ਅਤੇ ਇੰਗਲਿਸ਼ ਦੇ ਵਿੱਚ ਡਿਸਪੈਚ ਕਰਦੇ ਨੇ ਗੁਰਵਿੰਦਰ ਸਿੰਘ ਧਾਲੀਵਾਲ ਹੋਰਾਂ ਨਾਲ 206-3544060 ਜਗਦੇਵ ਸੰਧੂ ਨਾਲ 253-266-6924 'ਤੇ ਕਾਲ ਕਰ ਸਕਦੇ ਹੋ ਟਰਾਂਸ ਕੈਨੇਡਾ ਚੱਲਣ ਵਾਲੇ ਟਰੱਕਰ ਵੀਰਾਂ ਲਈ ਖਾਸ ਸੂਚਨਾ ਕਿ ਤੁਹਾਨੂੰ ਵਿਨੀਪੈਗ ਦੇ ਵਿੱਚ ਜੇਕਰ ਕਿਸੇ ਤਰ੍ਹਾਂ ਦੀ ਜਾਂ ਪ੍ਰੋਬਲਮ ਹੈ ਜਾਂ ਸੈਮੀ ਅਤੇ ਟ੍ਰੇਲਰ ਦੇ ਵਿੱਚ ਤਾਂ ਤੁਸੀਂ ਅਕਾਲ ਟਰੱਕ ਐਂਡ ਟ੍ਰੇਲਰ 82 ਰੇਨਮ ਡਰਾਈਵ ਫਾਰਮਰਸ ਰੋਡ ਵੀ ਨਹੀਂ ਪੈਗ ਲੈ ਕੇ ਜਾ ਸਕਦੇ ਹੋ ਇੱਥੇ ਤੁਹਾਨੂੰ DOT ਸੇਫਟੀ ਤੋਂ ਇਲਾਵਾ ਤਮਾਮ ਸੈਮੀ ਅਤੇ ਟ੍ਰੇਲਰ ਦੇ ਕੰਮ ਕਰਕੇ ਦਿੱਤੇ ਜਾਂਦੇ ਨੇ ਤੁਸੀਂ ਬਲਤੇਜ ਸਿੰਘ ਪਨੇਸਰ ਹੋਰਾਂ ਨਾਲ 204-459-2000 'ਤੇ ਕਾਲ ਕਰ ਸਕਦੇ ਹੋ ਸੋ ਕੁਛ ਖਾਸ ਖਬਰਾਂ 'ਤੇ ਫਿਰ ਤੁਹਾਡੇ ਨਾਲ ਅੱਗੇ ਚੱਲਾਂਗੇ ਪ੍ਰੋਗਰਾਮ ਦੇ ਵਿੱਚ ਮਹਾਰਾਸ਼ਟਰ ਦੇ ਵਿੱਚ ਇੱਕ ਭਿਆਨਕ ਖਬਰ ਆ ਰਹੀ ਹੈ ਜਿੱਥੋਂ ਜੀ ਬੁਢਲਾਣਾ ਜ਼ਿਲ੍ਹੇ ਦੇ ਵਿੱਚ ਇੱਕ ਹਾਦਸੇ ਦੌਰਾਨ 13 ਮਜ਼ਦੂਰਾਂ ਦੀ ਮੌਤ ਹੋ ਗਈ ਹਾਦਸਾ ਵਾਹਨ ਦੇ ਪਲਟ ਜਾਣ ਕਾਰਨ ਹੋਇਆ ਡਿਪਟੀ ਕਮਿਸ਼ਨਰ ਮਨਰੇਗਾ ਮੋਹਾਲੀ ਵੱਲੋਂ ਸਮੂਹ ਜ਼ਿਲ੍ਹਿਆਂ ਦੇ ADC ਵਿਕਾਸ ਨੂੰ ਭੇਜੇ ਪੱਤਰ ਰਾਹੀਂ ਕਿਹਾ ਕਿ ਮਨਰੇਗਾ ਕਰਮਚਾਰੀਆਂ ਵੱਲੋਂ ਸੂਬੇ 'ਚੋਂ 9 ਜੁਲਾਈ 2021 'ਤੇ ਹੜਤਾਲ 'ਤੇ ਚੱਲ ਰਹੇ ਨੇ ਜਿਸ ਕਾਰਨ ਮਨਰੇਗਾ ਸਕੀਮ ਅਧੀਨ ਸੂਬੇ 'ਚ ਵਿਕਾਸ ਕਾਰਜਾਂ ਦੀ ਪ੍ਰਗਤੀ 'ਚ ਰੁਕਾਵਟ ਆਈ ਹੈ ਪੱਤਰ ਭੇਜ ਕੇ ਹਦਾਇਤ ਕੀਤੀ ਹੈ ਕਿ 48 ਘੰਟਿਆਂ 'ਚ ਜੇਕਰ ਉਹ ਆਪਣੀ ਡਿਊਟੀ 'ਤੇ ਹਾਜ਼ਰ ਹੋ ਜਾਣ ਨਹੀਂ ਤਾਂ ਉਹਨਾਂ ਦੀਆਂ ਸੇਵਾਵਾਂ ਦੇ ਸ਼ਰਤਾਂ ਮੁਤਾਬਕ ਕੰਮ ਕੀਤਾ ਜਾਏਗਾ ਦੂਜੇ ਪਾਸੇ ਲਗਾਤਾਰ BJP ਨੂੰ ਛੱਡ ਕੇ ਅਕਾਲੀ ਦਲ ਦੇ ਵਿੱਚ ਸ਼ਾਮਲ ਹੋ ਰਹੇ ਨੇ ਜਿਸ ਦੇ ਵਿੱਚ ਦਸੂਹਾ ਤੋਂ ਭਾਰਤੀ ਜਨਤਾ ਪਾਰਟੀ ਸਾਬਕਾ ਵਿਧਾਇਕ ਬੀਬੀ ਸੁਖਜੀਤ ਕੌਰ ਸਾਹੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਲ ਹੋਏ ਅਤੇ ਇਸ ਦੇ ਨਾਲ ਹੀ ਸੀਨੀਅਰ ਆਗੂ ਰਹੇ ਨੀਲ ਜੋਸ਼ੀ ਅਤੇ ਮੋਹਿਤ ਗੁਪਤਾ ਵੀ ਅਕਾਲੀ ਦਲ ਦੇ ਵਿੱਚ ਚੰਡੀਗੜ੍ਹ 'ਚ ਸ਼ਾਮਲ ਹੋਏ ਨੇ ਬਰਗਾੜੀ ਮੋਰਚਾ ਪੰਜਾਬ ਸਰਕਾਰ ਦੇ ਭਰੋਸੇ ਤੋਂ ਬਾਅਦ ਚੁੱਕਣ ਉਪਰੰਤ ਸਰਕਾਰ ਦੀ ਵਾਅਦਾ ਖਿਲਾਫੀ ਦਾ ਦੋਸ਼ ਲਾਉਣ ਵਾਲੇ ਮੁਤਵਾਜੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਨੂੰ ਨਿੱਜੀ ਤੌਰ 'ਤੇ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਅਤੇ ਵਿਧਾਇਕ ਹਰਮਿੰਦਰ ਸਿੰਘ ਗਿੱਲ ਅਤੇ ਕੁਲਵੀਰ ਸਿੰਘ ਜੀਰਾ ਨੇ ਬੰਦ ਲਿਫਾਫੇ ਵਿੱਚ ਇੱਕ ਚਿੱਠੀ ਸੌਂਪੀ ਹੈ ਇਹ ਚਿੱਠੀ ਕੀ ਹੈ ਇਹਦੇ ਬਾਰੇ ਹਜੇ ਤੱਕ ਕੁਛ ਨਹੀਂ ਪਤਾ ਚੱਲਿਆ ਅਤੇ ਉੱਧਰ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਜਸਵੀਰ ਸਿੰਘ ਰੋਡੇ ਦੀ ਰਿਹਾਇਸ਼ 'ਤੇ ਦੇਰ ਰਾਤ NIA ਵੱਲੋਂ ਛਾਪੇਮਾਰੀ ਕੀਤੀ ਗਈ ਜੋ ਜਾਣਕਾਰੀ ਸਾਹਮਣੇ ਆਈ ਉਹਨਾਂ ਦੇ ਪੁੱਤਰ ਨੂੰ ਹਿਰਾਸਤ 'ਚ ਲੈ ਲਿਆ ਗਿਆ ਹਾਲਾਂਕਿ ਅਧਿਕਾਰਿਕ ਤੌਰ ਦੇ ਉੱਤੇ ਕੋਈ ਪੁਸ਼ਟੀ ਨਹੀਂ ਕੀਤੀ ਪਰ ਸੂਤਰਾਂ ਤੋਂ ਇਹ ਪਤਾ ਚੱਲਿਆ ਕਿ ਉਹਨਾਂ ਦੇ ਘਰ ਤੋਂ ਵਿਸਫੋਟਕ ਸਮੱਗਰੀ ਅਤੇ ਕੁਛ ਹੋਰ ਸਮਾਨ ਬਰਾਮਦ ਹੋਇਆ ਇਸ ਦੇ ਨਾਲ ਹੀ ਭਾਈ ਰੋਡੇ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਹੈ ਕਿ ਕੱਲ੍ਹ ਦੇਰ ਰਾਤ ਇਹ ਨਹੀਂ ਪਤਾ ਚੱਲਿਆ ਕਿ ਫੋਰਸ ਕਿੱਥੋਂ ਦੀ ਸੀ ਪਹਿਲਾਂ ਉਹ ਰਾਤ ਨੂੰ ਅੱਧੀ ਰਾਤ ਆਉਂਦੇ ਨੇ ਅਤੇ ਘਰ ਦੀ ਤਲਾਸ਼ੀ ਲੈਂਦੇ ਨੇ ਫਿਰ ਉਸ ਤੋਂ ਬਾਅਦ ਉਹਨਾਂ ਦੇ ਬੇਟੇ ਨੂੰ ਨਾਲ ਲੈ ਜਾਂਦੇ ਨੇ ਫਿਰ ਸਵੇਰੇ ਤੜਕਸਾਰ ਉਹਨਾਂ ਦੇ ਘਰ ਫਿਰ ਵਾਪਸ ਆਉਂਦੇ ਨੇ ਫਿਰ ਘਰ ਦੀ ਤਲਾਸ਼ੀ ਲੈ ਕੇ ਅਤੇ 2 ਬੈਗ ਉਹ ਨਾਲ ਲੈ ਜਾਂਦੇ ਨੇ ਇਹ ਬੈਗ ਕੀ ਸਨ ਕੀ ਨਹੀਂ ਸਨ ਉਹ ਨਾਲ ਲਿਆਏ ਉਹਦੇ ਬਾਰੇ ਕਹਿੰਦੇ ਮੈਨੂੰ ਨਹੀਂ ਪਤਾ ਇਸ ਤੋਂ ਇਲਾਵਾ ਭਾਈ ਜਸਵੀਰ ਸਿੰਘ ਰੋਡੇ ਦੁਆਰਾ ਚਲਾਏ ਜਾ ਰਹੇ ਅਖਬਾਰ ਦੇ ਦਫ਼ਤਰ 'ਤੇ ਵੀ ਜਿਹੜੀ ਹੈ ਉਹ ਵੀ ਛਾਪੇਮਾਰੀ ਕੀਤੀ ਗਈ ਹੈ ਸੋ ਫਿਲਹਾਲ ਕੁਛ ਵਪਾਰਕ ਸੁਨੇਹੇ ਲੈਂਦੇ ਹਾਂ ਵਪਾਰਕ ਸੁਨੇਹਾ ਬਾਅਦ ਸਰਦਾਰ ਜਸਵੀਰ ਸਿੰਘ ਭੱਟੀ ਹੋਰਾਂ ਨਾਲ ਰਾਬਤਾ ਕਰਦੇ ਹਾਂ ਅਤੇ ਫਿਰ ਜੁੜਦੇ ਹਾਂ ਰੇਡੀਓ ਪੰਜਾਬ ਟੁਡੇ ਦੇ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ ਮੈਨੂਅਲ ਜਾਂ ਆਟੋਮੈਟਿਕ ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ ਲਓ ਜੀ ਤੀਜੀ ਲੋਕੇਸ਼ਨ ਵੀ ਖੋਲਤੀ ਆ ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ ਆਹੋ ਜੀ ਕੋਈ ਅਪਾਇੰਟਮੈਂਟ ਨਹੀਂ ਡਰਾਈਵ ਥਰੂ ਫੈਸਿਲਿਟੀ ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ ਕੁਇਕ ਟਰੱਕ ਲਿਊਬ ਦ ਵਨ ਸਟਾਪ ਸ਼ਾਪ 519-622-0660 ਜਾਂ quicktrucklube.com QTL because we care quick truck lube Seco Immigration Services, California Immigration Consultant, Registered Ate Bonded, Immigration Assistance Denal, Citizenship, Work Permit, Process Service, OCI Card, Family Petition, Indian Passport, Indian Visa, Ate Notary Public Lai Sampark Karo. Seco Immigration Services, Gosharan Seco, 22693, Hesperian Boulevard, Suite 250, Hayward, California, Call 510-200-9988.
ਹੁਣ ਟਰੱਕ ਚਲਾਉਣਾ ਸਿੱਖ ਕੇ ਕਰੋ ਕਮਾਈਆਂ 2020 CDL ਡਰਾਈਵਿੰਗ ਸਕੂਲ ਫਰੈਡਰਿਕਸਬਰਗ ਵਰਜੀਨੀਆ ਵਿਖੇ ਜਿੱਥੇ CDL ਕਲਾਸ A, B ਤੇ P ਦੀ ਟ੍ਰੇਨਿੰਗ ਕਾਰਸ ਬਸਿਸ ਬਾਕਸ ਟਰੱਕ ਕਮਰਸ਼ੀਅਲ ਟਰੈਕਟਰ ਟ੍ਰੇਲਰ ਵੀ ਚਲਾਉਣੇ ਸਿਖਾਏ ਜਾਂਦੇ ਨੇ ਇੱਥੇ ਨਾ ਸਿਰਫ ਪੰਜਾਬੀ ਹਿੰਦੀ ਅੰਗਰੇਜ਼ੀ ਉਰਦੂ ਤੇ ਸਪੈਨਿਸ਼ ਵਿੱਚ ਗੱਲਬਾਤ ਕਰਨ ਦੀ ਸਹੂਲਤ ਹੈ ਸਗੋਂ ਰਿਹਾਇਸ਼ ਦਾ ਵੀ ਪ੍ਰਬੰਧ ਹੈ ਅੱਜ ਹੀ ਸੰਪਰਕ ਕਰੋ ਸਨੀ ਨੂੰ 546-956-09-85 ਤੇ रोटी ठेका लॉन्ड्री शावर ट्रकां दा होर भी सामान आसानी नाल मिलेगा हुणे कॉल करो 360-652-6066 यानी 360-652-6066 ए दो लोकेशनां तो सेवावां प्रदान करदे ने सेकंड लोकेशन लॉस्ट हिल ट्रैवल सेंटर 14814 एलोम स्ट्रीट लॉस्ट हिल्स फोन नंबर 6167943 54 ओ यार की सुपने देखे सी कनेडा आने तो पहला ओ सुपने पूरे करने आं ता ड्रीम लाइनर एक्सप्रेस वालेयां नूं कॉल कर जी हाँ ड्रीमलाइनर एक्सप्रेस कंपनी कैलगरी अल्बर्टा कैनेडा जिन्हां नूं साफ सुथरे रिकॉर्ड ते 2 साल तजर्बे वाले ड्राइवर्स दी लोड़ है इन्हां कोल कैलगरी अल्बर्टा तो कैलिफोर्निया ते एरिजोना दे सिद्धे रन इन्हां कोल ड्राई ते रीफर लोड भी है होम रिटर्न विद इन 5 डेज बाई वीकली ते चंगी तनखा दिंदे आ और हाँ सिंगल ते टीम्स दोनां नूं हायर करदे ने वधेरे जानकारी लई कॉल 403-404-9501 Dreamliner Express Company Calgary Alberta Canada ਬਠਿੰਡਾ ਦੀ ਗ੍ਰੀਨ ਸਿਟੀ ਦੀ ਅਪਾਰ ਸਫਲਤਾ ਤੋਂ ਬਾਅਦ ਹੁਣ ਪੇਸ਼ ਹੈ ਕਨਈਆਸ ਗ੍ਰੀਨ ਸਿਟੀ ਜਿੱਥੇ ਸਿਕਿਉਰਿਟੀ ਦੇ ਪੁਖਤਾ ਪ੍ਰਬੰਧ ਖੁੱਲੀਆਂ ਸੜਕਾਂ ਹਰਾ ਭਰਾ ਵਾਤਾਵਰਣ ਬਿਜਲੀ ਦੀਆਂ ਅੰਡਰਗਰਾਊਂਡ ਤਾਰਾਂ ਅਤੇ ਖੂਬਸੂਰਤ ਫੁੱਲ ਪੌਦੇ ਲੈਂਡਸਕੇਪਿੰਗ ਅਤੇ ਨਿਰਮਾਣ ਕਾਰਜ ਚੱਲ ਰਹੇ ਨੇ ਤੇਜ਼ੀ ਨਾਲ ਇਸ ਤੋਂ ਪਹਿਲਾਂ ਕਿ ਸਾਰੇ ਪਲਾਟ ਬੁੱਕ ਹੋ ਜਾਣ ਸੰਪਰਕ ਕਰੋ 855-600-2064 ਅਤੇ 85560-2071 ਪੱਟੀ ਹੋਰੀ ਜੁੜ ਗਏ ਨੇ ਪੱਟੀ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਪੱਟੀ ਸਾਹਿਬ ਸਭ ਤੋਂ ਪਹਿਲਾਂ ਚਰਚਾ ਕਰੀਏ ਮੈਂ ਹੁਣੇ ਖਬਰ ਪੜ੍ਹ ਕੇ ਹਟਿਆ ਤੁਹਾਡੇ ਨਾਲ ਵਾਰਤਾਲਾਪ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਬੰਦ ਲਿਫਾਫਾ ਮੰਤਰੀਆਂ ਨੇ ਸੌਂਪਿਆ ਮਤਵਾਜੀ ਜਥੇਦਾਰ ਸਾਹਿਬ ਨੂੰ ਬੰਦ ਲਿਫਾਫਾ ਕੀ ਹੈ ਜੀ 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 ਜਿਹੜਾ 1 ਜੂਨ 2015 ਨੂੰ ਇੱਕ ਮੋਰਚਾ ਲੱਗਾ ਸੀ ਬਰਗਾੜੀ ਮੋਰਚਾ ਜੀ ਬਰਗਾੜੀ ਮੋਰਚੇ ਦੇ ਵਿੱਚ ਜਿਹੜੇ ਸੰਸਥਿਤ ਇੰਦਰ ਬਾਜਵਾ ਵਿਖੇ ਘੱਟੋ ਘੱਟ 5-6 ਵਜੇ ਆਏ ਹੋਣੇ ਆ ਕੇ ਮੰਡ ਸਾਹਿਬ ਨੂੰ ਮਿਲਦੇ ਨੇ ਜੀ ਉਹਨਾਂ ਨੇ ਕੀ ਗੱਲਬਾਤ ਕੀਤੀ ਕੀ ਨਹੀਂ ਕੀਤੀ ਇਹਨਾਂ ਦੀ ਅੰਦਰ ਖਾਤੇ ਗੱਲ ਹੋਈ ਤੇ ਮੰਡ ਸਾਹਿਬ ਜਿਹੜੇ 17 ਤਰੀਕ ਨੂੰ ਮੰਨ ਚੁੱਕੇ ਨੇ ਵੀ ਮੇਰੀ ਮੁੱਖ ਮੰਤਰੀ ਨਾਲ ਗੱਲ ਹੋਈ ਜੀ ਜੇ ਮੁੱਖ ਮੰਤਰੀ ਨਾਲ ਕੀ ਗੱਲ ਹੋਈ ਉਹਦੇ ਬਾਰੇ ਗੱਲ ਕੀਤੀ ਅੱਛਾ ਜੀ ਹੁਣ ਸਵਾਲ ਇਹ ਪੈਦਾ ਹੁੰਦਾ ਵੀ 9 ਦਸੰਬਰ 2015 ਨੂੰ ਇਹ ਮੋਰਚਾ ਆਪਣੀ ਮਰਜ਼ੀ ਨਾਲ ਖਤਮ ਕਰ ਦਿੰਦੇ ਆ ਦੋ ਮੰਤਰੀਆਂ ਤੇ 3 ਵਿਧਾਇਕਾਂ ਦੇ ਵਿਸ਼ਵਾਸ ਤੋਂ ਬਾਅਦ ਕਿ ਅਸੀਂ ਤੁਹਾਡੀਆਂ ਮੰਗਾਂ ਤੇ ਕਾਰਵਾਈ ਕਰਾਂਗੇ ਲੇਕਿਨ 2015 ਤੋਂ ਲੈ ਕੇ ਹੁਣ ਤੱਕ 21 ਤੱਕ ਚੁੱਪ ਰਹੇ ਜੀ ਪਤਾ ਨੀ ਹੁਣ ਕਿੱਥੋਂ ਇਹਨਾਂ ਨੇ ਐਲਾਨ ਹੋ ਗਿਆ ਵੀ ਨਹੀਂ ਨਹੀਂ ਕੁਛ ਕਰਾਂ ਇਹਨਾਂ ਨੇ ਆਪਣੇ ਆਪ ਨੂੰ ਕਿਹਾ ਜੀ ਮੇਰੇ ਖਿਲਾਫ਼ ਕੋਈ ਬੋਲੇ ਮੈਨੂੰ ਜੋ ਮਰਜ਼ੀ ਕਵੇ ਬਰਗਾੜੀ ਮੋਰਚੇ ਵਿੱਚ 1,48,00,000 ਰੁਪਇਆ ਆਇਆ ਸੀ ਤੇ 23,00,000 ਰੁਪਇਆ ਮੇਰੇ ਕੋਲ ਪਿਆ ਜਦੋਂ ਮਰਜ਼ੀ ਖਿਲਾ 22-23 ਲੱਖ ਰੁਪਇਆ ਸੀ ਜੀ ਉਹ ਸੰਗਤ ਦਾ ਮੇਰੇ ਕੋਲ ਪਿਆ ਜਦੋਂ ਮਰਜ਼ੀ ਲੈ ਲਓ 5 ਤਾਰੀਖ ਠੀਕ ਹੈ ਜੀ ਇਹਨਾਂ ਨੇ ਫਿਰ ਜਿਹੜਾ ਜੁਲਾਈ ਦੇ ਆਖਰੀ ਹਫਤੇ ਦੇ ਵਿੱਚ ਇੱਕ ਆਦੇਸ਼ ਜਾਰੀ ਕਰ ਦਿੱਤਾ ਵੀ ਆਹ ਜਿਹੜੇ ਮੰਤਰੀ ਤੇ ਵਿਧਾਇਕ ਮੇਰੇ ਕੋਲ ਆਏ ਸੀਗੇ ਇਹ ਦੋਸ਼ੀ ਨੇ ਜੀ ਇਹਨਾਂ ਨੇ ਜਿਹੜੇ ਅਸੀਂ ਮੋਰਚਾ ਖਤਮ ਕਰਾਇਆ ਸੀ ਆ ਕੇ ਵਿਸ਼ਵਾਸ ਲੈ ਵੀ ਜਿਹੜੀਆਂ ਤੁਹਾਡੀਆਂ ਮੰਗਾਂ ਹੈਗੀਆਂ ਬਰਗਾੜੀ ਮੋਰਚੇ ਦੇ ਦੋਸ਼ੀਆਂ ਨੂੰ ਸਜ਼ਾ ਦਵਾਉਣੀ ਹੈ ਬਹਿਬਲ ਕਰਾਂ ਤੇ ਜਿਹੜੇ ਹੈਗੇ ਆ ਕੋਟਕਪੂਰਾ ਦੇ ਜਿਹੜੇ ਹੈਗੇ ਆ ਪੀੜਤ ਉਹਨਾਂ ਨੂੰ ਇਨਸਾਫ਼ ਦਵਾ ਜੀ ਜੇਲ੍ਹਾਂ ਤੇ ਬੰਦ ਨੌਜਵਾਨ ਨੂੰ ਰਿਹਾਅ ਕਰਵਾਉਣਾ ਇਹ ਮੰਗਾਂ 3 ਦਿਨ ਹੈਗੀਆਂ ਹੋਰ ਵੀ ਮੰਗਾਂ ਇਹਨਾਂ ਦੀ ਹੈਗੀਆਂ ਸੀਗੀਆਂ ਤੇ ਲੇਕਿਨ ਇਹਨਾਂ ਨੇ ਕਹਿ ਦਿੱਤਾ ਉੱਥੇ ਤੁਹਾਡਾ ਅਸੀਂ ਇਹ ਮੋਰਚਾ ਮਾਮਲਾ ਵਾ ਇਹ ਤੇ ਪੂਰੀ ਕਾਰਵਾਈ ਕਰਾਂਗੇ ਜੀ
ਇਹਨਾਂ ਨੇ ਕਿਹਾ ਕਾਰਵਾਈ ਨੀ ਕੀਤੀ, ਇਸ ਕਰਕੇ ਪੰਥ ਦੇ ਦੋਸ਼ੀ ਨੇ ਤੇ ਇਹਨਾਂ ਦੇ ਖਿਲਾਫ਼ ਕਾਰਵਾਈ ਕੀਤੀ ਜਾਂਦੀ। ਇਹਨਾਂ ਨੂੰ 2 ਅਗਸਤ ਨੂੰ ਅਕਾਲ ਤਖ਼ਤ ਤਲਬ ਕੀਤਾ ਜਾਂਦਾ ਕਿ ਆ ਕੇ ਸਪਸ਼ਟੀਕਰਨ ਦੇ ਜਿਹੜੇ ਤੁਸੀਂ ਵਾਅਦੇ ਕੀਤੇ ਸੀ ਪੂਰੇ ਕੋਈ ਨੀ ਜੀ। 2 ਅਗਸਤ ਨੂੰ ਨੀ ਆਏ ਜੀ। 2 ਅਗਸਤ ਤੋਂ ਪਹਿਲਾਂ ਉਹਨਾਂ ਨੇ ਇਹਨਾਂ ਨੂੰ ਕਿਹਾ ਵੀ ਜਹਿਦਾ ਜੀ ਤੁਸੀਂ ਇੱਕ ਕੰਮ ਕਰੋ, ਜਹਿਦਾ ਨੀ ਭਾਈ ਮੰਡ ਗਿਆ ਉਹਨਾਂ ਨੇ, ਭਾਈ ਮੰਡ ਕੇ ਜਹਿਦਾ ਨੀ ਕਿਹਾ ਉਹਨਾਂ ਨੇ ਵੀ ਤੁਸੀਂ ਇੱਕ ਕੰਮ ਕਰੋ, ਅਕਾਲ ਤਖ਼ਤ ਤੇ ਤੁਸੀਂ ਬੁਲਾਉਂਦੇ ਹੋ, ਅਕਾਲ ਤਖ਼ਤ ਤੇ ਕੋਈ ਝਗੜਾ ਹੋਊਗਾ ਕਿਉਂਕਿ ਅਕਾਲ ਤਖ਼ਤ ਦੇ ਉੱਤੇ ਉਹ ਵੀ ਦੂਜੇ ਬੈਠੇ ਹੋ ਤੇ ਤੁਸੀਂ ਬੈਠੇ ਹੋ ਤੇ ਗੜਬੜ ਕੋਈ ਬਣਨੀ ਨੀ ਤੇ ਆਪਾਂ ਬਾਹਰ ਰੱਖ ਲਓ ਕਿਸੇ ਗੁਰਦੁਆਰੇ। ਲੇਕਿਨ ਇਹਨਾਂ ਨੇ ਉਹਨਾਂ ਦੀ ਮੰਗ ਨੂੰ ਰਿਜੈਕਟ ਕਰ ਦਿੱਤਾ। ਅੱਛਾ ਜੀ। ਵੀ ਅਕਾਲ ਤਖ਼ਤ ਤੇ ਆਓ ਤੁਸੀਂ। ਇਹਨਾਂ ਨੇ 20 ਤਰੀਕ ਨੂੰ ਸੱਦਿਆ ਸੀ ਵੀ 20 ਜੁਲਾਈ 20 ਅਗਸਤ ਨੂੰ ਆ ਕੇ ਆਪਣਾ ਸਪਸ਼ਟੀਕਰਨ ਦਿਓ ਜੀ। ਹੁਣ ਜਦੋਂ ਸਪਸ਼ਟੀਕਰਨ ਦੇਣ ਵਾਸਤੇ 5 ਦੀ ਬਜਾਏ 3 ਬੰਦੇ ਆਏ ਆ, ਤ੍ਰਿਪ ਰਜਿੰਦਰ ਸਿੰਘ ਬਾਜਵਾ ਜੀ, ਕੁਲਬੀਰ ਸਿੰਘ ਜਾਰਤ ਜੀਰਾ ਤੇ ਹਰਮਿੰਦਰ ਸਿੰਘ ਗਿੱਲ। ਅੱਛਾ ਜੀ। ਜਦੋਂ ਅਕਾਲ ਤਖ਼ਤ ਆਏ ਤੇ ਸਿਰਫ ਅਕਾਲ ਤਖ਼ਤ ਤੇ ਮੱਠਾ ਹੀ ਟਿਕਿਆ, ਕੁਛ ਨੀ ਕੀਤਾ। ਓਕੇ। ਅਕਾਲ ਤਖ਼ਤ ਤੋਂ ਬਾਹਰ ਆ ਕੇ ਸਕੱਤਰ ਦੇ ਸਾਹਮਣੇ ਜਿੱਥੇ ਚਰਨ ਗੰਗਾ ਉੱਥੇ ਖੜ ਕੇ ਉਹਨਾਂ ਨੇ ਆਪਣੀ ਜਿਹੜੀ ਚਿੱਠੀ ਸੌਂਪੀ ਅਸਲਾ ਸਪਸ਼ਟੀਕਰਨ। ਅੱਛਾ ਜੀ। ਪਹਿਲਾਂ ਉਹ ਕਹਿ ਚੁੱਕੇ ਜੀ ਅਸੀਂ ਮੰਡ ਨੂੰ ਜਥੇਦਾਰ ਨਹੀਂ ਮੰਨਦੇ, ਜਥੇਦਾਰ ਮੰਡ ਨੀ ਗਾ, ਬਕਾਇਦਾ ਤੌਰ ਤੇ ਜਿਹੜਾ ਲਿਫਾਫਾ ਉਹਦੇ ਲਿਖਿਆ ਗਿਆ ਵਾ ਭਾਈ ਧਿਆਨ ਸਿੰਘ ਮੰਡ ਸਾਬਕਾ ਡਿਕਟੇਟਰ ਬਲਗਾੜੀ ਮੋਰਚਾ ਜੀ, ਇਹਦਾ ਮਤਲਬ ਜਥੇਦਾਰ ਬੰਨਣ ਤੋਂ ਇਨਕਾਰ ਕਰ ਦਿੱਤਾ। ਲੇਕਿਨ ਭਾਈ ਮੰਡ ਕਹਿੰਦੇ ਮੈਂ ਜਥੇਦਾਰ ਹਾਂ, ਉਹ ਕਹਿੰਦੇ ਮੈਂ ਜਥੇਦਾਰ ਹੈ। 17 ਤਰੀਕ ਨੂੰ ਬਕਾਇਦਾ ਤੌਰ ਤੇ ਜਿਹੜੀ ਹਾਜੀ ਰਤਨ ਗੁਰਦੁਆਰੇ ਮੀਟਿੰਗ ਹੋਈ ਉੱਥੇ ਸੰਬੋਧਨ ਕਰ ਦਿੱਤਾ ਵੀ ਮੈਂ ਜਥੇਦਾਰ ਹਾਂ ਜੀ, ਮੇਰਾ ਸਿਆਸਤ ਨਾਲ ਕੋਈ ਲੈਣਾ ਨਹੀਂ, ਮੈਨੂੰ ਸਰਬੱਤ ਖਾਲਸਾ ਜਥੇਦਾਰ ਜਥੇਦਾਰ ਬਣਾਇਆ ਗਿਆ ਵਾ ਜੀ। ਲੇਕਿਨ ਬਰਗਾੜੀ ਮੋਰਚੇ ਤੋਂ ਬਾਅਦ ਜਿਹੜਾ ਭਾਈ ਜਗਤਾਰ ਸਿੰਘ ਹਵਾਰਾ ਜੇਲ੍ਹ ਦੇ ਵਿੱਚ ਅਸਲੀ ਜਥੇਦਾਰ ਜਿਹਨੂੰ ਕਹਿੰਦੇ ਆ ਮੁਤਵਾਜੀ ਜਥੇਦਾਰ ਕਹਿੰਦੇ ਆ ਹਾਂਜੀ, ਉਹਨੇ ਇੱਕ 5 ਮੈਂਬਰੀ ਕਮੇਟੀ ਬਣਾਤੀ ਸੀ ਵੀ ਇਹ ਕਾਰਵਾਈ ਵੇਖੇਗੀ ਹੁਣ। ਹਾਂ 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 ਬਿਲਕੁਲ ਸਹੀ ਗੱਲ। ਲੇਕਿਨ ਭਾਈ ਮੰਡ ਫਿਰ ਕਹਿ ਰਹੇ ਮੈਂ ਜਥੇਦਾਰ ਹੈ, ਦੱਸੋ ਹਵਾਰਾ ਸਾਹਿਬ ਨੇ ਉਹਨਾਂ ਨਕਾਰਤਾ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਇੱਕ ਮੋਰਚਾ ਸ਼ੁਰੂ ਕੀਤਾ ਸੀ 1 ਜੁਲਾਈ 2021 ਜੀ, ਜਿਹਦੇ ਵਿੱਚ 5 ਵਿਅਕਤੀ ਰੋਜ਼ ਜਥਾ ਜਾਂਦਾ ਵਾ, ਗ੍ਰਿਫਤਾਰੀ ਦਿੰਦਾ ਮੁੜ ਕੇ ਉਠਾਣੇ ਲੈ ਜਾਂਦੇ, ਛੱਡ ਦਿੰਦੇ ਜਾਓ ਘਰ ਨੂੰ। ਉਥੋਂ ਫਿਰ ਨਿਰਾਸ਼ ਹੋ ਗਏ ਮੰਡ ਸਾਹਿਬ ਵੀ ਮੋਰਚਾ ਸ਼ੁਰੂ ਨੀ ਹੋ ਸਕਿਆ, ਮੋਰਚਾ ਸ਼ੁਰੂ ਨੀ ਹੋਇਆ, ਸੰਗਤਾਂ ਦੀ ਕੋਈ ਇੱਛਾ ਨੀ ਸੀ, ਸਿਰਫ ਵਰਕਰ ਜਿਹੜੇ ਹੈਗੇ ਸੀ ਸ਼੍ਰੋਮਣੀ ਅਕਾਲੀ ਦਲ ਦੇ ਅੰਮ੍ਰਿਤਸਰ ਦੇ ਉਹੀ ਹੈਗੇ, ਬਾਕੀ ਤਾਂ ਪਿਆ ਨੀ ਉੱਥੇ। ਉਥੋਂ ਨਿਰਾਸ਼ ਹੋ ਕੇ ਉਹਨਾਂ ਸਾਰੀ ਕਿਹੜ ਫਿਰ ਸਾਰੀ ਗਾਹ ਜਿਹੜੀ ਸੀ ਉਹਨਾਂ ਮੰਤਰੀਆਂ ਤੇ ਵਿਧਾਇਕ ਦੇ ਡੇਗਤੀ, ਉਹਨਾਂ ਨੇ ਕਿਹਾ ਜੀ ਤੁਹਾਡੀ ਸਿੱਧੀ ਗੱਲ ਮੁੱਖ ਮੰਤਰੀ ਨਾਲ ਹੁੰਦੀ ਹੈ, ਇਹ ਚੀਜ਼ ਸੀ ਤੇ ਤੁਸੀਂ ਮੁੱਖ ਮੰਤਰੀ ਨਾਲ ਗੱਲ ਫਿਰ ਗੱਲ ਕਰਦੇ ਜੇ। ਲੇਕਿਨ ਫਿਰ ਵੀ ਅੱਜ ਉਹਨਾਂ ਆਪਣਾ ਸਪਸ਼ਟੀਕਰਨ ਦੇ ਦਿੱਤਾ ਵਾ ਜੀ, ਭਾਈ ਮੰਡ ਨੇ ਇੰਨੀ ਗੱਲ ਕਹੀ ਇਹਦੇ ਵਿੱਚ ਬੜਾ ਕੁਛ ਆ, ਅਸੀਂ 5 ਪਿਆਰਿਆਂ ਦੀ ਮੀਟਿੰਗ ਚ ਖੋਲਾਂਗੇ, ਉੱਥੇ ਪੜਾਂਗੇ, ਉਦੋਂ ਬਾਅਦ 30 ਅਗਸਤ ਤੋਂ ਇੱਥੇ ਅਗਲੀ ਕਾਰਵਾਈ ਕੀਤੀ ਜਾਊਗੀ। ਅੱਛਾ ਜੀ। ਉਹ ਵੀ ਫੈਸਲਾ ਅਕਾਲ ਤਖ਼ਤ ਤੋਂ ਸੁਣਾਇਆ ਜਾਵੇ, ਹੁਣ 30 ਤਰੀਕ ਨੂੰ ਕੀ ਸੱਪ ਕੱਢਦੇ ਇਹ ਤੇ ਪਤਾ ਨੀ, ਲੇਕਿਨ ਮੈਂ ਸੋਚਦਾ ਸਾਡੀ ਕੌਮ ਦੀ ਬੜੀ ਬਦਕਿਸਮਤੀ। ਬਿਲਕੁਲ ਜੀ ਬਿਲਕੁਲ, 3 ਜਥੇਦਾਰ ਅਸੀਂ ਤੇ ਮਾਲਕ ਤੁਸੀਂ ਮਾਮੇ ਲੱਗਦੇ ਜੀ ਇੱਥੇ। ਭਾਈ ਮੰਡ ਨੂੰ ਜਦੋਂ ਵਿਸਾਖੀ ਤੇ ਦੀਵਾਲੀ ਤੇ ਪਹਿਲਾਂ ਤੇ ਪੜ੍ਹ ਨੀ ਦਿੰਦੇ ਜੀ, ਹੁਣ ਪੜ੍ਹ ਦਿੰਦੇ, ਤੇ ਜਿਹੜਾ ਸ਼੍ਰੋਮਣੀ ਕੋਲ ਜਥੇਦਾਰ ਬਕਾਇਦਾ ਤੋਂ ਸਪੀਕਰ ਲਾ ਕੇ ਸੰਗਤ ਦੇ ਵਿੱਚ ਅਕਾਲ ਤਖ਼ਤ ਦੇ ਅੰਦਰ ਪੜ੍ਹਦਾ, ਕੌਮ ਦੇ ਸੰਦੇਸ਼ ਫਸੀਲ ਤੇ ਖਲੋ ਕੇ ਪੜ੍ਹਦਾ, ਤੇ ਭਾਈ ਮੰਡ ਹੋਰੀ ਉਦੋਂ ਬਾਅਦ ਥੱਲੇ ਖਲੋ ਕੇ ਧੱਕ ਚੁੱਕ ਕੇ ਬਾਈ ਜਾਨ ਚੁੱਪ ਕਰਕੇ ਭੱਜ ਕੇ ਜਿਹੜਾ ਸੰਦੇਸ਼ ਫੜ ਕੇ ਚਲੇ ਜਾਂਦੇ। ਤੇ ਜਿਹੜੀ 5 ਮੈਂਬਰੀ ਕਮੇਟੀ ਆ ਉਹ ਵੱਖਰੀ, ਝੰਡੇ ਮੁੰਗੇ ਕੋਲ ਲੱਗੇ ਉੱਥੇ ਪੜ੍ਹ ਕੇ ਚਲੀ ਜਾਂਦੀ। ਉਹ ਦੱਸੋ ਫਿਰ ਕੀ ਕਰਾਂਗੇ ਭਾਈ, ਪਖੰਡ ਕੀ ਬਣਾਇਆ ਦੱਸ ਦਿਓ ਕੌਮ ਨੂੰ, ਤੁਸੀਂ ਕੀ ਕਰ ਕੀ ਰਹੇ ਹੋ ਤੁਸੀਂ। ਹੁਣ ਉਹ ਜਸਵਿੰਦਰ ਸਿੰਘ ਦੀ ਹਿੰਮਤ ਕਿਉਂ ਪਈ ਉਦਣ, ਜਸਵਿੰਦਰ ਸਿੰਘ ਗਿੱਦ ਦੀ ਹਿੰਮਤ ਇਸੇ ਕਰਕੇ ਭਾਈ, ਉਹਨੂੰ ਪਤਾ ਸੀ ਮੇਰਾ ਕੀ ਵਿਗਾੜ ਲੈਣਗੇ, ਔਰ ਪਹਿਲੀ ਵਾਰੀ ਹੋਇਆ ਇਤਿਹਾਸ ਦੇ ਵਿੱਚ। ਇਸ ਤੋਂ ਪਹਿਲਾਂ ਬ੍ਰਹਮਪੁਰਾ ਤੇ ਇੱਕ ਸ਼ਬਦ ਲੀਡਰ ਹੋਰ ਸੀ ਉਹਨਾਂ, ਭਾਈ ਮਨਜੀਤ ਸਿੰਘ, ਪ੍ਰੋਫੈਸਰ ਮਨਜੀਤ ਸਿੰਘ, ਜਦੋਂ ਕਾਰਜਕਾਰੀ ਜਦੋਂ ਨੇ ਬੂਹੇ ਨੂੰ ਜੂਹ ਖੱਡੇ ਮਾਰੇ ਸੀ ਇਹਨਾਂ ਨੇ,
ਲੇਕਿਨ ਅਕਾਲ ਤਖਤ ਦੀ ਫਸੀਲ ਤੋਂ ਖਲੋਤੇ ਜਿੱਥੇ ਤੋਂ ਉਹਨੂੰ ਕਹਿ ਦੇਣਾ ਮੈਂ ਤੈਨੂੰ ਜਿਸ ਦਿਨ ਨੀ ਮੰਨਦਾ ਮੈਂ ਚੱਲਿਆ, ਮਗਰ ਕੀ ਰਹਿ ਗਿਆ? ਬਸ ਕੀ ਰਹਿ ਗਿਆ ਤੁਸੀਂ? ਜਥੇਦਾਰ ਕਹਿੰਦੇ ਤੁਸੀਂ ਜਥੇਦਾਰ ਨੂੰ ਮਜ਼ਬੂਤ ਕਰੋ, ਮਜ਼ਬੂਤ ਫਿਰ ਕਿਵੇਂ ਕਰੀਏ? ਤੁਹਾਨੂੰ ਦੱਸੋ ਕਿਹੜੇ ਜਥੇਦਾਰ ਨੂੰ ਮਜ਼ਬੂਤ ਕਰੀਏ ਵੀ ਦੱਸ ਦਿਓ। ਬਿਲਕੁਲ ਬਿਲਕੁਲ, ਕਿਹੜੇ ਨੂੰ ਕਰੀਏ ਮਜ਼ਬੂਤ, ਇਹ ਵੀ ਤਾਂ ਗੱਲ ਪਤਾ ਲੱਗੇ ਨਾ। ਇਸ ਕਰਕੇ ਹੁਣ 30 ਤਰੀਕ ਨੂੰ ਵੇਖਾਂਗੇ ਮੰਡ ਸਾਹਿਬ ਕੀ ਸੱਪ ਕੱਢਦੇ, ਤੇ ਉਹ ਜਿਹੜੇ ਸੱਪ ਕੱਢਦੇ ਉਹਨੂੰ ਇਹ ਮਾਨਤਾ ਦਿੰਦੇ ਕਿ ਨਹੀਂ ਦਿੰਦੇ, ਕਿਉਂਕਿ ਉਹਨਾਂ ਨੇ ਜਥੇਦਾਰ ਮੰਨਿਆ ਹੀ ਨਹੀਂ। ਉਹ ਕਹਿੰਦੇ ਡਿਕਟੇਟਰ ਬਰਗਾੜੀ ਮੋਰਚਾ, ਗੱਲ ਹੀ ਖਤਮ ਹੋ ਗਈ ਫਿਰ ਤਾਂ, ਮਗਰ ਕੀ ਰਹਿ ਗਿਆ? ਨਾਲੇ ਡਿਕਟੇਟਰ ਪੰਜਾਬ, ਮੈਂ ਤਾਂ ਪਹਿਲੀ ਵਾਰੀ ਸ਼ਬਦ ਸੁਣਿਆ ਵੀ ਡਿਕਟੇਟਰ ਵੀ ਹੈ ਕੋਈ। ਵੇਖੋ ਜੀ, ਜਿਹੜਾ ਸਾਡਾ ਮੋਰਚਾ ਲੱਗਿਆ ਧਰਮ ਦੇ ਮੋਰਚਾ ਵਿੱਚ, ਉਹਦੇ ਡਿਕਟੇਟਰ ਹਰਜਨ ਸਿੰਘ ਲੌਂਗੋਵਾਲ ਸੀ। ਹਾਂਜੀ, ਇਸ ਕਰਕੇ ਉਹ ਡਿਕਟੇਟਰ ਮਿਲ ਗਿਆ। ਹਾਂ ਹਾਂ, ਉਹ ਵਰਤੀ ਜਾਂਦੇ ਸੀ। ਤੇ ਹੁਣ ਆਪਾਂ ਥੋੜ੍ਹੀ ਜਿਹੀ ਗੱਲ ਕਰੀਏ, ਸੈਣੀ ਨੂੰ ਜ਼ਮਾਨਤ ਮਿਲ ਗਈ ਤੇ ਭੜਕ ਗਏ ਸੁਖਜਿੰਦਰ ਸਿੰਘ ਰੰਧਾਵਾ ਹੋਰੀ। ਪਹਿਲੀ ਗੱਲ ਤੇ ਆ ਜੀ, ਸੈਂਗ ਨੂੰ ਜ਼ਬਾਨ ਤੇ ਮਿਲ ਕੇ ਕੋਈ ਗੱਲ ਨੀ, ਲੇਕਿਨ ਸਮਝ ਨੀ ਹੁੰਦਾ ਅਦਾਲਤਾਂ ਕੀ ਕਰਦੀ। ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਵੀ ਆਹ ਤਿੰਨ ਬੰਦੇ ਜਿਹੜੇ ਇਹਨਾਂ ਦੀ ਛੁੱਟੀ ਕਰਦੇ ਜੀ, ਹੋਮ ਸੈਕਟਰੀ ਦੀ, ਏ ਜੀ ਅਤੁਲ ਨੰਦਾ ਦੀ, ਵਿਜੀਲੈਂਸ ਜਿਹੜਾ ਡਿਪਾਰਟਮੈਂਟ ਦੇ ਡਾਇਰੈਕਟਰ, ਬੀ ਕੇ ਉੱਪਲ ਡਾਇਰੈਕਟਰ ਨੇ ਜੀ, ਕੁਲਦੀਪ ਸਿੰਘ ਵੈਦ ਨੇ ਵੀ ਕਿਹਾ ਵੀ ਰੰਧਾਵਾ ਸਾਹਿਬ ਨੇ ਬਿਲਕੁਲ ਠੀਕ ਕਿਹਾ, ਮੈਂ ਸਪੋਰਟ ਕਰ ਦਿੰਦਾ ਦੀ, ਲੇਕਿਨ ਜਦੋਂ ਮੈਂ ਜਾ ਕੇ ਆਪਣੇ ਵਕੀਲਾਂ ਨੂੰ ਪੁੱਛਿਆ ਤੁਸੀਂ ਕੀਤਾ ਕੀ ਭਾਈ, ਉਹ ਕਹਿੰਦੇ ਅਸੀਂ ਪੂਰਾ ਜ਼ੋਰ ਲਾਇਆ ਲੇਕਿਨ ਜਿਹੜੀ ਹੈ ਉਹ ਅਦਾਲਤ ਤੋਂ ਗੱਲ ਸੁਣਨੀ ਤਿਆਰ ਨਹੀਂ ਜੀ। ਸੈਣੀ ਨੂੰ ਜਿਹੜਾ ਕੇਸ 2020 ਚ ਦਰਜ ਕੀਤਾ ਗਿਆ ਸੀ, ਚਿੱਕੋ ਅਕਿਊਜ਼ ਬਣਾਇਆ ਗਿਆ, ਉਹਦੇ ਕੋਲ ਅਦਾਲਤ ਕੋਲ ਕੋਈ ਜਵਾਬ ਨਹੀਂ ਸੀ, ਕਿਆ ਉਹਨੂੰ ਜੀ ਆਹ ਜਿਹੜੇ ਕੇਸ ਦੀ ਤੁਸੀਂ ਮੈਨੂੰ ਬਲੈਂਕਟ ਬਿੱਲ ਦਿੱਤੀ ਉਹਦਾ ਤੇ ਇਹਦਾ ਕੋਈ ਸੰਬੰਧ ਨਹੀਂ, ਇਹ ਕੇਸ 2020 ਦਾ, ਕਹਿੰਦੇ ਹੁਣ ਤੱਕ ਕਾਰਵਾਈ ਕੋਈ ਨਹੀਂ ਕੀਤੀ। ਉਹ ਭਾਈ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ, ਕਾਰਵਾਈ ਕਰਾਂਗੇ ਅਸੀਂ, ਕਹਿੰਦੇ ਨਹੀਂ ਇਹ ਤੁਸੀਂ ਗਲਤ ਕੀਤਾ, ਅਸੀਂ ਬਿੱਲ ਦਿੰਦੇ ਉਹਦੀ ਬਲੈਂਕਟ ਬਿੱਲ ਦਿੱਤੀ ਸੀ, ਜਦੋਂ ਕਿਤੇ ਫੰਡਾਂ ਨੂੰ ਸਭ ਦੇ ਨਾਲ ਨੋਟਿਸ ਦਿੰਦੇ ਜੀ, ਮਤਲਬ ਇੱਕ ਤਰਫਾ 1-7-51 ਦੇ ਕੇਸ ਕੀ ਬੰਦਾ ਤੁਸੀਂ ਸਧਾਰਨ ਫੜ ਲਓ ਨਾ, 3 ਮਹੀਨੇ ਤੁਸੀਂ ਕਟਾਉਣੇ ਜੇਲ੍ਹ ਚੋਂ ਦੇ। ਬਿਲਕੁਲ ਜੀ ਬਿਲਕੁਲ, ਆਰਾਮ ਦੀ ਗੱਲ ਹੈ, ਮਾੜਾ ਬੰਦਾ ਤਾਂ ਸਲਾਹ ਕਰਦਾ ਰਹਿ ਜਾਂਦੇ, ਵਕੀਲ ਕਿਹੜਾ ਕਰੀਏ, 2 ਦਿਨ ਤਾਂ ਉਹਨੂੰ ਉਹ ਲੱਗ ਜਾਂਦੇ ਆ। ਇੱਥੇ 6 ਕਤਲ ਉਹਦੇ 6 ਕਤਲ ਉਹਦੇ ਮੱਥੇ ਤੇ ਲਿਖਿਆ ਸੈਣੀ ਸੈਣੀ ਦੇ ਉੱਤੇ, ਆਹ ਜਿਹੜੀ 77 ਥਾਵਾਂ ਤੇ ਜਾਇਦਾਦ ਬਣਾਈ ਆ, ਆਹ ਜਿਹੜਾ 500 ਕਰੋੜ ਦਾ ਘਪਲਾ ਕੀਤਾ ਉਹ ਚ ਕੋਖੀ ਚ ਬਣਾਇਆ ਗਿਆ ਉਹਨੂੰ, ਕਿਹੜੇ ਕਿਹੜੇ ਕੇਸ ਦੀ ਗੱਲ ਕਰੀਏ, ਕੋਠੀ ਵਾਲੇ ਮਾਮਲੇ ਦੀ ਗੱਲ ਵੀ ਕੀਤੀ ਹੈ, ਕਿਹੜੇ ਕਿਹੜੇ ਕੇਸ ਦੀ ਗੱਲ ਕਰੀਏ, ਫਿਰ ਵੀ ਜੇ ਹਾਈਕੋਰਟ ਨੇ ਜ਼ਮਾਨਤ ਦਿੱਤੀ ਪਿੱਛੇ ਪਤਾ ਨੀ ਕਿੰਨਾ ਪ੍ਰੈਸ਼ਰ ਉੱਤੇ ਹੋਊਗਾ। ਗੱਲ ਡਾਕਟਰ ਅਮਰਿੰਦਰ ਸਿੰਘ ਨੇ ਆਪਣੀ ਹੋਣ ਦਾ ਪ੍ਰਗਟਾਵਾ ਕਰਤਾ ਵੀ ਸਰਕਾਰ ਹੈਗੀ। ਅੱਛਾ ਜੀ, ਉਹ ਕਿਵੇਂ ਜੀ? ਸੈਣੀ ਨੂੰ ਕਿਵੇਂ, ਸੈਣੀ ਨੂੰ ਫੜਨਾ ਕਿਤੇ, ਫੜਨਾ ਕਿਤੇ, ਉਹਨੇ ਕਹਾ ਜਾ ਵੇਖੀ ਜੋ ਅੰਦਰ ਦੇ ਦੇ ਅੰਦਰ ਕੀ ਹਵਾ ਦੇ ਮਾਮਲਾ ਚ ਜਾ ਦੇਣੇ। ਮਹਾਰਾਸ਼ਟਰ ਭਵਨ ਚੋ, ਉਹ ਵੀ ਮਹਾਰਾਸ਼ਟਰ ਭਵਨ ਚੋ, ਮਹਾਰਾਸ਼ਟਰ ਭਵਨ ਦੇ ਵਿੱਚ ਸੀਗਾ ਬਕਾਇਦਾ ਤੌਰ ਤੇ, ਜਿਹਦੇ ਐਸ ਪੀ ਦੀ ਡਿਊਟੀ ਲੱਗੀ ਸੀ, ਦੱਸਿਆ ਨੀ ਗਿਆ ਤੂੰ ਕਿਹਨੂੰ ਫੜਨ ਚੱਲਿਆ, ਉਹਨੂੰ ਕਿਹਾ ਜੀ ਐਸ ਕਮਰੇ ਚ ਖੜਕਾਈ ਬੂਹਾ ਬੰਦਾ ਹੈਗੇ ਉਹ ਫੜ ਕੇ ਜਾਣਾ ਬਸ, ਤੇ ਜਦੋਂ ਉਹ ਅੰਦਰ ਗਿਆ ਸੀ ਤੇ ਵੇਖਿਆ ਕਿ ਵਿਰਕ ਸਾਹਿਬ ਤੇ ਉਹਨਾਂ ਜੀ ਤੁਹਾਡੇ ਮੇਰੇ ਤੇ ਬਹੁਤ ਸਾਨੇ ਗਏ ਪਰ ਮੈਂ ਮਜਬੂਰ ਹਾਂ ਜਾਣਾ, ਬੰਦਾ ਚਲੋ ਚੱਲੀਏ ਆਪਾਂ, ਉਹ ਤੇ ਛਾਲਾ ਮਾਰਦਾ ਚਲੋ ਚੱਲੀ ਜੋ ਕਰਨਾ ਕਰ ਲਓ ਫਿਰ ਕਿਹੜੀ ਗੱਲ ਹੈਗੀ, ਲੇਕਿਨ ਕਹਿੰਦੇ ਸੈਣੀ ਜੀ ਨੂੰ ਜੋ ਅੰਦਰ ਦੇਣ ਲੱਗੇ ਸੀ ਕੰਬੀ ਜਾਂਦਾ ਸਰ, ਅਸੀਂ ਕੰਬੀ ਜਾਂਦੇ। ਅੱਛਾ, ਇੱਕ ਸਫਾਈ ਨੇ ਇਹਨੂੰ ਕਿਹਾ ਵੜ ਨਾਲ ਗੰਦ ਗਏ ਵੜਦਾ ਨੀ ਜਵਾਲਾ ਧੱਕਾ ਮਾਰ ਕੇ ਕੱਢੀ, ਉਹਨੇ ਮੁੜ ਕੇ ਇਹਦੀ ਜੇਬ ਚ ਡੱਬੀ ਕੱਢ ਲਈ ਸਿਗਰਟਾਂ ਦੀ, ਕਹਿੰਦਾ ਇਹ ਤੇ ਦਿੱਤੇ ਯਾਰ, ਕਹਿੰਦਾ ਆਈ ਐਮ ਸੋਰੀ ਸਰ। ਮੁੜ ਕੇ ਜਿਹੜੇ DSP ਨੂੰ ਅਪਰੋਚ ਕੀਤਾ, ਭਾਈ ਮੈਂ ਚੇਨ ਮੁੱਕਰ ਆ ਮੈਂ ਨਹੀਂ ਰਹਿ ਸਕਦਾ, ਮੈਨੂੰ ਫਿਰ ਮੈਂ ਡੱਬੀ ਲਿਆ ਕੇ ਦਿੱਤੀ ਇਹਨੂੰ, ਜਿਹੜੀ ਉਹ ਫਿਰ ਸਿਗਰਟਾਂ ਪੀਂਦਾ ਰਿਹਾ ਤੇ ਘੁੰਮਦਾ ਰਿਹਾ, ਵਲਾਦ ਚ ਬਣ ਕੇ ਗਿਆ,
ਉਹਨੂੰ ਪਤਾ ਹੀ ਨਹੀਂ ਸੀ ਵੀ ਗੱਲ ਹੋ ਜੂ, ਲੇਕਿਨ ਜੋ ਚਿੱਤਰਾ ਚਿੱਤੇ ਐਵੇਂ ਤਾਂ ਨਹੀਂ ਗੱਲਾਂ ਕਹਿੰਦੇ, ਬਸ ਭਾਵੇਂ ਭਾਵੇਂ ਜੋ ਮਰਜ਼ੀ ਕਲੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੀ ਹੋਣ ਦਾ ਪ੍ਰਦਾਵਾ ਕਰਤਾ, ਸਰਕਾਰ ਹੈਗੀ ਉਹ ਕੁਛ ਵੀ ਕਰ ਸਕਦੇ, ਗਾਂ ਵੀ ਦਿੱਤੇ ਕਰ ਵੀ ਕਰ ਸਕਦੇ। ਜੀ 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 ਜੀ, ਇਸ ਕਰਕੇ ਸੁਖਿੰਦਰ ਸਿੰਘ ਰੰਧਾਵਾ ਨੇ ਜੋ ਕਿਹਾ ਵਾ ਕਿਆ ਠੀਕ ਆ, ਲੇਕਿਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਭਾਈ ਤੁਸੀਂ ਏਦਾਂ ਨਾ ਕਰੋ, ਜਿਹੜੀ ਗੱਲ ਕਰਨੀ ਮਿਲ ਕੇ ਕਰੋ, ਜਨਤਕ ਤੌਰ ਤੇ ਨਾ ਕਰੋ, ਇੱਕ ਬਦਨਾਮੀ ਆਪਣੀ ਹੁੰਦੀ ਆ, ਉਹਨਾਂ ਮੁੰਡਿਆਂ ਨੇ ਬਥੇਰਾ ਜੋ ਲਿਆ, ਕੁਲਦੀਪ ਸਿੰਘ ਵੈਦ ਨੀ ਮੈਨੂੰ ਨਿਕਲ ਜੇ ਇੱਕ ਚੈਨਲ ਤੇ ਗੱਲ ਕਰਦਾ ਕਿ ਮੈਂ ਜਾ ਕੇ ਮਿਲ ਕੇ ਆਇਆ ਉਹਨਾਂ ਨੂੰ, ਉਹਨੇ ਕਿਹਾ ਜੀ ਸਾਡੀ ਜੱਜ ਕੱਲ ਥੋੜੇ ਤਿਆਰ ਹੀ ਨੀ ਸੀਗਾ, ਬਥੇਰਾ ਉਹਨੂੰ ਕਿਹਾ ਵੀ ਉਹ ਕੇਸ ਹੀ ਨੀ ਹੈਗਾ, ਇਹ ਕੇਸ ਹੀ ਦੂਸਰਾ, ਉਹ ਚ ਕਿਉਂ ਕੁਛ ਬਣਾ ਕੇ ਫੜੇ ਗੱਲ ਕੀਤੀ ਅਸੀਂ ਕੁਛ, ਇਸ ਕਰਕੇ ਜਿਹੜੇ ਬੰਦੇ ਨੇ ਨਹੀਂ ਆ ਰਹੇ ਫਿਰ ਕੀਤੇ, ਜੇ ਫਿਰ ਫਿਰ ਵੀ ਅਦਾਲਤ ਆ ਉਹਨੂੰ ਸ਼ੈਲਟਰ ਦੇ ਰਹੀ ਹੈ ਤੇ ਮੈਂ ਸੋਚਦਾ ਲੋਕਾਂ ਦਾ ਵਿਸ਼ਵਾਸ ਨਹੀਂ ਸੀ ਅਦਾਲਤ ਨੂੰ ਰੱਖੀ। ਤੇ ਲੌਂਗੋਵਾਲ ਸਾਹਿਬ ਦੀ ਬਰਸੀ ਸੀ ਜੀ ਅੱਜ, ਆਮ ਤੌਰ ਤੇ ਕੈਪਟਨ ਸਾਹਿਬ ਤਾਂ ਮਨਾਉਂਦੇ ਹੀ ਹੁੰਦੇ ਸੀਗੇ ਇਹਨੂੰ ਬੜੇ ਸ਼ਾਨੋ ਸ਼ੌਕਤ ਦੇ ਨਾਲ ਆਪਦੀ ਸਰਕਾਰ ਵੇਲੇ, ਤੇ ਅਕਾਲੀ ਦਲ ਭਾਵੇਂ ਫਿੱਕਾ ਰਹਿੰਦਾ ਸੀਗਾ, ਕਿਵੇਂ ਰਹੀ ਜੀ? ਅਕਾਲੀ ਦਲ ਤਾਂ ਮਨਾਉਂਦਾ ਨਹੀਂ ਸੀ, ਆ ਕੇ ਸ਼ੁਰੂ ਕੈਪਟਨ ਸਾਹਿਬ ਨੇ ਕੀਤੀ। ਅੱਜ ਜਿਹੜੀ ਉੱਥੇ ਇਕੱਠ ਕੀਤਾ ਗਿਆ ਸੀ ਲੌਂਗੋਵਾਲ ਜੀ, ਉਹਦੇ ਵਿੱਚ ਸਰਦਾਰ ਸੁਖਬੀਰ ਸਿੰਘ ਨੇ ਬਕਾਇਦਾ ਤੌਰ ਤੇ ਜਾਣਾ, ਤੇ ਪਿੰਡਾਂ ਦੇ ਵਿੱਚ ਕਿਸਾਨਾਂ ਨੇ ਅਨਾਊਂਸਮੈਂਟ ਕਰ ਦਿੱਤੀ ਕਿ ਇੱਥੇ ਜਿਹੜਾ ਵੀ ਲੀਡਰ ਉਹਦਾ ਵਿਰੋਧ ਕੀਤਾ ਜਾਊ, ਲੀਡਰ ਨਹੀਂ ਬਣ ਦਿੱਤਾ ਜਾਊਗਾ। ਚੰਦੂ ਮਾਜਰਾ ਆਇਆ, ਉਹਦੇ ਖਿਲਾਫ਼ ਬੜੀ ਤਗੜੀ ਨਾਅਰੇਬਾਜ਼ੀ ਹੋਈ, ਬੜਾ ਵਿਰੋਧ ਆਇਆ, ਚਰਬ ਸੇ ਘੇਰੇ ਪਾਏ, ਪੁਲਿਸ ਨੇ ਬੜੀ ਮੁਸ਼ਕਲ ਨਾਲ ਕੱਢਿਆ ਉਹਨੂੰ ਜੀ, ਤੇ ਉਹਨੇ ਫਿਰ ਸੁਖਬੀਰ ਬਾਦਲ ਨੂੰ ਕਹਿ ਤਾ ਮਹਾਰਾਜ ਜੀ ਆਏ ਉਹਨਾਂ ਬੜੀ ਮੰਦੀ ਹਾਲਤ ਜੇ, ਫਿਰ ਸੁਖਬੀਰ ਬਾਦਲ ਨੇ ਆਇਆ ਜੀ। ਰਚਾਨ ਸਿੰਘ ਲੌਂਗੋਵਾਲ ਦੀ ਬਰਸੀ ਹਰ ਸਾਲ 20 ਅਗਸਤ ਤੋਂ ਕੈਪਟਨ ਅਮਰਿੰਦਰ ਸਿੰਘ ਨੇ ਮਨਾਉਣੀ ਸ਼ੁਰੂ ਕੀਤੀ ਜੀ, ਤੇ ਅੱਜ ਮਨਾਈ ਜਾਂਦੀ ਹੈ। ਜਿਸ ਤਰੀਕੇ ਨਾਲ ਕਿਸਾਨਾਂ ਨੇ ਵਿਰੋਧ ਕੀਤਾ, ਸ਼ਾਇਦ ਨਹੀਂ ਸੀ ਕਰਨਾ ਚਾਹੀਦਾ, ਕਿਉਂਕਿ ਸੰਗਤਾਂ ਦੀ ਬਰਸੀ ਮਨਾ ਰਹੇ ਸੀ, ਬਰਸੀ ਸੀ ਸਮਾਗਮ ਸੀ, ਖੁਸ਼ੀ ਦਾ ਸਮਾਗਮ ਤਾਂ ਹੈ ਨਹੀਂ। ਬਿਲਕੁਲ ਬਿਲਕੁਲ, ਇਹ ਤਾਂ ਹੁਣ ਬਹਾਨਿਆਂ ਨਾਲ, ਇਹ ਤਾਂ ਹੁਣ ਸਾਰੇ ਲੀਡਰਾਂ ਦੀਆਂ ਤੁਸੀਂ ਫੇਸਬੁੱਕ ਪ੍ਰੋਫਾਈਲਾਂ ਦੇਖੋ ਤਾਂ ਬਹਾਨਿਆਂ ਦੇ ਨਾਲ ਜਾਂਦੇ ਆ ਮਰਨਿਆਂ ਤੇ, ਹੈ ਜੀ, ਉੱਥੇ ਅਫਸੋਸ ਮਨਾਉਂਦੇ ਆ ਤੇ ਫਿਰ ਫੋਟੋਆਂ ਪਾਉਂਦੇ ਆ, ਹੋਰ ਤਾਂ ਇਹਨਾਂ ਕੋਲ ਰਹਿ ਨਹੀਂ ਗਿਆ ਜੀ ਜੀ ਜੀ। ਵੀ ਮਰਨਿਆਂ ਦੇ ਬਹਾਨੇ ਨਾਲ ਹੀ ਜੀ ਜੀ, ਉਹਦੇ ਵਿੱਚ ਜਿਹੜੀ 100 ਦਿਨ ਦੀ ਯਾਤਰਾ ਸ਼ੁਰੂ ਕੀਤੀ ਹੈ ਸੁਖਬੀਰ ਸਿੰਘ ਬਾਦਲ ਨੇ, ਕੱਲ ਉਹਨਾਂ ਕੋਲ ਜਵਾਬ ਦਿੱਤੇ ਕਿਸਾਨਾਂ ਦੇ, ਲੇਕਿਨ ਉਹ ਇਸ ਗੱਲ ਦਾ ਸਪਸ਼ਟ ਨਹੀਂ ਕਰ ਸਕੀ ਵੀ ਜਿਹੜੇ ਤੁਸੀਂ ਵਾਅਦੇ ਕੀਤੇ ਸੀ ਪੂਰੇ ਕੀਤੇ ਜੀ, ਉਹਦੀ ਗੱਲ ਜਵਾਬ ਨਹੀਂ ਦੇ ਸਕੇ, ਉੱਥੇ ਨਹੀਂ ਕੀਤੇ। ਉਹਨਾਂ ਨੇ ਬਕਾਇਦਾ ਤੌਰ ਤੇ ਕਿਹਾ ਸਾਡੇ ਕੋਲ ਅਖਬਾਰਾਂ ਦੀਆਂ ਕੱਟੀਆਂ ਹੈਗੀਆਂ, ਵੱਡੇ ਬਾਦਲ ਸਾਹਿਬ ਦੇ ਬਿਆਨ ਹੈਗੇ ਆ, ਕਿਆ ਕੰਮ ਕਰਾਂਗੇ ਤੇ 10 ਸਾਲਾਂ ਤੁਸੀਂ ਕਿਸਾਨਾਂ ਦੀ ਸੁਣੀ ਕੋਈ ਨਹੀਂ ਜੀ। ਇਸ ਕਰਕੇ ਜਿਹੜਾ ਅਸੀਂ ਸੁਖਬੀਰ ਸਿੰਘ ਬਾਦਲ ਨੂੰ ਇਹ ਜਿਹੜੇ 100 ਦਿਨ ਦੀ ਯਾਤਰਾ ਕੀਤੀ, ਉੱਥੇ ਵੀ ਕਿਸਾਨਾਂ ਦਾ ਕਾਫੀ ਵਿਰੋਧ ਸਹਿਣਾ ਪੈ ਰਿਹਾ ਵਾ। ਪਹਿਲੇ ਦਿਨ ਉਹਨਾਂ ਕਹਿ ਤਾ ਸੀ ਕਾਂਗਰਸੀ ਕਿਸਾਨ ਆ ਜੀ, ਹੁਣ ਕਢਵਾਏ ਇਹ ਕੀ ਕਹਿ ਰਹੇ ਮੈਨੂੰ ਪਤਾ ਨੀ, ਕੱਲ ਵੀ ਉਹਨਾਂ ਦਾ ਵਿਰੋਧ ਹੋਇਆ ਸੀਗਾ ਬਕਾਇਦਾ ਤੌਰ ਤੇ, ਹੁਣ ਅੱਜ ਵੀ ਵਿਰੋਧ ਆਇਆ, ਇੱਥੇ ਲੌਂਗੋਵਾਲ ਵਿਰੋਧ ਹੋਣਾ ਸੀਗਾ, ਇਹਦਾ ਹੁਣ ਸਮਾਂ ਵੇਖਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੂੰ ਇਹਦਾ ਫਾਇਦਾ ਮਿਲਦਾ ਕਿ ਨੁਕਸਾਨ ਹੁੰਦਾ ਵਾ, ਕਿਉਂ ਹਾਲ ਦੀ ਘੜੀ ਸਿਰਫ ਤੇ ਸਿਰਫ ਇਹਨਾਂ ਦੇ ਅਕਾਲੀ ਵਰਕਰ ਇਹਨਾਂ ਨਾਲ ਆ ਰਹੇ ਨੇ ਜਿਹੜੀਆਂ ਮੀਟਿੰਗਾਂ ਕਰਨੀਆਂ ਜੀ, 700 ਮੀਟਿੰਗਾਂ ਕਰਨੀਆਂ, ਉਹਨਾਂ ਮੀਟਿੰਗਾਂ ਸਿਰਫ ਅਕਾਲੀ ਵਰਕਰ ਆ ਰਹੇ। ਲੇਕਿਨ ਇੱਕ ਗੱਲ ਜ਼ਰੂਰ ਆ ਕਿ ਅੱਜ ਅਨਿਲ ਜੋਸ਼ੀ ਆਪਣੇ ਸਾਥੀਆਂ ਨੇ ਜਿਹੜਾ ਸੀ ਭਾਜਪਾ ਨੂੰ ਛੱਡ ਕੇ ਬਕਾਇਦਾ ਤੌਰ ਤੇ ਰਸਮੀ ਤੌਰ ਤੇ ਅਕਾਲੀ ਦਲ ਸ਼ਾਮਲ ਹੋ। ਅੱਛਾ, ਮੈਂ 1 ਮਿੰਟ ਇਹਦੇ ਉੱਤੇ ਤੁਹਾਡੇ ਨਾਲ ਗੱਲ ਹੀ ਕਰ ਲਾਂ, ਇਹ ਭਾਜਪਾ ਵਾਲੇ ਕਿਉਂ ਇੱਧਰ ਸ਼ਾਮਲ ਹੋ ਰਹੇ ਆ, ਕਿਉਂਕਿ ਕਿਤੇ ਭਾਜਪਾ ਦੀ ਅੰਦਰ ਖਾਤੇ ਕੋਈ ਗਿੱਟੀ ਸਿੱਟੀ ਤਾਂ ਨਹੀਂ ਵੀ ਆਪਦੇ ਬੰਦੇ ਉੱਧਰ? ਬਹੁਤ ਹੀ ਸਵਾਲ ਤੁਸੀਂ ਕੀਤਾ, ਹੈ ਬਹੁਤ ਹੀ ਸਵਾਲ ਹੈ ਜੀ। ਕਾਰਨ ਜੇ ਆਪਾਂ ਅਨਿਲ ਜੋਸ਼ੀ ਦੀ ਗੱਲ ਕਰ ਲਈਏ ਤੇ ਹਲਕਾ ਉੱਤਰੀ ਤੋਂ ਇਹਨਾਂ ਕੋਲ ਕੋਈ ਉਮੀਦਵਾਰ ਨਹੀਂ ਹੈਗਾ। ਅੰਮ੍ਰਿਤਸਰ ਉੱਤਰੀ ਜਿਹੜਾ ਸੀ ਉਹ ਬੀਜੇਪੀ ਦੇ ਹਿੱਸੇ ਚ ਆਇਆ ਸੀ ਤੇ ਅਕਾਲੀ ਦਲ ਕੋਲ ਕੋਈ ਉਮੀਦਵਾਰ ਨਹੀਂ, ਤੇ ਇਹਨਾਂ ਨੇ ਐਤਕੀ ਉਹ ਸੀਟ ਬਸਪਾ ਨੂੰ ਛੱਡ ਦਿੱਤੀ ਜੀ। ਬਸਪਾ ਨਾਲ ਪਤਾ ਲੱਗਾ ਵੀ ਸਮਝੌਤਾ ਹੋ ਗਿਆ ਵੀ ਚਲੋ ਠੀਕ ਹੈ, ਜੇ ਜੋਸ਼ੀ ਆਵੇ ਤਾਂ ਰਹਿੰਦੇ, ਤੁਸੀਂ ਝਾੜੀ ਚੱਲ ਜਾਗੇ, ਤੁਸੀਂ ਸੀਟ ਨਾ ਦਿੰਦੇ। ਮਤਲਬ ਉਹਨਾਂ ਸੀਟਾਂ ਤੇ ਉਹ ਆ ਰਹੇ ਬੰਦੇ ਜਿਹੜੀਆਂ ਸੀਟਾਂ ਪਹਿਲਾਂ ਭਾਜਪਾ ਦੇ ਕੋਲੇ ਸੀ ਤੇ ਉਹੀ ਬੰਦੇ ਫਿਰ ਅਕਾਲੀ ਦਲ ਲੜਨਗੇ। ਆਹੀ ਤਾਂ ਗੱਲ ਨਹੀਂ, ਉਹ ਵੀ ਛੱਡੋ, ਚਲੋ ਅਕਾਲੀ ਦਲ ਆ ਗਿਆ ਵੀ ਭਾਜਪਾ ਦੇ ਤੁਸੀਂ ਹੋਰ ਪਾਰਟੀ ਜਾਵੜੋ, ਇੱਥੇ ਇਹਨਾਂ ਦੇ ਮਤਲਬ ਕੀ ਸੀ ਜਿਨ੍ਹਾਂ ਦੇ ਨਾਲ ਵੀ ਆਪਾਂ ਗੱਲ, ਤਾਂ ਉਹੀ ਵੇਖਣ ਵਾਲੀ ਹੈ ਨਾ। ਮੈਂ ਦੱਸਣ ਲੱਗਾ ਜੀ, ਦੱਸਣ ਤੁਹਾਨੂੰ, ਅਨਿਲ ਜੋਸ਼ੀ ਤੇ ਜਾਣਾ ਸੀ ਆਮ ਆਦਮੀ ਪਾਰਟੀ ਦੇ ਵਿੱਚ। ਅੱਛਾ ਜੀ, ਆਮ ਆਦਮੀ ਪਾਰਟੀ ਨੇ ਉੱਥੋਂ ਪਹਿਲਾਂ ਕੁੰਵਰ ਵਿਜੇ ਪ੍ਰਤਾਪ ਨੂੰ ਅਨਾਊਂਸ ਕਰ ਦਿੱਤਾ ਕਿ ਇਹ ਸਾਡਾ ਉਮੀਦਵਾਰ ਇੱਥੋਂ। ਭਾਵੇਂ ਰਸਮੀ ਤੌਰ ਤੇ ਮੁੰਡੇ ਉਹਦੇ ਕਹਿ ਤਾ ਵੀ ਤੂੰ ਇਲੈਕਸ਼ਨ ਲੜੇਗਾ, ਉਹਨੇ ਮੀਟਿੰਗਾਂ ਬੜੀ ਸ਼ੁਰੂ ਕਰਤੀਆਂ ਜੀ।
ਕੁੰਵਰ ਵਿਜੇ ਪ੍ਰਤਾਪ ਨਾਲ ਤੇ ਇਹਦਾ ਦੋਵਾਂ ਦਾ ਬੜਾ ਗਹਿਰਾ ਵੈਰ ਆ। ਪਰ ਸਿਆਸਤ ਦੇ ਵਿੱਚ ਇਦੂ ਗਹਿਰਾ ਵੈਰ ਤਾਂ ਨਹੀਂ ਜਿੰਨਾ ਅਕਾਲੀ ਦਲ ਨਾਲ ਸੀ, ਡਾਂਗ ਸੋਟਾ ਚੱਲਿਆ। ਇਕਤਾਲੀ ਸਾਲਾਂ ਬਾਅਦ ਆਪਣੇ ਜਿਹੜੇ ਅਸੀਂ ਘਰ ਦੇ ਵਿੱਚ ਉਹਨੇ ਆਪਣਾ ਬੀਜੇਪੀ ਦਾ ਝੰਡਾ ਲਾ ਕੇ ਤੇ ਕਿਸਾਨੀ ਝੰਡਾ ਲਾ। ਹੁਣ ਜਿੱਥੋਂ ਇਲੈਕਸ਼ਨ ਲੜਨੀ ਉਹਨੇ ਉੱਥੋਂ ਤੇ ਬੀਜੇਪੀ ਦੇ ਖਾਤੇ ਚ ਸੀ ਪਹਿਲਾਂ ਵੀ, ਫਿਰੋਜ਼ਪੁਰ ਸ਼ਹਿਰ ਹੀ ਬੀਜੇਪੀ ਦੇ ਖਾਤੇ ਬੀਜੇਪੀ ਦੇ ਖਾਤੇ ਸੀ ਬਿਲਕੁਲ ਜੀ, ਉੱਥੋਂ ਇਲੈਕਸ਼ਨ ਲੜ ਲੂਗਾ। ਮਤਲਬ ਉੱਥੇ ਉੱਥੇ ਬੰਦੇ ਜਾ ਰਹੇ ਕਰ ਰਹੇ ਆਪਾਂ ਛੱਡ ਰਹੇ ਬੀਜੇਪੀ ਨੂੰ ਜਿੱਥੇ ਜਿੱਥੇ ਉਹਨੂੰ ਪਹਿਲਾਂ ਟਿਕਟਾਂ ਮਿਲੀਆਂ ਸੀ, ਭਾਵੇਂ ਗੁਜਰਾਤ ਲੜੇ ਭਾਵੇਂ ਕਿਸੇ ਪਾਰਟੀ ਵੱਲ ਲੜੋ ਜੀ। ਇਸ ਕਰਕੇ ਆਮ ਆਦਮੀ ਪਾਰਟੀ ਜਾਂਦਾ ਤੇ ਉਹਨੂੰ ਜਿਹੜੀ ਸੀ ਟਿਕਟ ਨੀ ਸੀ ਉੱਥੋਂ ਮਿਲਣੀ, ਇਸ ਕਰਕੇ ਉਹਨੇ ਸੋਚਿਆ ਵੀ ਅਕਾਲੀ ਦਲ ਚੋਂ ਟਿਕਟ ਲੈ ਲਓ, ਲੜ ਕੇ ਵੇਖ ਲਓ, ਜੇ ਜਿੱਦਣ ਜਿੱਦਣ ਨੇ ਫਿਰ ਚੱਲ ਜਾਂਗੇ ਬੀਜੇਪੀ ਚ, ਬੀਜੇਪੀ ਕਿਹੜੀ ਮਨਾ ਕਰਦੀ ਹੈ। ਹਾਂ ਬੀਜੇਪੀ ਤਾਂ ਘਰੋਂ ਆ ਕੇ ਵੀ ਦੇਊਗੀ 5-5 ਲੱਖ ਰੁਪਈਆ ਤਾਂ ਐਮ ਸੀ ਦੀਆਂ ਚੋਣਾਂ ਵੇਲੇ ਦਿੱਤਾ ਸੀ। ਬਿਲਕੁਲ ਬਿਲਕੁਲ ਹਾਂਜੀ। ਤੇ ਸੌਦਾ ਸਾਧ ਬਾਰੇ ਵੀ ਕੁਛ ਆ ਰਿਹਾ, ਰੱਖੜੀ ਪਿਛਲੇ ਸਾਲ ਵੀ ਕਹਿੰਦੇ ਬੜੀਆਂ ਰੱਖੜੀਆਂ ਭੇਜੀਆਂ ਸੀ, ਤੇ ਐਤਕੀ ਕੀ ਆ ਜੀ? ਕਹਿੰਦੇ ਗੱਡੀ ਚ ਵੀ ਕਹਿੰਦੇ ਬੀਜੀਆਂ ਕਿੱਥੇ ਸੀ ਗੱਡੀ? ਪਹਿਲੀ ਗੱਲ ਤੇ ਇਹ ਆ ਵੀ ਪ੍ਰੋਟੋਕੋਲ ਦੇ ਮੁਤਾਬਕ ਜਦੋਂ ਤੁਸੀਂ ਕਿਸੇ ਕੈਦੀ ਨੂੰ ਲੈ ਕੇ ਜਾਂਦੇ ਹੱਥ ਕੜੀ ਲੱਗੀ ਹੁੰਦੀ, ਕੋਈ ਬੰਦਾ ਦੂਜਾ ਅਲੱਗ ਨਹੀਂ ਹੁੰਦਾ। ਅੱਛਾ ਇੱਕ ਜੀ, ਇੱਕ ਮਿੰਟ ਪੱਟੀ ਸਾਹਿਬ ਮੈਂ ਰੋਕ ਦਿਆਂ। ਕਹਿੰਦੇ ਮੰਡ ਸਾਹਿਬ ਤਾਂ ਕਹਿੰਦੇ ਜੀ ਅਸੀਂ ਚਿੱਠੀ ਪੜਾਂਗੇ ਉੱਥੇ, ਤੇ ਮੈਨੂੰ ਸਰਬਜੀਤ ਸਿੰਘ ਸੈਕਰਮੈਂਟ ਹੋਰਾਂ ਨੇ ਭੇਜਿਆ, ਕਹਿੰਦੇ ਮੰਡ ਸਾਹਿਬ ਨੇ ਕਹਿੰਦੇ ਚਿੱਠੀ ਵੀ ਪੜ੍ਹ ਲਈ ਆ, ਪਤਾ ਨਹੀਂ ਯੂਟਿਊਬ ਤੇ ਕਿੰਨਾ ਕੁ ਸੱਚ ਹੈ ਕੀ ਹੈ ਕੀ ਨਹੀਂ। ਪਰ ਗੱਲ ਤੇ ਆ ਵੀ ਜਾਂ ਇਹਨਾਂ ਕੋਈ ਦਫ਼ਤਰ ਹੋਵੇ ਜਾਂ ਕੋਈ ਸਿਸਟਮ ਹੈ ਫਿਰ ਤਾਂ ਆਪਾਂ ਗੱਲ ਕਰ ਲਈਏ। ਮੰਨ ਸਾਹਿਬ ਤੁਹਾਡੇ ਸਾਥੀ ਸਾਰੇ ਛੱਡ ਕੇ ਤੁਸੀਂ ਇਕੱਲੇ ਰਹਿ ਗਏ, ਅਜੇ ਵੀ ਤੁਸੀਂ ਦਾਵਾ ਕਰੀ ਜਾ ਰਹੇ ਹੋ ਤੇ ਤੁਹਾਡੀ ਮਰਜ਼ੀ ਸੀ ਤੇ ਨਹੀਂ ਕਹਿੰਦੇ ਤਾਂ ਕਰੋ, ਤੁਸੀਂ ਦਾਵਾ ਕਰੀ ਜਾਓ ਬੇਸ਼ੰਤੀ ਕਰੀ ਜਾਓ, ਲੇਕਿਨ ਜਦੋਂ ਤੁਹਾਨੂੰ ਅਕਾਲ ਤਖ਼ਤ ਦੇ ਲਾਗੇ ਲਾਗੇ ਨੂੰ ਲੰਘਣ ਦਿੰਦੇ ਹੋ, ਮੱਥਾ ਟੇਕ ਲੈਂਦੇ, ਤੁਹਾਡੇ ਪਿੱਛੇ 10 ਬੰਦੇ ਖਲੋਤੇ ਹੁੰਦੇ ਮੱਥਾ ਕਿੱਦਾਂ ਟੇਕਦਾ ਹੈ, ਤੇ ਤੁਸੀਂ ਕਹਿੰਦੇ ਜਿਸਦਾ ਰਹਿ ਗਏ ਫਿਰ ਤੁਸੀਂ ਅਕਾਲ ਤਖ਼ਤ ਦੇ ਜੀ, ਦਫ਼ਤਰ ਤੁਹਾਡੇ ਕੋਲੇ ਕੋਈ ਨੀ, ਬਾਹਰ ਖਲੋ ਕੇ ਤੁਸੀਂ ਜੋ ਅਕਾਲ ਤਖ਼ਤ ਦੇ ਸਕੱਤਰ ਦੇ ਬਾਹਰ ਖਲੋ ਕੇ ਤੇ ਗਲੀ ਦੇ ਵਿੱਚ ਦੀ ਫੋਟੋ ਲਵਾ ਕੇ ਆ ਜਾਂਦੇ। ਚਲੋ ਆਪਾਂ ਅਗਲੀ ਗੱਲ ਤੇ ਚੱਲੀਏ ਜਿਹੜੀ ਆਪਾਂ ਵਿਚਾਲੇ ਛੱਡੀ ਸੀ, ਸਾਦੇ ਸਾਧ ਵਾਲੀ। ਹਾਂਜੀ ਹਾਂ, ਉਹ ਵੇਖੋ ਜੀ ਜੋ ਅਖਬਾਰਾਂ ਦੀਆਂ ਖਬਰਾਂ ਦੇ ਮੁਤਾਬਕ ਇਹ ਆ ਵੀ ਜਿਹੜਾ ਸੌਦਾ ਸਾਧ ਸੀਗਾ ਉਹਨੂੰ 25,000 ਰੱਖੜੀਆਂ ਤੇ ਗਈਆਂ ਨੇ ਪਿਛਲੇ ਸਾਲ। ਨਹੀਂ ਅੱਛੀ 25,000 ਰੱਖੜੀਆਂ ਗਈਆਂ, ਲੇਕਿਨ ਉਹ ਸੁਨਾਰੀਆ ਜੇਲ੍ਹ ਤੇ ਇੱਕ ਸਾਧ ਹੋ ਰਹੇਗਾ ਵਾ ਸਿਰਸਾ ਜੇਲ੍ਹ ਦੇ ਵਿੱਚ। ਅੱਛਾ ਜੀ, ਰਾਮਪਾਲ ਜਿਹੜਾ? ਹਾਂ ਰਾਮਪਾਲ ਹੈਗਾ, ਹੈਗਾ ਜੀ ਹੈਗਾ, ਉਹ ਵੀ ਸੇਮ ਉਹਨੂੰ ਗਈ ਸਿਰਫ 25। ਅੱਛਾ ਜੀ, ਇਹਨੂੰ 25,000 ਤੇ ਉਹਨੂੰ 25। ਇਹਦਾ ਮਤਲਬ ਵੀ ਭਾਵੇਂ ਜਿੰਨੀ ਮਰਜ਼ੀ ਵੱਡੀ ਸਜ਼ਾ ਹੋ ਗਈ ਆ, ਜਿੱਡਾ ਮਰਜ਼ੀ ਗੁਨਾਹ ਕੀਤਾ, ਜਿਹੜੇ ਸਾਡੇ ਅੰਧ ਵਿਸ਼ਵਾਸੀ ਨੇ ਅੱਜ ਵੀ ਇਹਨੂੰ ਆਪਣਾ ਗੁਰੂ ਮੰਨਦੇ, ਅੱਜ ਵੀ ਪਿਤਾ ਜੀ ਮੰਨਦੇ। ਚਲੋ ਤਾਂ ਉੱਧਰ ਇੱਧਰ ਤਾਂ ਲੰਘਾ ਨੂੰ ਕਹਿੰਦੇ ਸੁੱਚਾ ਲੰਘਾ ਤੇਰੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ, ਪਹਿਰਾ ਦਿਆਂਗੇ ਠੋਕ ਕੇ। ਇਹ ਤਾਂ ਇਲਾਜ ਨੀ ਹੋ ਸਕਦਾ ਜੀ। ਨਰਿੰਦਰ ਦਾ ਭੋਲਕਰ ਸੀਗਾ ਜੀ, ਦਵਿੰਦਰ ਦਭੋਲਕਰ ਨੇ ਇੱਕ ਅੰਧ ਵਿਸ਼ਵਾਸ ਦੇ ਜਿਹੜੀ ਸੀ ਖਿਲਾਫ਼ ਇੱਕ ਮੁਹਿੰਮ ਛਿੜੀ ਉੱਥੇ ਆਪਣੇ ਨੇ ਉਹਦੇ ਚ ਆਪਣੇ ਚ ਮਹਾਰਾਸ਼ਟਰ ਦੇ ਵਿੱਚ, ਉਹਦੇ 200 ਦੇ ਕਰੀਬ ਉਹਨੇ ਆਪਣੇ ਵਰਕਰ ਵੀ ਬਣਾਏ ਇਹਨਾਂ ਜੋਸ਼ੀਆਂ ਖਿਲਾਫ਼, ਇਹਨਾਂ ਸਾਰਿਆਂ ਦੇ ਖਿਲਾਫ਼ ਚੰਗੀ ਉਹਨੇ ਜਿਹੜੀ ਰੇਲ ਬਣਾਈ ਇਹਨਾਂ ਦੀ। ਅਖੀਰ ਤੇ ਹੋਇਆ ਕੀ ਤੇ ਨਰਿੰਦਰ ਦਭੋਲਕਰ ਦਾ ਕਤਲ ਹੋ ਗਿਆ ਜੀ, ਤੇ ਕਤਲ ਕਰਾਉਣ ਵਾਲੇ ਕਿਹੜੇ ਸੀਗੇ? ਉਹੀ ਲੋਕ ਪਿੱਛੇ ਸੀ ਜਿਹਨਾਂ ਦੇ ਖਿਲਾਫ਼ ਬੋਲਦਾ ਸੀ ਜੀ, ਲੇਕਿਨ ਨਰਿੰਦਰ ਦਭੋਲਕਰ ਨੇ ਜਿਹੜਾ ਸੀ ਇੱਕ ਪੇਸ਼ ਕੀਤਾ ਸੀ ਵੀ ਤੁਸੀਂ ਤੇ ਬਿੱਲ ਲੈ ਕੇ ਆਓ, ਬਿੱਲ ਜਿਹੜਾ ਵੀ ਉਹਨਾਂ ਦੀ ਜਿਹੜੀ ਸੀ ਵਿਧਾਨ ਸਭਾ ਨੇ ਪਾਸ ਕਰਤਾ ਤੇ ਵਿਧਾਨ ਪ੍ਰੀਸ਼ਦ ਨੇ ਪਾਸ ਨਹੀਂ ਸੀਗੀ ਜੀ। ਉਹਦੀ ਮੌਤ ਤੋਂ ਬਾਅਦ ਫਿਰ ਪ੍ਰੈਸ਼ਰ ਪਿਆ ਤੇ ਫਿਰ ਆਰਡੀ ਨੇ ਸਬਕਿਆ ਤੌਰ ਤੇ ਪੇਸ਼ ਕੀਤਾ ਤੇ ਉਹ ਪਾਸ ਹੋ ਗਿਆ, ਤੇ ਅੱਜ ਦੀ ਡੇਟ ਦੇ ਵਿੱਚ ਜਿਹੜਾ ਮਹਾਰਾਸ਼ਟਰ ਸਰਕਾਰ ਦੇ ਵਿੱਚ ਕੋਈ ਸ਼ਿਕਾਇਤ ਲੈ ਕੇ ਜਾਵੇ ਨਾ ਅੰਧ ਵਿਸ਼ਵਾਸ ਵਾਲੇ ਦੇ ਖਿਲਾਫ਼ ਜੀ, ਉਹ ਮੁਕੱਦਮਾ ਦਰਜ ਕਰਦੇ ਆ ਇੱਕ ਮਹਾਰਾਸ਼ਟਰ ਇੱਕ ਛੱਤੀਸਗੜ੍ਹ, ਦੋ ਸਰਕਾਰਾਂ ਆਈਆਂ ਸਿਰਫ਼। ਅੱਛਾ ਜੀ,
ਪੰਜਾਬ ਸਰਕਾਰ ਦੇ ਵਿੱਚ ਘੱਟੋ ਘੱਟ ਹਰ ਮੰਤਰੀ ਨੂੰ ਹਰ ਵਿਧਾਇਕ ਨੂੰ ਤਰਕਸ਼ੀਲਾ ਨੇ ਮੰਗ ਪੱਤਰ ਦਿੱਤੇ ਨੇ ਭਾਈ ਆਹ ਕਾਨੂੰਨ ਤੁਸੀਂ ਵੀ ਲੈ ਕੇ ਆਓ ਜੀ ਪਰ ਨਹੀਂ ਲਿਆਉਂਦੇ ਜਿੰਨਾ ਮੌਲੀਆਂ ਬੰਦੀਆਂ ਤੇ ਥਜੇ ਮੁੰਦਰੀਆਂ ਪਾਈਆਂ ਵੱਡੀਆਂ ਵੱਡੀਆਂ ਕਿਉਂ ਲੈ ਕੇ ਨਹੀਂ ਲਿਆਉਂਦੇ ਜੀ ਨਹੀਂ ਲਿਆਉਂਦੇ ਤੁਸੀਂ ਵੀ ਸਿਆਣੇ ਹੋ ਕਿਵੇਂ ਲਿਆਉਂਦੇ ਇਸ ਕਰਕੇ ਬਿਲਕੁਲ ਜੇ ਸਾਡੇ ਲੀਡਰ ਉਹਨਾਂ ਪਿੱਛੇ ਪੈ ਨੇ ਅੰਧ ਵਿਸ਼ਵਾਸ ਦੇ ਪਿੱਛੇ ਲੋਕਾਂ ਨੂੰ ਅਸੀਂ ਕਿੱਥੋਂ ਰੋਕ ਸਕਦੇ ਹਾਂ ਕਿਵੇਂ ਮਨਾ ਕਰ ਸਕਦੇ ਹਾਂ ਜੀ ਜਿੰਨਾ 25,000 ਘੱਟੋ ਘੱਟ ਉਹਨੇ 25,000 ਲੜਕੜੀ ਭੇਜੀ ਆ ਤੇ ਜੇ ਘਰ ਦੇ 5 ਜੀ ਤੇ ਕਿੰਨੇ ਲਾ ਲਓ ਤੁਸੀਂ ਕਿੰਨੇ ਬਣਦੇ ਲੋਕ ਲੱਖਾਂ ਦੀ ਗਿਣਤੀ ਜੀ ਬਣ ਜਾਂਦੇ ਜੀ ਜੀ ਇਸ ਕਰਕੇ ਅੱਜ ਵੀ ਲੋਕ ਉਹਦੇ ਪਿੱਛੇ ਖੜੇ ਨੇ ਇਹ ਸਾਬਤ ਹੋ ਗਿਆ ਕਿ ਉਹਦੇ ਲੋਹੇ ਵਾਕਈ ਚੇਲੇ ਨੇ ਉਹਦੇ ਡੇਰੇ ਵੀ ਜਾਂਦੇ ਨੇ ਉੱਥੇ ਉਹਦੇ ਬੱਚੇ ਵੀ ਪੜ੍ਹਦੇ ਨੇ ਉਹ ਸੇਵਾ ਵੀ ਕਰਦੇ ਜਦ ਵੀ ਪਿਤਾ ਜੀ ਕਹਿੰਦੇ ਉਹਨਾਂ ਨੂੰ ਇੰਨਾ ਕੁਛ ਹੋਣ ਦੇ ਬਾਵਜੂਦ ਵੀ ਜੀ ਲੇਕਿਨ ਸਾਡੇ ਸਿੱਖ ਪ੍ਰਚਾਰਕ ਜਿਹੜੇ ਅਜੇ ਤੱਕ ਵੀ ਉਹਨਾਂ ਦਾ ਗੜ ਨੀ ਕੋਈ ਟੁੱਟਦੇ ਇਹ ਜਾਂਦੇ ਆ ਮੱਸਿਆ ਤੇ ਜਾਂਦੇ ਆ ਸੰਗਰਾਂਦ ਤੇ ਜਾਂਦੇ ਆ ਦਰਸ਼ਨ ਪ੍ਰਚਾਰ ਕਰਕੇ ਬੋਲ ਕੇ ਆ ਜਾਂਦੇ ਜੀ ਅਸੀਂ ਪ੍ਰਚਾਰ ਕਰ ਰਹੇ ਹਾਂ ਜੀ ਕੋਈ ਘਬਰਾਓ ਨਾ ਪ੍ਰਚਾਰ ਹੁੰਦਾ ਵਾ ਲੋਕਾਂ ਦੀਆਂ ਸੱਥਾਂ ਚ ਬਹਿ ਕੇ ਲੋਕਾਂ ਦੀਆਂ ਘਰਾਂ ਦੇ ਬਹਿ ਕੇ ਜਾ ਕੇ ਕਰਨੀ ਭੇਜੀ ਕਰਨਾ ਕੀ ਚਾਹੁੰਦੇ ਇਹ ਜਿਹੜੇ ਵੱਡੇ ਹੁੰਦਾ ਗੱਡੀਆਂ ਵੱਡੀਆਂ ਗੱਡੀਆਂ ਦੇ ਨਾਲ ਜਿਹੜੇ 10-10 ਗਨਮੈਨ ਰੱਖ ਕੇ ਜਿਹੜੇ ਨੀ ਹੁੰਦੇ ਜਿਹੜੇ ਗਨਮੈਨ ਰੱਖ ਕੇ ਤੇ ਲੁੱਟ ਖੋ ਸਕਦੀ ਆ ਆ ਲੁੱਟ ਖੋਈ ਕਰਨੀ ਜੀ ਹੋਰ ਕਰਨਾ ਵੀ ਕੀ ਆ ਜੀ ਉਹ ਕੈਨੇਡਾ ਤੋਂ ਇੱਕ ਵੀਡੀਓ ਦੇਖੀ ਇਹਨਾਂ ਨੇ ਪਤੰਦਰ 7 ਸਮੁੰਦਰ ਪਾਰ ਬੈਠਾ $2,000 ਤੇ ਕਹਿੰਦੇ ਅੱਧਾ ਕਿਲੋ ਕਿ ਕਿੰਨਾ ਸੋਹਣਾ ਲੈ ਗਿਆ ਕਿਸੇ ਤੋਂ ਹੈ ਦੱਸੋ ਆਪਣੀਆਂ ਬੀਬੀਆਂ ਇੱਕ ਗਾਉਣ ਵਾਲੀ ਦਾ ਘਰ ਵਾਲਾ ਜੀ ਉਹ ਵੀ ਕਹਿੰਦੇ ਦੱਬੀ ਆਉਂਦਾ ਕੰਮ ਹੈ ਉਹ ਪੱਥਰ ਹੀ ਵੇਚੀ ਜਾਂਦਾ ਹੈ ਹਾਂ ਫਿਰ ਉਹ ਚੀਜ਼ਾਂ ਨੇ ਤੁਸੀਂ ਵੀ ਸਿਆਣੇ ਵੀ ਲੁੱਟਣ ਵਾਲੇ ਨੇ ਲੁੱਟਣਾ ਮੈਨੂੰ ਉਹ ਕਹਿੰਦੇ ਇੱਕ 13-13 ਵਾਲਾ ਜੀ ਕਹਿੰਦੇ ਨਿੱਤ ਕਹਿੰਦੇ ਉਹਦੀ ਖੁੱਲ ਜਾਂਦੀ ਹੈ ਭਰਾਵੋ ਦੱਸੋ ਮੈਂ ਕੀ ਕਰਾਂ 13-13 ਵਾਲੇ ਦਾ ਹੈ ਜੇ ਤੁਸੀਂ ਖੁੱਲੀ ਜਾਓਗੇ ਸੜਿਆ ਮਾਲ ਵੇਚੀ ਜਾਂਦਾ ਉਹ ਹੈ ਜੀ ਤੇ ਉਹ ਇੱਕ ਬੰਦਾ ਲਾਇਆ ਮੇਰੇ ਕੋਲ ਸੌਂਫ ਉਹ ਵਿੱਚੇ ਚਿੱਟੀ ਤੇ ਵਿੱਚੇ ਹਰੀ ਮੈਂ ਕਿਹਾ ਕਹਾਣੀ ਕੀ ਹੈ ਕਹਿੰਦਾ ਮੈਂ ਕਿਹਾ ਬਾਅਦ 'ਚ ਕਹਿੰਦਾ ਮਿਕਸਚਰ ਮੈਂ ਕਿਹਾ ਮਿਕਸ 'ਚ ਨਹੀਂ ਜੀ ਕਹਿੰਦਾ ਕੀ ਹੈ ਮੈਂ ਕਿਹਾ ਜੈਵਿਕ ਸੌਂਫ ਆ ਇਹ ਫਿਰ ਜੈਵਿਕ ਬਣਾ ਦਿੰਦੇ ਆ ਨਾ ਜੀ ਅਸੀਂ ਕਿਹੜਾ ਕਹਿੰਦੇ ਵੀ ਸਫਾਈ ਕੀਤੀ ਹੈ ਵਿੱਚੋਂ ਉਵੇਂ ਪਾਤੀ ਜੀ ਅਸੀਂ ਤਾਂ ਕਹਿੰਦੇ ਉਹ ਗਾਂ ਪਿੰਡ ਹੈਗਾ ਇੱਕ ਨਾਲੀ ਉਹਨਾਂ ਦੀ ਦੁਕਾਨ ਦੇ ਉੱਥੇ ਇੱਕ ਗੋਦਾਮ ਜਿਹਾ ਲੈ ਰੱਖਿਆ ਕਿਰਾਏ 'ਤੇ ਹੈ ਜੀ ਉੱਥੇ ਦੱਬੀ ਆਉਂਦੇ ਕੰਮ ਬੀਬੀਆਂ ਉੱਥੇ ਬਿਠਾ ਰੱਖੀਆਂ ਪੈਕਟ ਬਣਾ ਬਣਾ ਕੇ ਵੇਚੀ ਜਾਂਦੀਆਂ ਠੱਗਣ ਵਾਲੇ ਨੇ ਠੱਗਣਾ ਜੀ ਠੱਗੀ ਮਰਵਾਉਣ ਵਾਲੇ ਮਰਵਾਈ ਜਾਂਦੇ ਹੁਣ ਆਪਾਂ ਦੇਖੋ ਆਪਾਂ ਤਾਂ ਲਾਲਾ ਲਾਲਾ ਕਰਨ ਵਾਲੇ ਆ ਬਿਲਕੁਲ ਜੀ ਬਿਲਕੁਲ ਤੇ ਹੁਣ ਇੱਧਰ ਭਾਈ ਦਿਲਾਵਰ ਸਿੰਘ ਜੈ ਸਿੰਘ ਵਾਲੇ ਦੀ ਤਸਵੀਰ ਕਹਿੰਦੇ ਜੈਵ ਘਰ 'ਚ ਲਗਾਈ ਜਾਵੇ ਕਿਹਨੇ ਮੰਗ ਕੀਤੀ ਹੈ ਜੀ ਇਹ ਜੀ ਜਗਤਾਰ ਸਿੰਘ ਭਿਓਰਾ ਨੇ ਜੇਲ੍ਹ 'ਚ ਮੰਗ ਕੀਤੀ ਉਹਨੇ ਬਕਾਇਦਾ ਪੱਤਰ ਵੀ ਲਿਖਿਆ ਹੋਇਆ ਸੀ ਪੀਸੀ ਨੂੰ ਵੀ ਜੇ ਤੁਸੀਂ ਉਹਨੂੰ ਕੌਮ ਦਾ ਸ਼ਹੀਦ ਮੰਨਦੇ ਹੋ ਜੀ ਤੇ ਫੇਰ ਤੁਸੀਂ ਤਸਵੀਰ ਲਾ ਦਿਓ ਜੇ ਨਹੀਂ ਮੰਨਦੇ ਡਿਕਲੇਅਰ ਕਰ ਦੋ ਸ਼ਹੀਦ ਨਹੀਂ ਹੈਗਾ ਜੀ ਫਿਰ ਉਹਦੇ ਨਾਂ ਤੇ ਰੋਟੀਆਂ ਨਾ ਸੇਕੋ ਤੁਸੀਂ ਰੋਟੀਆਂ ਤੁਸੀਂ ਨਾਂ ਤੇ ਸੇਕਦੇ ਹੋ ਤੇ ਸ਼ਹੀਦ ਮੰਨਣ ਦੇ ਪਿੱਛੇ ਹਟ ਦਿਓ ਜੀ ਨਾਲੇ ਅੱਜ ਤੋਂ ਸ਼ਹੀਦ ਮੰਨ ਵੀ ਲੈਣਗੇ ਤਸਵੀਰ ਲਾ ਵੀ ਦੇਣਗੇ ਲੇਕਿਨ ਜਦੋਂ ਬਾਦਲ ਸਾਹਿਬ ਅਕਾਲੀ ਦੀ ਸਰਕਾਰ ਹੁੰਦੀ ਬੀਜੇਪੀ ਨੂੰ ਉਦੋਂ ਨੀ ਕਰਦੇ ਉਦੋਂ ਕਹਿੰਦੇ ਨਹੀਂ ਅੱਤਵਾਦੀ ਨੇ ਅੱਤਵਾਦੀ ਹੈ ਅੱਜ ਉਹ ਲਾਭ ਜੇ ਲੇਕਿਨ ਭਾਈ ਜਗਤਾਰ ਸਿੰਘ ਧਿਓਰਾ ਨੇ ਕਿਹਾ ਵੀ ਜਿਹੜਾ ਭਾਈ ਦਿਲਾਵਰ ਸਿੰਘ ਆ ਜਿਹੜਾ ਫਿੱਤੀ ਫਿੱਤੀ ਹੋ ਗਿਆ ਸੀ ਉਸ ਟਾਈਮ ਦੇ ਉੱਤੇ ਅਫਸੋਸ ਇਸ ਗੱਲ ਨੂੰ ਘਟਨਾ ਨੀ ਵਾਪਰਨੀ ਚਾਹੀਦੀ ਸੀ ਗਿਆਨ ਸਿੰਘ ਦੇ ਨਾਲ 17 ਬੰਦੇ ਨਜਾਇਜ਼ ਹੋਰ ਮਾਰੇ ਗਏ 17 ਬੰਦੇ ਸੀਗੇ ਜੀ ਅਫਸੋਸ ਉਹ ਘਟਨਾ ਨੀ ਵਾਪਰਨੀ ਚਾਹੀਦੀ ਸੀ ਲੇਕਿਨ ਉਹਨਾਂ ਦੇ ਬੰਦਿਆਂ ਦੀ ਭਾਵਨਾ ਇਹ ਸੀਗਾ ਵੀ ਨਹੀਂ ਪਤਾ ਨੀ ਕਿੰਨੀਆਂ ਸਾਡੀਆਂ ਧੀਆਂ ਭੈਣ ਦੀ ਇੱਟਾਂ ਲੁੱਟੀਆਂ ਗਈਆਂ ਕਿੰਨੇ ਕੁ ਮੁੰਡੇ ਮਾਰੇ ਗਏ ਕਿੰਨੇ ਘਰਾਂ ਚੁੱਕੇ ਮਾਰੇ ਗਏ ਕਿੰਨੇ ਲੁੱਟੇ ਗਏ ਕਿੰਨੇ ਪੁੱਟੇ ਗਏ ਉਹ ਚੀਜ਼ ਤੇ ਦੁਖੀ ਹੋ ਕੇ ਉਹਨਾਂ ਨੇ ਇਹ ਕਾਰਜ ਕੀਤਾ ਸੀ ਕਹਿੰਦੇ ਅਜੇ ਵੀ ਕਹਿੰਦੇ ਮੰਦਭਾਗੀ ਘਟਨਾ ਨਹੀਂ ਵਾਪਰੀ ਗਈ ਲੇਕਿਨ ਉਹ 17 ਬੰਦਿਆਂ ਬਾਰੇ ਜਿਹੜਾ ਸੀ ਉਦੋਂ ਬਿਆਨ ਦਿੱਤਾ ਸੀ ਭਾਈ ਜਗਤਾਰ ਸਿੰਘ ਉਹਨੇ ਆਪਣੇ ਰਾਜੂ ਵਾਲੇ ਨੇ ਵੀ ਸਾਨੂੰ ਅਫਸੋਸ ਇਸ ਗੱਲ ਦਾ ਜੀ ਉਹਨਾਂ ਪਰਿਵਾਰ ਸਾਡੀ ਕੋਈ ਦੁਸ਼ਮਣੀ ਨਹੀਂ ਸੀ ਲੇਕਿਨ ਉਹ ਮਾਰੇ ਗਏ ਸਾਨੂੰ ਅਫਸੋਸ ਸੱਚ ਉਹਨਾਂ ਦੀ ਕੋਈ ਮਦਦ ਨਹੀਂ ਕਰ ਸਕਦੇ ਲੇਕਿਨ ਸਾਡਾ ਇਹ ਕੰਮ ਕਰਨਾ ਜ਼ਰੂਰੀ ਸੀ ਜੀ ਹੁਣ ਭਾਈ ਜਗਤਾਰ ਸਿੰਘ ਭਾਈ ਦਿਲਾਵਰ ਸਿੰਘ ਜੀ ਦੇ ਤੁਸੀਂ ਦੁਖੀ ਬਣਾਉਂਦੇ ਉੱਥੇ ਆਪਣੇ ਅਕਾਲ ਤਖ਼ਤ ਦੇ ਉੱਤੇ ਉਦੋਂ ਤੁਹਾਡਾ ਸਟਾਫ ਉੱਥੇ ਹੁੰਦਾ ਸੀ ਕਿ ਪ੍ਰਧਾਨ ਵੀ ਉੱਥੇ ਗਿਆ ਸੀ ਜੇ ਤੁਸੀਂ ਜਾ ਕੇ ਬਰਸੀ ਸ਼ਾਮਿਲ ਹੋ ਸਕਦੇ ਹੋ ਤੇ ਖੰਡਪਾਠ ਕਰਾ ਸਕਦੇ ਹੋ ਅਕਾਲ ਤਖ਼ਤ ਦੇ ਤੇ ਫਿਰ ਕਿਉਂ ਨਹੀਂ ਤੁਸੀਂ ਲਾ ਸਕਦੇ ਜੀ ਬਿਲਕੁਲ 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 ਉਹਦੀ ਮੰਗ ਬਿਲਕੁਲ ਜਾ ਜੇ ਫਿਰ ਲਓ ਤੁਸੀਂ ਤੇ ਉੱਧਰ ਆਪਾਂ ਗੱਲ ਕਰੀਏ ਰਾਜਨਾਥ ਸਿੰਘ ਨੇ ਕਿਸਾਨਾਂ ਨਾਲ ਗੱਲਬਾਤ ਕਰਨ ਦੀ ਕੋਈ ਕਹਿੰਦੇ ਚਰਚਾ ਛੇੜੀ ਹੈ ਜੀ ਐਕਚੁਅਲੀ ਬੇਸਿਕਲੀ ਜੇ ਰਾਜਨਾਥ ਸਿੰਘ ਦੇ ਕੋਈ ਕੰਮ ਸੋਪਿਆ ਜਾਂਦਾ ਤੇ ਸ਼ਾਇਦ ਉਹ ਕਿਸਾਨਾਂ ਦਾ ਹੁਣ ਨਾ ਕੋਈ ਮਸਲਾ ਹੱਲ ਕਰਾ ਦਿੰਦਾ ਅੱਛਾ ਜੀ ਇੱਕ ਤੇ ਰਾਜਨਾਥ ਸਿੰਘ ਦੀ ਕਿਸਾਨ ਜਥੇਬੰਦੀ ਰਿਸਪੈਕਟ ਹੈਗੀ
ਉਹਦੀ ਰਿਸਪੈਕਟ ਇਸ ਕਰਕੇ ਆ ਵੀ ਜਦੋਂ ਉਹ ਪਹਿਲਾਂ ਹੁੰਦਾ ਸੀ ਸਿਰਫ ਓਨਲੀ ਆਪਣੇ ਦਾ ਬੀਜੇਪੀ ਦਾ ਪ੍ਰਧਾਨ ਹੁੰਦਾ ਸੀ, ਕੋਈ ਇਹੋ ਜਿਹਾ ਧਰਨਾ ਨਹੀਂ ਸੀ ਕਿਸਾਨਾਂ ਜਿੱਥੇ ਉਹ ਆਪ ਨਹੀਂ ਸੀ ਕੋਈ ਨਾਮ ਜੀ। ਹਰ ਧਰਨੇ ਚ ਪਾਰਟੀ ਬਾਜੀ ਉੱਪਰ ਉੱਠ ਜਾਂਦਾ ਹੁੰਦਾ ਸੀ, ਨਹੀਂ ਵੀ ਕਿਸਾਨਾਂ ਦਾ ਧਰਨਾ। ਇਸ ਕਰਕੇ ਕਿਸਾਨ ਜਿੱਥੇ ਕਦੇ ਸਤਿਕਾਰ ਕਰਦੀਆਂ ਨੇ। ਲੇਕਿਨ ਰਾਜਨਾਥ ਸਿੰਘ ਨੂੰ ਇਹਨਾਂ ਨੇ ਕਮਾਂਡ ਸੌਂਪੀ ਨੀ ਕਿ ਜੇ ਇਹਨੇ ਹੱਲ ਕਰ ਦਿੱਤਾ ਤੇ ਫਿਰ ਨੰਬਰ ਦੇ ਬਣ ਗਏ ਸਾਨੂੰ, ਉਹਨੂੰ ਖੁੱਲੇ ਲੈਣ ਰੱਖਿਆ, ਉਹ ਚੁੱਪ ਰਿਹਾ ਵਿਚਾਰਾ। ਕਦੇ 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 ਬਿਆਨ ਕਰ ਦਿੰਦਾ ਸੀ ਕਿਸਾਨਾਂ ਦਾ ਮਸਲਾ ਹੱਲ ਹੋਣਾ ਚਾਹੀਦਾ। ਹੁਣ ਜਿਹੜਾ ਉਹਨੇ ਬਿਆਨ ਦਿੱਤਾ, ਉਹ ਬਿਆਨ ਦੇ ਵਿੱਚ ਕੁਛ ਨੀ, ਉਹ ਬਿਆਨ ਉਸ ਦੀ ਕਾਪੀ ਆ ਜਿਹੜੀ ਬਿਆਨ ਸਾਡੇ ਤੋਮਰ ਸਾਹਿਬ ਦਿੰਦੇ ਜੀ। ਲੇਕਿਨ ਉਹਨਾਂ ਦੀ ਮਨਸ਼ਾ ਇਹ ਨੀ ਹੈਗੀ, ਉਹਨਾਂ ਦੀ ਮਾਨਸਿਕਤਾ ਇਹ ਕਹਿੰਦੀ ਆ ਵੀ ਨਹੀਂ, ਕਿਸਾਨਾਂ ਨਾਲ ਗੱਲਬਾਤ ਸ਼ੁਰੂ ਹੋਣੀ ਚਾਹੀਦੀ ਆ ਜੀ, ਡੈਡ ਲੋਕ ਨਹੀਂ ਹੋਣਾ ਚਾਹੀਦਾ। ਜੇ ਗੱਲਬਾਤ ਸ਼ੁਰੂ ਹੋਊਗੀ ਤੇ ਕਿਤੇ ਕਿਤੇ ਅਸੀਂ ਮੰਚ ਤੇ ਪਹੁੰਚ ਜਾਵਾਂਗੇ, ਕਿਸੇ ਕਿਸੇ ਪਾਸੇ ਚਲ ਜਾਵਾਂਗੇ। ਇਸ ਕਰਕੇ ਉਹਨਾਂ ਕਿ ਅਸੀਂ ਕਿਸਾਨਾਂ ਨਾਲ ਗੱਲਬਾਤ ਕਰਾਂਗੇ ਜ਼ਰੂਰ ਜੀ ਜੀ, ਲੇਕਿਨ ਅਸੀਂ ਸਮਝਾਵਾਂਗੇ ਵੀ ਕਾਨੂੰਨ ਤੁਹਾਡੇ ਹੱਥ ਚ ਕਿੰਨੇ ਹੈਗੇ ਆ। 17 ਮੱਦਾਂ ਲੈ ਕੇ ਗਏ ਵੀ ਆਹ ਤੁਹਾਡੀਆਂ ਜਿਹੜੀਆਂ ਇਹ ਗਲਤ ਹੈਗੀਆਂ, ਜਿਹਦੇ ਵਿੱਚ 14 ਇਹਨਾਂ ਦੇ ਅਫਸਰਾਂ ਨੇ ਮੰਨ ਲਈਆਂ ਜਿਹਨਾਂ ਕਾਨੂੰਨ ਬਣਾਏ ਸੀ, ਬਿਲਕੁਲ ਠੀਕ ਕਰੇ ਹੋ ਤੁਸੀਂ। ਰਾਜੇਵਾਲ ਸਾਹਿਬ ਨੂੰ ਬਕਾਇਦਾ ਤੌਰ ਤੇ ਬੁਲਾ ਕੇ ਹੋਮ ਮਿਨਿਸਟਰ ਆਫ ਇੰਡੀਆ ਅਮਿਤ ਸ਼ਾਹ ਨੇ ਕਹਿਤਾ ਵੀ ਆਹ ਲਓ ਜੀ ਕਾਨੂੰਨ ਲੈ ਜਾਓ, ਇਹ ਡੱਬਾ ਸਾਡਾ ਤੇ ਕਾਨੂੰਨ ਤੁਹਾਡੇ, ਜਿਹੜੇ ਭਾਰਤ ਸਾਨੂੰ ਮਨਜ਼ੂਰ ਆ, ਡੱਬਾ ਬਾਹਰ ਥਾਂ ਲਿਖ ਰਹਿਣ ਦੋ ਕਿ ਭਾਰਤ ਸਰਕਾਰ। ਉਹ ਕਹਿੰਦੇ ਨਹੀਂ, ਬਾਹਰ ਸੰਯੁਕਤ ਕਿਸਾਨ ਮੋਰਚਾ ਲਿਖਣਾ ਸੀ। ਹੁਣ ਉਹ ਜਥੇਬੰਦੀਆਂ ਜ਼ਿਆਦਾ ਸੀਗੀਆਂ, ਉਹਦੇ ਵਿੱਚ ਬਕਾਇਦਾ ਤੌਰ ਤੇ 32 ਦੀਆਂ ਵੋਟਾਂ ਪਈਆਂ, 15 ਇੱਕ ਪਾਸੇ ਹੋ ਗਏ, 17 ਇੱਕ ਪਾਸੇ ਹੋ ਗਏ ਜੀ। ਸਾਰਾ ਬੰਦੇ ਜਿਹੜੇ ਜਥੇਬੰਦੀ ਉਹ ਕਹਿੰਦੇ ਨਹੀਂ ਕਾਨੂੰਨ ਰੱਦ ਹੋਣੀ ਸੀ, 15 ਕਹਿੰਦੇ ਨਹੀਂ ਜੇ ਇਸ ਗੱਲ ਤੇ ਸਮਝੌਤਾ ਤਾਂ ਕਰਨੀ ਆਪਾਂ ਜੀ। ਜੇ ਉਦੋਂ ਇੱਕ ਦਾ ਦੋ ਧੌਰ ਪੈ ਜਾਂਦੇ ਦੂਜੇ ਪਾਸੇ ਤੇ ਸਮਝੌਤਾ ਉਹਦੇ ਗੱਲ ਤੇ ਹੋ ਜਾਣਾ ਵੀ ਕਾਨੂੰਨ ਬਦਲੋ, ਸਾਰੇ ਬਦਲੋ। ਅੱਜ ਵੀ ਵੇਖੋ ਜਿਹੜੀ ਕਿਸਾਨਾਂ ਨੇ ਧਰਨਾ ਦਿੱਤਾ ਵਾ ਧਨ ਖੇੜੀ, ਉੱਥੇ ਧਰਨਾ ਬੜਾ ਜ਼ਬਰਦਸਤ ਦਿੱਤਾ ਉਹਨਾਂ ਨੇ। ਅੱਛਾ ਜੀ, ਕਾਹਦੇ ਲਈ? ਗੰਨੇ ਦਾ ਭਾਅ ਪੰਜਾਬ ਦੇ ਵਿੱਚ ਹੈਗਾ 310 ਰੁਪਏ ਜੀ, ਹਰਿਆਣੇ ਚ ਹੈਗਾ 360 ਰੁਪਏ, ਯੂਪੀ ਚ ਹੈਗਾ 350 ਰੁਪਏ ਜੀ। ਉਹਨਾਂ ਨੇ ਕਿ ਪੰਜਾਬ ਚ ਘੱਟ ਕਿਉਂ, ਸਾਨੂੰ ਦੱਸਿਆ ਜਾਵੇ। ਹਾਂ, ਇਹ ਵੀ ਗੱਲ ਸਿਆਣੀ ਹੈ। ਹੁਣ ਸਰਕਾਰ ਨੇ ਕੀ ਕੀਤਾ ਵੀ ਪਹਿਲਾਂ ਕਹਿੰਦਾ 15 ਰੁਪਏ ਬਣਾ ਦਿੱਤਾ, ਤੇਰਾ 15 ਰੁਪਏ ਬਣਾ ਦੇਊਗਾ ਨਾ, 400 ਰੁਪਇਆ ਕਰੋ ਤੁਸੀਂ, ਫਿਰ ਇਹ ਗੱਲਾਂ ਨੀ ਮੰਨਾਂਗੇ ਜੀ। ਉਹਨਾਂ ਦੀ ਡਿਮਾਂਡ 400 ਰੁਪਇਆ ਦੀ, ਨਾ 400 ਬਣਨਾ, ਇਹ ਆ ਵੀ ਚਲੋ ਹੋਰ 10 ਰੁਪਏ ਜਾਂ 15 ਰੁਪਏ ਵੱਧ ਜੂਗਾ ਜਾਂ ਬਰਾਬਰ ਹੋ ਜੂਗਾ ਹਰਿਆਣੇ ਦੇ, ਇਹ ਠੀਕ ਗੱਲ ਹੁੰਦੀ, ਇਹ ਮੰਗ ਬਿਲਕੁਲ ਜਾਇਜ਼ ਨਾ ਜੇ ਹੈਗੀ। ਜਿੰਨੀ ਗੰਨੇ ਤੇ ਮਿਹਨਤ ਕਰਨੀ ਪੈਂਦੀ ਅੱਜ ਦੇ ਜ਼ਮਾਨੇ ਦੇ ਵਿੱਚ, ਉਸ ਹਿਸਾਬ ਦਾ ਉਹਨੂੰ ਉਨੀ ਇਨਕਮ ਨਹੀਂ ਮਿਲਦੀ, ਤੇ ਫਿਰ ਪੇਮੈਂਟ 2-2 ਸਾਲ ਲੱਗ ਜਾਂਦੇ ਆ ਤੁਰੇ ਦੇ ਕਿਸਾਨ ਚਾਲੇ ਜੀ। ਅਜੇ ਵੀ ਮੇਰੇ ਖਿਆਲ 8,000 ਤੋਂ 8,000 ਕਰੋੜ ਤੇ ਕੱਲੇ ਯੂਪੀ ਦਾ ਹੈਗਾ, ਪੰਜਾਬ ਦਾ ਵੀ 3-4,000 ਕਰੋੜ ਰੁਪਇਆ ਜੇ ਬਕਾਇਆ ਹੈਗਾ ਜਿਹੜਾ ਕਿਸਾਨਾਂ ਦਾ ਪਿੱਛਾ ਰਹਿੰਦਾ ਜੀ। ਇਹ ਕਿਉਂ ਨੀ ਸਰਕਾਰਾਂ ਦਬਾਅ ਪਾਉਂਦੀ ਕੋਲ ਦੇਣੇ, ਦਬਕਾ ਮਾਰ ਪ੍ਰਾਈਵੇਟ ਮਿਲਣ ਕਿਉਂ ਨੀ ਪੈ ਜਾਂਦੇ ਤੁਸੀਂ ਵੀ? ਹਾਂ ਬਿਲਕੁਲ, ਸਿਆਣੀ ਗੱਲ ਹੈ। ਇਸ ਕਰਕੇ ਜਿਹੜਾ ਉਹ ਵੀ ਕਿਸਾਨ ਨੇ ਮੰਗੀ ਤੇ ਸਾਡੇ ਬਕਾਏ ਜਿਹੜੇ ਉਹ ਵੀ ਦਿਓ ਤੇ ਕੰਨੇ ਦਾ ਮੁੱਲ ਵਧਾਓ, ਉਹਦੇ ਕਰਕੇ ਧੰਨਾ ਉਹਨਾਂ ਨੇ। ਸੋ ਬਹੁਤ ਬਹੁਤ ਮਿਹਰਬਾਨੀ ਪੱਟੀ ਸਾਹਿਬ ਤੁਹਾਡੀ, ਸ਼ੁਕਰੀਆ। ਸੋ ਪ੍ਰੋਗਰਾਮ ਸ਼ਮਾਦਾਨ ਚ ਇੱਕ ਬ੍ਰੇਕ ਤੋਂ ਬਾਅਦ ਫੇਰ ਹਾਜ਼ਰ ਹੁੰਨੇ ਜੀ। ਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ, ਚੇਤੇ ਆਹੀ ਨਾ ਰੱਖਿਓ, ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ, 519-622-0660 ਜਾਂ quicktrucklube.com। QTL, because we care. Quick Truck Lube. Seco Immigration Services, California Immigration Consultant, Registered ate Bonded, Immigration Assistance Denal, Citizenship, Work Permit, Process Service, OCI Card, Family Petition, Indian Passport, Indian Visa, ate Notary Public lai sampark karo. Seco Immigration Services, Gosharan Seco, 22693, Hesperian Boulevard, Suite 250, Hayward, California, Call 510-200-9988. ਹੁਣ ਟਰੱਕ ਚਲਾਉਣਾ ਸਿੱਖ ਕੇ ਕਰੋ ਕਮਾਈਆਂ। 2020 CDL ਡਰਾਈਵਿੰਗ ਸਕੂਲ ਫਰੈਡਰਿਕਸਬਰਗ ਵਰਜੀਨੀਆ ਵਿਖੇ, ਜਿੱਥੇ CDL ਕਲਾਸ A, B ਤੇ P ਦੀ ਟ੍ਰੇਨਿੰਗ, ਕਾਰਸ, ਬਸਿਸ, ਬਾਕਸ ਟਰੱਕ, ਕਮਰਸ਼ੀਅਲ ਟਰੈਕਟਰ ਟ੍ਰੇਲਰ ਵੀ ਚਲਾਉਣੇ ਸਿਖਾਏ ਜਾਂਦੇ ਨੇ। ਇੱਥੇ ਨਾ ਸਿਰਫ ਪੰਜਾਬੀ, ਹਿੰਦੀ, ਅੰਗਰੇਜ਼ੀ, ਉਰਦੂ ਤੇ ਸਪੈਨਿਸ਼ ਵਿੱਚ ਗੱਲਬਾਤ ਕਰਨ ਦੀ ਸਹੂਲਤ ਹੈ, ਸਗੋਂ ਰਿਹਾਇਸ਼ ਦਾ ਵੀ ਪ੍ਰਬੰਧ ਹੈ। ਅੱਜ ਹੀ ਸੰਪਰਕ ਕਰੋ ਸਨੀ ਨੂੰ,
656-09-85 ਤੇ। ਓਏ ਮੇਰੇ ਵੀਰ, ਮੈਨੂੰ ਬਸ ਇੱਕ ਗੱਲ ਦੱਸ ਦੇ ਵੀ ਆ ਜਿਹੜੀ ਤੂੰ ਟਰੈਵਲਿੰਗ ਕਰਦਾ ਉਹਦੇ ਤੋਂ ਬਾਅਦ ਫਰੈਸ਼ ਰਹਿਣਾ, ਇਹਦਾ ਰਾਜ਼ ਕੀ ਹੈ? ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ। ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਸਟਰੀਟ ਹਾਈਵੇ ਐਗਜ਼ਿਟ 208 ਤੇ, ਜਿੱਥੇ ਤੁਹਾਨੂੰ ਫ੍ਰੀ ਕਾਫੀ, ਫ੍ਰੀ ਫੈਕਸ ਸਰਵਿਸ, ਫ੍ਰੀ ਟਰੱਕ ਪਾਰਕਿੰਗ, ਰੋਟੀ, ਠੇਕਾ, ਲਾਂਡਰੀ, ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ। ਹੁਣੇ ਕਾਲ ਕਰੋ 360-652-6066 ਯਾਨੀ 360-652-6066। ਇਹ ਦੋ ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ। ਸੈਕਿੰਡ ਲੋਕੇਸ਼ਨ ਲੋਸਟ ਹਿੱਲ ਟਰੈਵਲ ਸੈਂਟਰ 14814 ਐਲੋਮ ਸਟਰੀਟ ਲੋਸਟ ਹਿਲਸ। ਫੋਨ ਨੰਬਰ 661-797-2354। ਉਹ ਯਾਰ ਕੀ ਸੁਪਨੇ ਦੇਖੇ ਸੀ ਕੈਨੇਡਾ ਆਉਣ ਤੋਂ ਪਹਿਲਾਂ? ਉਹ ਸੁਪਨੇ ਪੂਰੇ ਕਰਨੇ ਆ ਤਾਂ ਡ੍ਰੀਮ ਲਾਈਨਰ ਐਕਸਪ੍ਰੈਸ ਵਾਲਿਆਂ ਨੂੰ ਕਾਲ ਕਰ। जी हाँ, ड्रीमलाइनर एक्सप्रेस कंपनी कैलगरी अल्बर्टा कैनेडा, जिन्हां नूं साफ सुथरे रिकॉर्ड ते 2 साला तजर्बे वाले ड्राइवर दी लोड़ है। इन्हां कोल कैलगरी अल्बर्टा तो कैलिफोर्निया ते एरिजोना दे सिद्धे रन। इन्हां कोल ड्राई ते रीफर लोड भी है। होम रिटर्न विद इन 5 डेज, बाय वीकली ते चंगी तनखा दिंदे आ। और हां, सिंगल ते टीम्स दोनों नूं हायर करदे ने। वधेरे जानकारी लई कॉल 403-404-9501। ड्रीमलाइनर एक्सप्रेस कंपनी कैलगरी अल्बर्टा कैनेडा। बठिंडा दी ग्रीन सिटी दी अपार सफलता तो बाद हुन पेश है कन्हैया ग्रीन सिटी, जिथे सिक्योरिटी दे पुख्ता प्रबंध, खुलियां सड़कां, हरा भरा वातावरण, बिजली दियां अंडरग्राउंड तारां अते खूबसूरत फुल पौधे, लैंडस्केपिंग अते निर्माण कार्य चल रहे ने तेजी नाल। इस तो पहला कि सारे प्लाट बुक हो जान, संपर्क करो 855-600-2064 अते 85560-0-71। सो प्रोग्राम शमादान दे विच तुहाडा इस बठिंडा स्टूडियो तो स्वागत है जी। ते मेरे नाल पर सीनियर पत्रकार परविंदर सिंह बरियाणा होरी जुड़ गए ने। बरियाणा साहब सत श्री अकाल जी। अपने आप दे विच इह बहुत वड्डी कारवाई है कि भारत दीआं खुफिया एजेंसियां वल्लों जिहड़ा कारवाई कीती गई है। देखो कल रात पता लगा सीगा भी NIA दी ते IB दे सांझे ऑपरेशन दे तहत जिहड़ा इहनां दे जसवीर सिंह रोडे होणा दे घर जलंधर उत्थे रेड मारिया ते उत्थों उहनां दे बेटे गुरमुख सिंह बराड़ जिहड़े 34 साल जिहनां दी उम्र आ उहनां नूं उह नाल लैके गए जी। ते शुरुआती जिहड़ी इनफॉर्मेशन आई उहदे विच तां इही गल सामने आई है कि कुछ वैपन्स जिहड़े आ उहनां दे घरों मिले ने, जिवें कह सकदे ने कि कोई पिस्टल ते कोई टिफन टाइप कोई। हालांकि अधिकारित तौर ते हले NIA दी स्टेटमेंट इस मामले दे विच नहीं आई है कि मीडिया रिपोर्ट्स मुताबिक ही इह गल जिहड़ियां सामने आ रही ने कि कुछ RDX वगैरा भी कहिंदे उहनां दे घरों मिली आ ਉਹਨਾਂ ਦੇ ਬੇਟੇ ਨੂੰ ਨਾਲ ਲੈ ਗਏ। ਹਾਲਾਂਕਿ ਬਾਅਦ ਵਿੱਚ ਜਸਵੀਰ ਸਿੰਘ ਰੋਡੇ ਹੁਣਾਂ ਦੀ ਵੀ ਸਟੇਟਮੈਂਟ ਆਈ ਆ ਕਿ ਉਹਨਾਂ ਨੇ ਇਹ ਆਸ਼ੰਕਾ ਜ਼ਾਹਰ ਕੀਤਾ ਕਿ ਇਹ ਆਪਣੇ ਨਾਲ ਲੈ ਕੇ ਆਏ ਸੀ, ਕਿਉਂਕਿ ਉਹ ਉਹਨਾਂ ਦੇ ਮੁਤਾਬਿਕ ਇਹ ਆ ਕਿ ਉਹਨਾਂ ਦੇ ਬੇਟੇ ਗੁਰਮੁਖ ਸਿੰਘ ਨੂੰ ਪਹਿਲਾਂ ਉਹ ਲੈ ਜਾਂਦੇ ਆ ਤੇ ਘੰਟੇ ਬਾਅਦ ਵਾਪਸ ਲਿਆ ਕੇ ਕਹਿੰਦੇ ਆ ਕਿ ਤੁਸੀਂ ਤਲਾਸ਼ੀ ਲੈਣੀ ਆ, ਤਲਾਸ਼ੀ ਤੋਂ ਬਾਅਦ ਉੱਥੇ ਸਮਾਨ ਜਿਹੜਾ ਮਿਲਿਆ ਆ। ਸੋ ਇਹ ਮਾਮਲਾ ਹਲੇ ਇੰਨਾ ਸਿੱਧਾ ਨਹੀਂ ਲੱਗ ਰਿਹਾ, ਗੁੰਝਲਦਾਰ ਮਾਮਲਾ ਹੈ ਇਹ। ਤੇ ਇਹ ਜਿੰਨਾ ਤੀਕਰ ਉਹਨਾਂ ਦੀ ਕਲੀਅਰ ਪ੍ਰੈਸ ਕਾਨਫਰੰਸ ਜਾਂ ਪੰਜਾਬ ਪੁਲਿਸ ਇਸ ਮਾਮਲੇ ਤੇ ਕੋਈ ਬੋਲਦੀ ਆ ਜਾਂ NIA ਜਿਹੜੀ ਆ ਇੱਥੇ ਕੋਈ ਸਟੇਟਮੈਂਟ ਦਿੰਦੀ ਆ, ਉਸ ਤੋਂ ਬਾਅਦ ਇਹ ਗੱਲ ਕਲੀਅਰ ਹੋਏਗੀ ਕਿ ਆਖਿਰ ਇਹ ਸਾਰਾ ਮਾਜਰਾ ਕੀ ਆ। ਕਿਉਂਕਿ ਪਿਛਲੇ ਕੁਛ ਦਿਨਾਂ ਤੋਂ ਤੁਸੀਂ ਵੀ ਜਾਣਦੇ ਹੋ ਕਿ ਵੀ ਪੰਜਾਬ ਦੇ DGP ਦਿਨਕਰ ਗੁਪਤਾ ਇਹ ਪਿਛਲੇ ਲਗਾਤਾਰ ਦਾਅਵਾ ਕਰ ਰਹੇ ਨੇ ਕਿ ਪਾਕਿਸਤਾਨ ਤੋਂ ਜਿਹੜਾ ਡਰੋਨ ਰਾਹੀਂ ਟਿਫਨ ਅਸਲਾ ਆ ਰਿਹਾ, ਟਿਫਨ ਬੰਬ ਆ ਰਹੇ ਨੇ ਕਿ ਪੰਜਾਬ ਦੇ ਜਿਹੜੇ ਆ ਲੋਕਾਂ ਨੂੰ, ਜਿਹੜੇ ਪੰਜਾਬ ਦੇ ਮੁੰਡੇ ਆ ਉਹਨਾਂ ਨੂੰ ਮੁਹੱਈਆ ਕਰਵਾਇਆ ਜਾ ਰਿਹਾ ਕੋਈ ਟਾਰਗੇਟ ਕਿਲਿੰਗ ਕਰਨ ਲਈ ਜਾਂ ਕਿਸੇ ਨੂੰ ਟਾਰਗੇਟ ਬਣਾਉਣ ਲਈ। ਇੱਦਾਂ ਦੇ ਜਿਹੜੇ ਆ ਕੁਛ ਦੋ ਇਹਨਾਂ ਨੇ ਕੁਛ ਲੋਕ ਵੀ ਫੜੇ ਨੇ, ਉਹਦੇ ਵਿੱਚ ਇਹਨਾਂ ਨੇ ਦਾਅਵਾ ਕੀਤਾ ਕਿ ਅਸੀਂ ਉਹਨਾਂ ਤੋਂ ਪੁੱਛਗਿੱਛ ਦੌਰਾਨ ਹੋਰ ਜਿਹੜਾ ਆ ਅਸਲਾ ਬਰਾਮਦ ਕੀਤਾ ਆ ਜੀ। ਸੋ ਹਲੇ ਤੀਕਰ
ਇਹ ਗੱਲ ਵੀ ਇਸ ਘਟਨਾ ਨੂੰ ਉਸੇ ਘਟਨਾ ਨਾਲ ਜੋੜ ਕੇ ਦੇਖਿਆ ਜਾ ਰਿਹਾ ਕਿ ਜਿਹੜੇ ਅੰਮ੍ਰਿਤਸਰ ਫੜੇ ਗਏ ਸੀਗੇ ਉਹਨਾਂ ਨੇ ਪੁੱਛਗਿੱਛ ਦੌਰਾਨ ਹੀ ਗੁਰਮੁਖ ਸਿੰਘ ਹੁਣਾਂ ਦਾ ਨਾਂ ਲਿਆ ਤੇ ਜਦੋਂ ਗੁਰਮੁਖ ਸਿੰਘ ਨੂੰ ਲੈ ਕੇ ਗਏ ਤੇ ਉਹਨਾਂ ਨੇ ਫਿਰ ਦੱਸਿਆ ਵੀ ਸਮਾਨ ਜਿਹੜਾ ਘਰ ਪਿਆ ਤੇ ਉਹ ਮੁੜ ਕੇ ਆਣ ਕੇ ਉਹਨਾਂ ਨੇ ਆਣ ਕੇ ਉਹਦੀ ਬਰਾਮਦੀ ਕਰਵਾਈ। ਸੋ ਇਹ ਜਿਹੜੀ ਹਲੇ ਤੀਕਰ ਕੋਈ ਵੀ ਸਾਫ ਤਸਵੀਰ ਸਾਹਮਣੇ ਨਹੀਂ ਆਈ ਦਾਨੇਵਾਲੀ ਸਾਹਿਬ ਜੀ ਜੀ ਹੋ ਸਕਦਾ ਇੱਕ ਘੰਟੇ ਤੀਕਰ ਜਾਂ ਕੱਲ ਤੀਕਰ ਸਾਰੇ ਮਾਮਲੇ ਦੇ ਉੱਤੇ ਜਿਹੜਾ ਆ ਪਰਦਾ ਉੱਠ ਸਕੇ। ਜੀ ਜਿਵੇਂ ਕਿਹਾ ਜਾਂਦਾ ਸੀਗਾ ਕਿ ਪਤਾ ਨਹੀਂ ਲੱਗਿਆ ਕਿ ਇਹ ਕਾਰਵਾਈ ਕਿਹਦੀ ਆ ਕਿਉਂਕਿ ਆਪਣੇ ਤਾਂ NIA ਦਾ ਨਾਂ ਸਾਹਮਣੇ ਆ ਰਿਹਾ ਕਿਉਂਕਿ NIA ਕਾਫੀ ਕੈਂਪਿੰਗ ਸੀ। ਕੱਲ੍ਹ ਬ੍ਰੇਕ ਹੋਈ ਸੀ ਖਬਰ ਕਿ NIA ਨੇ ਕੈਂਪ ਕਰ ਲਿਆ ਪੰਜਾਬ 'ਚ ਆ ਕੇ ਕਿਉਂਕਿ ਉਹਨਾਂ ਨੂੰ ਖੁਫੀਆ ਸੂਹ ਲੱਗੀ ਹੈ ਤਾਂ ਉਹਦਾ ਹੀ ਨਤੀਜਾ ਇਹ ਹੋ ਸਕਦਾ। ਦੇਖੋ ਕਿਉਂਕਿ ਜਿੰਨੇ ਵੀ ਆਊਟ ਕਿਸੇ ਕੰਟਰੀ ਤੋਂ ਬਾਹਰ ਜਾਂ ਪਾਕਿਸਤਾਨ ਨਾਲ ਜਿੰਨੇ ਵੀ ਆਪਰੇਸ਼ਨ ਸੰਬੰਧਿਤ ਹੁੰਦੇ ਨੇ ਜਾਂ ਜਿਹੜੀ ਪਾਕਿਸਤਾਨ ਤੋਂ ਇਨਫੋਰਮੇਸ਼ਨ ਚੱਲਦੀ ਆ ਉਹ ਕਿਤੇ ਨਾ ਕਿਤੇ ਸੈਂਟਰਲ ਏਜੰਸੀਆਂ ਰਾਹੀਂ ਹੀ ਸਟੇਟ ਪੁਲਿਸ ਨੂੰ ਪਹੁੰਚਦੀ ਆ ਤੇ ਸਟੇਟ ਪੁਲਿਸ ਉੱਤੇ ਐਕਸ਼ਨ ਲੈਂਦੀ ਆ ਕਿ ਕਈ ਵਾਰੀ ਕੀ ਹੁੰਦਾ ਕਿ IB ਨੂੰ ਇਨਫੋਰਮੇਸ਼ਨ ਹੁੰਦੀ ਆ ਉਹ ਸਟੇਟ ਪੁਲਿਸ ਦੇ ਨਾਲ ਹੋ ਕੇ ਆਪਰੇਸ਼ਨ ਕਰਾਉਂਦੀ ਆ। ਸੋ ਕਿਉਂਕਿ ਮਾਮਲਾ ਜੇ ਸੈਂਟਰਲ ਏਜੰਸੀਆਂ ਦੇ ਤੌਰ ਤੇ ਮੰਨਿਆ ਜਾਵੇ ਇਹ ਮਾਮਲਾ ਬੜਾ ਗੰਭੀਰ ਆ ਸਟੇਟ ਨਾਲ ਜੁੜਿਆ ਹੋਇਆ ਤੇ ਇਹ ਕਿਤੇ ਨਾ ਕਿਤੇ ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਆ ਕਿ ਇਹ ਇਨਫੋਰਮੇਸ਼ਨ IB ਜਾਂ NIA ਦੀ ਹੋਏਗੀ ਤੇ ਪਿਛਲੇ ਲਗਾਤਾਰ ਜਿਹੜੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਤੇ ਸੁਭਾਵਿਕ ਹੀ ਗੱਲ ਇਹ ਹੋ ਸਕਦੀ ਆ ਕਿ ਪੰਜਾਬ ਦੇ ਵਿੱਚ ਲਗਾਤਾਰ NIA ਸਰਗਰਮਾ ਕਿਉਂਕਿ ਜਿੰਨੇ ਵੀ ਵੱਡੇ ਕੇਸ ਹੋਏ ਨੇ ਪੰਜਾਬ ਵਿੱਚ ਪਿਛਲੇ ਸਾਲ ਦੋ ਸਾਲ ਦੇ ਵਿੱਚ ਉਹ NIA ਨੂੰ ਟ੍ਰਾਂਸਫਰ ਹੋਏ ਨੇ ਭਾਵੇਂ ਕਿ ਜਿੰਨੀਆਂ ਵੀ ਟਾਰਗੇਟ ਕਿਲਿੰਗ ਹੋਈਆਂ ਨੇ ਕਿਤੇ ਨਾ ਕਿਤੇ ਸਾਰੇ ਜਿਹੜੇ ਜਿਵੇਂ ਕਹਿ ਸਕਦੇ ਹਾਂ ਕਿ ਜਿਵੇਂ ਭਿੱਖੀ ਪਿੰਡ ਦੇ ਵਿੱਚ ਬਲਵਿੰਦਰ ਸਿੰਘ ਕਾਮਰੇਡ ਦਾ ਜਿਹੜਾ ਕਤਲ ਹੋਇਆ ਸੀਗਾ ਉਹ ਵੀ NIA ਨੂੰ ਜਿਹੜਾ ਗਿਆ ਆ। ਹੋਰ ਵੀ ਕਈ ਕੇਸ ਜਿਹੜੇ ਨੇ NIA ਨੂੰ ਗਿਆ ਆ ਤੇ NIA ਪੂਰੀ ਤਰ੍ਹਾਂ ਪੰਜਾਬ ਦੇ ਉੱਤੇ ਨਿਗਾਹ ਲਗਾ ਕੇ ਬੈਠੀ ਆ। ਜੀ ਇਹ ਜਿਵੇਂ ਆਪਾਂ ਗੱਲ ਕਰੀਏ ਭਾਈ ਜਸਵੀਰ ਸਿੰਘ ਰੋਡੇ ਹੋ ਗਏ ਪਿਛੋਕੜ ਤਾਂ ਆਪਾਂ ਦੇਖ ਲਈਏ ਬਾਘੇ ਪੁਰਾਣੇ ਕੋਲ ਦਾ ਜਾਂ ਸੰਤ ਜਰਨੈਲ ਸਿੰਘ ਹੋਰਾਂ ਦੇ ਬੱਚੇ ਨੇ ਜਿਹੜੇ ਉਹ ਵੀ ਜਲੰਧਰ ਸੈਟਲਡ ਨੇ। ਇਹ ਜਲੰਧਰ ਦੇ ਵਿੱਚ ਜੇ ਆਪਾਂ ਗੱਲ ਕਰੀਏ ਇਹਨਾਂ ਦਾ ਸੈਟਲ ਹੋਣ ਦਾ ਮੁੱਖ ਕਾਰਨ ਕੀ ਹੋ ਸਕਦਾ? ਦੇਖੋ ਕਿਉਂਕਿ ਜਸਵੀਰ ਸਿੰਘ ਰੋਡੇ ਹੋਣਾ ਦੀ ਭੂਮਿਕਾ ਤੇ ਕਈ ਵਾਰ ਜਿਹੜਾ ਪੰਥਕ ਹਲਕਿਆਂ ਦੇ ਵਿੱਚ ਸਵਾਲ ਇਹਨਾਂ ਦੇ ਉੱਪਰ ਉੱਠਦੇ ਰਹੇ ਨੇ ਇਹਨਾਂ ਦੀ ਭੂਮਿਕਾ ਦੇ ਉੱਤੇ ਇਹ ਵੀ ਕਿਤੇ ਨਾ ਕਿਤੇ ਉਦੋਂ ਚਰਚਾ ਦੇ ਵਿੱਚ ਆਏ ਸੀ ਜਦੋਂ ਇਹਨਾਂ ਨੂੰ ਅਕਾਲ ਤਖ਼ਤ ਦਾ ਜਥੇਦਾਰ ਬਣਾਇਆ ਗਿਆ ਸੀਗਾ ਤੇ ਕਈ ਪੰਥਕ ਧਿਰਾਂ ਇਹਨਾਂ ਦਾ ਵਿਰੋਧ ਕਰ ਰਹੀਆਂ ਸੀ ਤੇ ਇਹ ਕਿਤੇ ਨਾ ਕਿਤੇ ਸੈਂਟਰਲ ਏਜੰਸੀਆਂ ਨਾਲ ਜੋੜ ਕੇ ਵੀ ਇਹਨਾਂ ਦੀ ਨਿਯੁਕਤੀ ਨੂੰ ਦੇਖਿਆ ਜਾਂਦਾ ਆ ਰਿਹਾ ਆ। ਸੋ ਇਹ ਇਸ ਤੋਂ ਇਲਾਵਾ ਇਹਨਾਂ ਦੇ ਜਿਹੜੇ ਬ੍ਰਦਰ ਨੇ ਲਖਵੀਰ ਸਿੰਘ ਰੋਡੇ ਜਿਹੜੇ ਪਾਕਿਸਤਾਨ ਦੇ ਵਿੱਚ ਬੈਠੇ ਆ ਜਿਹਨਾਂ ਬਾਰੇ ਅਕਸਰ ਸਟੇਟਮੈਂਟਾਂ ਇਹ ਆਉਂਦੀਆਂ ਨੇ ਕਿ ਲਖਵੀਰ ਸਿੰਘ ਰੋਡੇ ISI ਨਾਲ ਮਿਲ ਕੇ ਪੰਜਾਬ ਦੇ ਵਿੱਚ ਦੁਬਾਰਾ ਅੱਤਵਾਦ ਨੂੰ ਰਿਫਾਰਮ ਕਰਨ ਦੇ ਵਿੱਚ ਲੱਗੇ ਹੋਏ ਨੇ ਤੇ ਉਸ ਤੋਂ ਪਹਿਲਾਂ ਮੈਂ ਜਿਹੜੀ ਇੱਕ ਗੱਲ ਦੱਸਣੀ ਚਾਹੁੰਦਾ ਆ ਕਿ ਜਿਵੇਂ ਪਿਛਲੇ 2007 ਦੇ ਵਿੱਚ ਜਦੋਂ ਕਾਂਗਰਸ ਗਵਰਨਮੈਂਟ ਜਾਣ ਵਾਲੀ ਸੀਗੀ ਉਦੋਂ ਵੀ ਜਸਵੀਰ ਸਿੰਘ ਰੋਡੇ ਪਰਮਜੀਤ ਸਿੰਘ ਢਾਡੀ ਹੋਣਾ ਦੇ ਮਾਮਲੇ ਦੇ ਵਿੱਚ RDX ਦੇ ਮਾਮਲੇ ਦੇ ਵਿੱਚ ਵੀ ਇਹਨਾਂ ਦੀ ਭੂਮਿਕਾ ਆਈ ਸੀਗੀ ਲੇਕਿਨ ਉਸ ਬਾਰੇ ਕੀ ਬਾਅਦ ਵਿੱਚ ਉਸ ਕੇਸ ਦਾ ਕੀ ਬਣਿਆ ਅੱਜ ਤੱਕ ਇਹ ਗੱਲ ਸਾਹਮਣੇ ਨਹੀਂ ਆ ਸਕੀ ਕਿ ਉਹ ਜਿਹਦੇ ਬਾਰੇ ਇਹ ਦਾਅਵਾ ਕੀਤਾ ਗਿਆ ਕਿ RDX ਜਿਹੜੀ ਆ ਬਾਦਲ ਨੂੰ ਟਾਰਗੇਟ ਕਰਨ ਲਈ ਮੰਗਵਾਈ ਗਈ ਆ ਤੇ ਉਹ ਉਹਦੇ ਵਿੱਚ ਉਦੋਂ ਵਾਹਵਾ ਰੌਲਾ ਪਿਆ ਸੀ 2007 ਦੇ ਵਿੱਚ। ਫਿਰ ਉਸ ਤੋਂ ਬਾਅਦ 2017 ਦੇ ਇਲੈਕਸ਼ਨਾਂ ਦੇ ਵਿੱਚ ਮੌੜ ਬਲਾਸਟ ਜਿਹੜਾ ਹੁੰਦਾ ਆ ਤੇ ਉਹਦੇ ਵਿੱਚ ਵੀ ਇਹ ਗੱਲ ਸਾਹਮਣੇ ਆਉਂਦੀ ਆ ਕਿ ਬਲਾਸਟ ਲੇਕਿਨ ਅੱਜ ਤੀਕਰ ਉਹ ਵੀ ਗੱਲ ਸਾਹਮਣੇ ਨਹੀਂ ਆ ਸਕੀ ਕਿ ਵੀ ਉਹ ਬਲਾਸਟ ਜਿਹੜਾ ਆ ਉਹ ਕਿਹਨਾਂ ਨੇ ਕੀਤਾ ਭਾਵੇਂ ਉਹਦੀਆਂ ਮੁੱਢਲੀਆਂ ਜੋ ਸੀਗੀਆਂ ਆਪਣੀ ਜਾਂਚ ਉੱਧਰ ਤਾਂ ਡੇਰੇ ਕੰਨੀ ਵੜ ਗਈ ਸੀ ਪਰ ਅੱਗੇ ਨਹੀਂ ਤੋਰੀ ਉਹ ਮੌੜ ਵਾਲੀ। ਹਾਂ ਨਹੀਂ ਉਹ ਜਿਹੜੀ ਜਾਂਚ ਆ ਉਹ ਉੱਥੇ ਇੱਕ ਤੀਕਰ ਹੀ ਰਹੀ ਆ ਤੇ
ਅੱਗੇ ਉਹਦਾ ਕੀ ਬਣਿਆ। ਸੋ ਹੁਣ ਵੀ ਕਿਉਂਕਿ ਇਲੈਕਸ਼ਨ ਆਉਣੇ ਵਾਲੇ ਨੇ ਪੰਜਾਬ ਦੇ ਵਿੱਚ, ਤੇ ਉਹ ਤੋਂ ਬਾਅਦ ਇਲੈਕਸ਼ਨ ਤੋਂ ਠੀਕ ਪੰਜ ਛੇ ਮਹੀਨੇ ਪਹਿਲਾਂ ਇੱਦਾਂ ਦੀਆਂ ਘਟਨਾਵਾਂ ਜਿਹੜੀਆਂ ਆਉਣੀਆਂ ਸ਼ੁਰੂ ਹੋ ਗਈਆਂ ਕਿ ਵੀ ਕਹਿ ਸਕਦੇ ਆ ਕਿ ਲਗਾਤਾਰ ਜਿਹੜੇ ਇਹ ਹਥਿਆਰ ਮਿਲਣੇ ਆ, ਟਿਫਨ ਬੰਬ ਮਿਲਣੇ ਆ, ਇਹ ਕਿਤੇ ਨਾ ਕਿਤੇ ਲੋਕਾਂ ਦੇ ਵਿੱਚ ਇਹ ਸ਼ੰਕੇ ਜ਼ਰੂਰ ਖੜੇ ਕਰ ਰਹੇ ਨੇ ਵੀ ਇਹ ਹੁਣੇ ਹੀ ਇਹ ਸਾਰੀਆਂ ਘਟਨਾਵਾਂ ਇੱਕਦਮ ਕਿਉਂ ਵਧੀਆਂ ਨੇ। ਹਾਲਾਂਕਿ ਇਹ ਸਵਾਲ ਜਿਹੜਾ ਆ ਇਹ ਲਗਾਤਾਰ ਮੀਡੀਆ ਹਲਕਿਆਂ ਦੇ ਵਿੱਚ ਵੀ ਉੱਠ ਰਿਹਾ ਆ, ਦੂਸਰੇ ਪੰਥਕ ਹਲਕਿਆਂ ਦੇ ਵਿੱਚ ਵੀ ਉੱਠ ਰਿਹਾ, ਪਰ ਖੁੱਲ ਕੇ ਇਸ ਮਾਮਲੇ ਤੇ ਗੱਲ ਕਰਨ ਨੂੰ ਕੋਈ ਵੀ ਨਾ ਤਾਂ ਓਪੋਜੀਸ਼ਨ ਗੱਲ ਕਰ ਰਹੀ ਆ, ਨਾ ਹੀ ਰੂਲਿੰਗ ਪਾਰਟੀ ਦੇ ਵਿੱਚੋਂ। ਰੂਲਿੰਗ ਪਾਰਟੀ ਚ ਤਾਂ ਖੈਰ ਕੀ ਇਸ ਸੰਬੰਧੀ ਗੱਲ ਆਉਣੀ ਆ, ਲੇਕਿਨ ਇਸ ਮਾਮਲੇ ਦੇ ਵਿੱਚ ਜ਼ਰੂਰ ਕਿਤੇ ਨਾ ਕਿਤੇ ਇਹ ਸ਼ੰਕੇ ਖੜੇ ਕਰ ਰਹੇ ਨੇ। ਤੇ ਜਸਵੀਰ ਸਿੰਘ ਰੋਡੇ ਦਾ ਨਾਂ ਆਉਣਾ, ਉਹਨਾਂ ਦੇ ਬੇਟੇ ਦੀ ਗ੍ਰਿਫਤਾਰੀ ਹੋਣੀ, ਕਿਤੇ ਨਾ ਕਿਤੇ ਇਹ ਸਾਰਾ, ਕਿਉਂਕਿ ਇਸ ਤੋਂ ਪਹਿਲਾਂ ਵੀ ਪਰਮਜੀਤ ਸਿੰਘ ਢਾਡੀ ਹੋਣਾ ਵਾਲੇ ਕੇਸ ਦੇ ਵਿੱਚ ਵੀ ਰੋਡੇ ਹੋਣਾ ਦੀ ਭੂਮਿਕਾ ਆਈ ਆ, ਤੇ ਹੁਣ ਵੀ ਆਈ ਆ। ਤੇ ਕੁਛ ਜਿਹੜੇ ਕਿ ਇਸ ਤਰ੍ਹਾਂ ਦੇ ਮਾਮਲਿਆਂ ਤੇ ਨਿਗਾਹ ਰੱਖ ਰਹੇ ਨੇ, ਉਹਨਾਂ ਨਾਲ ਵੀ ਮੇਰੀ ਇਸ ਮਸਲੇ ਤੇ ਗੱਲ ਹੋਈ ਸੀ। ਉਹਨਾਂ ਨੇ ਵੀ ਇਹ ਕਿਹਾ ਕਿ ਵੀ ਉਹ ਪਹਿਲੇ ਕੇਸਾਂ ਦਾ ਕੁਛ ਨੀ ਬਣਿਆ ਤੇ ਬਣਨਾ ਇਹਦਾ ਵੀ ਨਹੀਂ ਆ। ਸੋ ਜਸਵੀਰ ਸਿੰਘ ਰੋਡੇ ਦੀ ਭੂਮਿਕਾ ਜਿਵੇਂ ਪਹਿਲਾਂ ਵੀ ਸ਼ੱਕੀ ਰਹੀ ਹੈ, ਤੇ ਕੀ ਕਾਰਨ ਹੋ ਸਕਦਾ ਕਿ ਜਸਵੀਰ ਸਿੰਘ ਰੋਡੇ ਸਕੌਟ ਫਰੀ ਜਿਹੜਾ ਉਹ ਤੁਰੇ ਫਿਰਦੇ ਨੇ, ਸਾਰਾ ਕੁਛ ਆਪਦੀ ਕਾਰਵਾਈ ਕਰਦੇ ਨੇ। ਅੱਜ ਵੀ ਛੱਡ ਦਿੱਤਾ ਗਿਆ ਉਹਨਾਂ ਦੇ ਘਰੋਂ ਸਮਾਨ ਬਰਾਮਦ ਹੁੰਦਾ, ਤੁਹਾਡੇ ਮੇਰੇ ਵਰਗੇ ਦੇ ਘਰੋਂ ਕੁਛ ਫੀਮ ਦੀ ਕਹਿੰਦੇ ਮਾਤਾ ਲਈ ਰੱਖੀ ਹੋਵੇ ਡਲੀ ਜਾਂ ਬਜ਼ੁਰਗਾਂ ਲਈ ਡਲੀ ਰੱਖੀ ਹੋਵੇ, ਤੇ ਸਾਰੇ ਟੱਬਰ ਦੀਆਂ ਬਾਹਾਂ ਬੰਨ ਕੇ ਲੈ ਜਾਂਦੇ ਨੇ। ਐਗਜੈਕਟਲੀ ਇਹੀ ਗੱਲ ਜਿਹੜੀ ਆ ਸਵਾਲ ਖੜੇ ਕਰ ਰਹੇ ਆ ਨਾ, ਕਿ ਕਿਉਂਕਿ ਇੱਕ ਗੱਲ ਹੋਰ ਵੀ ਜਿਹੜੇ ਮੀਡੀਆ ਨਾਲ ਜੁੜੇ ਹੋਏ ਮੇਰੇ ਦੋਸਤ ਨੇ, ਇੱਕ ਜ਼ਰੂਰ ਮੇਰੇ ਨਾਲ ਸ਼ਾਮੀ ਇਹ ਗੱਲ ਜਦੋਂ ਤੁਸੀਂ ਇਹ ਗੱਲ ਕਹੀ ਕਿ ਆਪਾਂ 7 ਵਜੇ ਇਸ ਗੱਲ ਦੇ ਉੱਤੇ ਟਾਕ ਕਰਾਂਗੇ ਕਿ ਇਸ ਘਟਨਾ ਦੇ ਉੱਤੇ, ਤੇ ਉਹਨਾਂ ਨੇ, ਮੈਂ ਆਪਣੇ ਦੋਸਤ ਪੱਤਰਕਾਰ ਨਾਲ ਗੱਲ ਕਰ ਰਿਹਾ ਸੀਗਾ, ਤੇ ਉਹਨਾਂ ਨੇ ਇੱਕ ਗੱਲ ਬੜੀ ਪੁਆਇੰਟ ਆਊਟ ਕੀਤੀ ਕਿ ਜਿਹੜੀ ਵੀਡੀਓ ਸਟੇਟਮੈਂਟ ਆਈ ਆ, ਜਿਹੜੀ ਬਾਈਟ ਕੀਤੀ ਗਈ ਆ ਉੱਥੇ ਜਲੰਧਰ ਵਿਖੇ ਅਰੋੜੇ ਸਾਹਿਬ ਵੱਲੋਂ, ਉਹਦੇ ਵਿੱਚ ਬੜੀ ਸਹਿਜ ਅਵਸਥਾ ਦੇ ਵਿੱਚ ਗੱਲ ਕਰ ਰਹੇ ਨੇ, ਕੋਈ ਘਬਰਾਹਟ ਨਹੀਂ ਹੈ, ਗੱਲ ਕਰ ਰਹੇ, ਕੋਈ ਘਬਰਾਹਟ ਨਹੀਂ ਹੈ, ਇਹ ਕਿਤੇ ਨਾ ਕਿਤੇ ਜ਼ਰੂਰ ਉਸ ਗੱਲ ਨੇ ਵੀ ਇਹ ਸ਼ੰਕੇ ਪੈਦਾ ਕੀਤੇ ਨੇ ਕਿ ਨਹੀਂ ਤਾਂ ਆਮ ਤੌਰ ਤੇ ਜੇ ਚੱਕਿਆ ਹੋਵੇ, ਜਵਾਨ ਪੁੱਤ ਚੱਕਿਆ ਹੋਵੇ, ਚੱਕਿਆ ਹੋਵੇ ਤੇ ਹਫੜਾ ਦਬੜੀ ਮੱਚੀ ਹੁੰਦੀ ਆ, ਤੇ ਉਹ ਵੀ ਉਹ ਕਿਉਂਕਿ ਬਾਅਦ ਵਿੱਚ ਨਹੀਂ ਤਾਂ ਪੂਰਾ ਪਰਿਵਾਰ ਕਿਸੇ ਵਕੀਲਾਂ ਨੂੰ ਦੌੜਦਾ, ਕਿਸੇ ਅਫਸਰ ਕੋ ਜਾਂਦਾ, ਕਿਸੇ ਇਹ ਤਾਂ ਘਰੇ ਬੈਠੇ ਉਹ ਕਰ, ਹਾਂ ਇਹ ਘਰੇ ਬੈਠੇ ਨੇ। ਸੋ ਲੇਕਿਨ ਫਿਰ ਵੀ ਕਿਉਂਕਿ ਇਹ ਜਾਂਚ ਦਾ ਵਿਸ਼ਾ ਆ, ਅਸੀਂ ਇਹ ਵੀ ਨਹੀਂ ਕਹਿ ਸਕਦੇ ਕਿ ਜਿਹੜੀਆਂ ਜਾਂਚ ਏਜੰਸੀਆਂ ਇਹ ਫੜ ਰਹੀਆਂ ਤੇ ਉਹਨਾਂ ਤੇ ਅਸੀਂ ਸਵਾਲ ਖੜਾ ਕਰ ਰਹੇ, ਪਰ ਲੋਕਾਂ ਦੇ ਸ਼ੰਕੇ ਨੇ ਜ਼ਰੂਰ ਜਿਹੜੇ ਆ ਇਹ ਦੂਰ ਹੋਣੇ ਚਾਹੀਦੇ ਨੇ, ਕਿ ਇਹਦੇ ਵਿੱਚ ਕਲੈਰਿਟੀ ਸਾਹਮਣੇ ਆਉਣੀ ਚਾਹੀਦੀ, ਤਾਂ ਜੋ ਜੇ ਕਿਤੇ ਕੋਈ ਪਲਾਂਟੇਸ਼ਨ ਆ ਉਹ ਵੀ ਗੱਲ ਕਿਤੇ ਕੋਈ ਉਹ ਧਿਰਾਂ, ਹਾਂ ਪਤਾ ਲੱਗਣੀ ਚਾਹੀਦੀ ਆ, ਤੇ ਉਹ ਵੀ ਗੱਲ ਸਾਹਮਣੇ ਆਉਣੀ ਚਾਹੀਦੀ ਆ ਕਿ ਜੇ ਨਹੀਂ ਆ ਤੇ ਤਾਂ ਜੋ ਲੋਕਾਂ ਨੂੰ ਇਸ ਗੱਲ ਦਾ ਅਵੇਅਰ ਹੋਣਾ ਪਏਗਾ ਕਿ ਸਾਡੀ ਸਟੇਟ ਦੇ ਵਿੱਚ ਕੀ ਕਿੱਦਾਂ ਜਿਹੜੇ ਆ ਪਨ ਚੱਲ ਰਹੇ ਨੇ, ਪਨਪ ਰਹੇ ਨੇ, ਸਾਡੇ ਆਂਢ ਗੁਆਂਢ ਦੇ ਵਿੱਚ ਕੋਈ ਇੱਦਾਂ ਦਾ ਬੰਦਾ ਤਾਂ ਨਹੀਂ ਜਿਹੜਾ ਸਾਡਾ ਜਿਹੜਾ ਮਾਹੌਲ ਖਰਾਬ ਕਰੇ, ਕਿਉਂਕਿ ਜੇ ਪੰਜਾਬ ਸਟੇਟ ਦਾ ਪੰਜਾਬ ਦੇ ਵਿੱਚ ਮਾਹੌਲ ਖਰਾਬ ਹੁੰਦਾ ਤੇ ਹਰ ਇੱਕ ਰਹਿਣੇ ਵਾਲੇ ਬੰਦੇ ਦੇ ਉੱਤੇ ਉਸਦਾ ਅਸਰ ਹੁੰਦਾ, ਪਹਿਲਾਂ ਹੀ ਬਹੁਤ ਸਾਰੀਆਂ ਜਾਨਾਂ ਜਿਹੜੀਆਂ ਚਾਹੇ ਉਹ ਕੋਈ ਪੁਲਿਸ ਵਾਲਾ ਮਰਿਆ ਹੋਵੇ, ਚਾਹੇ ਕੋਈ ਉਖਾੜਕੂ ਮਰਿਆ ਹੋਵੇ, ਤੇ ਉਹ ਮਰਿਆ ਪੰਜਾਬ ਦਾ ਸੀਗਾ, ਤੇ ਅੱਜ ਉਹਨਾਂ ਨੂੰ ਕੋਈ ਪੁੱਛਣੇ ਵਾਲਾ ਨਹੀਂ ਆ, ਚਾਹੇ ਉਹ ਕੋਈ ਪੁਲਿਸ ਵਾਲਾ ਉਸ ਮੂਵਮੈਂਟ ਦੇ ਵਿੱਚ ਮਰਿਆ ਜਾਂ ਕੋਈ ਮੁੰਡਾ ਮਰਿਆ, ਤੇ ਉਹ ਵੀ ਪਰਿਵਾਰਾਂ ਤੱਕ ਹੀ ਸੀਮਿਤ ਰਹਿ ਗਈ ਆ। ਸੋ ਇਹ ਕੋਈ ਨਹੀਂ ਚਾਹੁੰਦਾ ਕਿ ਪੰਜਾਬ ਦਾ ਅੱਜ ਮਾਹੌਲ ਜਿਹੜਾ ਆ ਉਹ ਇਸ ਤਰ੍ਹਾਂ ਦਾ ਖਰਾਬ ਹੋਵੇ, ਤੇ ਤਾਂ ਹੀ ਇੱਕ ਪੰਜਾਬ ਦੇ ਲੋਕਾਂ ਨੇ ਇਸ ਗੱਲ ਦਾ ਵੀ ਇੱਕ ਸਬੂਤ ਦਿੱਤਾ ਕਿ ਜਿਉਂ ਪੰਜਾਬ ਦੇ ਵਿੱਚੋਂ ਟੈਰਰਿਜ਼ਮ ਖਤਮ ਹੋਇਆ ਤੇ ਲੋਕਾਂ ਵੱਲੋਂ ਇਸ ਸੰਬੰਧੀ ਕੋਈ ਸਹਿਯੋਗ ਜਿਹੜਾ ਨਹੀਂ ਮਿਲਿਆ, ਲੋਕਾਂ ਨੇ ਜਿਹੜਾ ਇਸ ਨੂੰ ਬੁਰੀ ਤਰ੍ਹਾਂ ਨਕਾਰਿਆ ਆ, ਪਰ
ਏਜੰਸੀਆਂ ਨੂੰ ਵੀ ਇਹ ਗੱਲ ਕਿਤੇ ਨਾ ਕਿਤੇ ਧਿਆਨ ਦੇ ਵਿੱਚ ਰੱਖਣੀ ਪਏਗੀ ਕਿ ਇਹ ਵੀ ਇਹ ਐ ਜਿਹੜਾ ਆ ਪੰਜਾਬ ਦੇ ਜਜ਼ਬਾਤਾਂ ਨਾਲ ਨਹੀਂ ਖੇਡਣਾ ਚਾਹੀਦਾ। ਬਿਲਕੁਲ, ਪੰਜਾਬ ਆਲਰੇਡੀ ਬਹੁਤ ਬੁਰੇ ਹਾਲਾਤਾਂ ਚੋਂ ਲੰਘ ਰਿਹਾ, ਕਿਉਂਕਿ ਇੱਕ ਇਕੱਲੇ ਇਹ ਹਾਲਾਤ ਨਹੀਂ ਆ, ਪੰਜਾਬ ਵਿੱਚ ਇਸ ਲਈ ਸਭ ਤੋਂ ਵੱਡੀ ਸਮੱਸਿਆ ਜਿਹੜੀ ਆ ਡਰੱਗ ਦੀ ਸਮੱਸਿਆ ਹੈ, ਉਹ ਉਦਾਂ ਦੀ ਉਦਾਂ ਹੀ ਬਣੀ ਹੋਈ ਆ ਜਿਵੇਂ 2017 ਦੇ ਵਿੱਚ ਅਕਾਲੀ ਛੱਡ ਕੇ ਗਏ ਸੀ, ਉਦਾਂ ਹੀ ਅੱਜ ਉਸੇ ਹਾਲਾਤ ਨਾਲੋਂ ਜ਼ਿਆਦਾ ਵਰਸ ਹਾਲਾਤ ਪੰਜਾਬ ਦੇ ਵਿੱਚ ਡਰੱਗ ਦੇ ਬਣੇ ਹੋਏ ਨੇ। ਗੈਂਗਸਟਰ ਕਲਚਰ ਜਿਹੜਾ ਪੂਰੀ ਤਰ੍ਹਾਂ ਪੰਜਾਬ ਦੇ ਵਿੱਚ ਘਰ ਕਰ ਚੁੱਕਾ ਆ, ਤੇ ਹੁਣ ਜਿਉਂ ਵਿੱਕੀ ਮਿੱਡੂ ਖਿੜੇ ਦਾ ਕਤਲ ਹੋਇਆ ਤੇ ਉਦੋਂ ਤਾਂ ਇਹ ਚਰਚਾ ਪੂਰੇ ਜ਼ੋਰਾਂ ਦੇ ਉੱਤੇ ਸੀਗੀ ਕਿ ਵੀ ਪੰਜਾਬ ਨੂੰ ਚਲਾਈ ਗੈਂਗਸਟਰ ਰਹੇ ਨੇ, ਪੰਜਾਬ ਪੁਲਿਸ ਦੇ ਉੱਤੇ ਵੀ ਉਹਨਾਂ ਦਾ ਪੂਰਾ ਦਬਦਬਾ ਆ, ਤੇ ਵੱਡਾ ਹਿੱਸਾ ਪੈਸੇ ਦਾ ਜਿਹੜਾ ਪੰਜਾਬ ਪੁਲਿਸ ਦੇ, ਹਾਂ ਉਹ ਜਿਹੜੇ ਗੈਂਗਸਟਰਾਂ ਦੀ ਜਿਹੜੀ ਐਕਸਟੋਰਸ਼ਨ ਮਨੀ ਆ ਜਾਂ ਉਹ ਵੀ ਜਾ ਰਹੀ ਆ ਜਿਹੜੀ ਆ ਉਹ ਵੀ ਜਾ ਰਹੀ ਆ, ਉਹ ਪੁਲਿਸ ਨੂੰ ਵੱਡੇ ਲੈਵਲ ਦੇ ਉੱਤੇ ਜਾ ਰਹੀ ਆ। ਸੋ ਇਹ ਇੱਕ ਬਹੁਤ ਖਤਰਨਾਕ ਇਸ ਲਈ ਪੋਜੀਸ਼ਨ ਦੇ ਉੱਤੇ ਕਹਿ ਸਕਦੇ ਆ ਕਿ ਪੰਜਾਬ ਖੜਾ ਆ, ਖਾਸ ਕਰਕੇ ਡਰੱਗ ਔਰ ਗੈਂਗਸਟਰਾਂ ਦੇ ਮਾਮਲੇ ਵਿੱਚ। ਬਿਲਕੁਲ, ਐਂਡ ਉਸ ਤੋਂ ਖਤਰਨਾਕ ਜਿਹੜੀ ਸਥਿਤੀ ਮੈਂ ਅੱਜ ਫੇਸਬੁੱਕ ਦੇ ਉੱਤੇ ਅਪਡੇਟ ਕੀਤੀ ਵੀ ਸੀ, ਲੋਕਾਂ ਵਿਚਾਰ ਵੀ ਆ ਰਹੇ ਆਪਣੇ ਫੇਸਬੁੱਕ ਜਿੰਨੇ ਵੀ ਸਮਝਦਾਰ ਲੋਕ ਨੇ ਕਿ ਜਿਹੜੇ ਜਿਸ ਢੰਗ ਦੇ ਨਾਲ, ਕਿਉਂਕਿ ਸਭ ਤੋਂ ਵੱਡੀ ਗੱਲ ਇਹ ਹੈ ਕਿ ਪੰਜਾਬ ਦੇ ਵਿੱਚ ਹਾਲਾਤ ਇਸ ਢੰਗ ਮਾੜੇ ਆ ਕਿ ਮੈਂ ਤੁਹਾਡਾ ਵਿਰੋਧ ਕਰਾ ਰਿਹਾ, ਤੁਸੀਂ ਨੀਲ ਭੁਲਿੰਦਰ ਦਾ ਕਰਾ ਰਹੇ, ਨੀਲ ਭੁਲਿੰਦਰ ਮੇਰਾ ਕਰਾ ਰਿਹਾ, ਕਹਿਣ ਤੋਂ ਮਤਲਬ ਕਿ ਇੱਕ ਪਾਰਟੀ ਦੂਜਿਆਂ ਦਾ ਵਿਰੋਧ ਕਿਸਾਨੀ ਦੇ ਨਾਂ ਹੇਠ ਕਰਵਾ ਕੇ ਲੀਡਰਾਂ ਦੀ ਘੇਰਾਬੰਦੀ ਕਰਵਾ ਰਹੇ ਨੇ ਜਿਸ ਢੰਗ ਦੇ ਨਾਲ, ਉਹ ਵੀ ਇੱਕ ਬੜਾ ਖਤਰਨਾਕ ਦੌਰ ਮੈਨੂੰ ਨਜ਼ਰ ਆ ਰਿਹਾ, ਕਿਉਂਕਿ ਸੰਯੁਕਤ ਕਿਸਾਨ ਮੋਰਚਾ ਤਾਂ ਕਹਿੰਦਾ ਨੇ ਵੀ ਤੁਸੀਂ ਇਸ ਢੰਗ ਦੇ ਉੱਤੇ ਇਕੱਲੇ ਬੀਜੇਪੀ ਤੋਂ ਬਿਨਾਂ ਹੋਰਾਂ ਨੂੰ ਘੇਰੋ। ਮੈਂ ਅੱਜ ਵੀ ਇਸ ਮਸਲੇ ਦੇ ਉੱਤੇ ਕਿਸੇ ਦੋਸਤਾਂ ਦੀ ਬਹਿਰ ਦੇ ਵਿੱਚ ਬੈਠਿਆਂ ਗੱਲ ਚੱਲ ਰਹੀ ਸੀਗੀ ਕਿ ਕਿਸਾਨ ਜਿਹੜੇ ਆ ਉਹ ਲੀਡਰਾਂ ਦਾ ਘਿਰਾਓ ਕਰ ਰਹੇ ਨੇ, ਪਰ ਹੁਣ ਇਹ ਦੇਖਣਾ ਕਿ ਕਿਹੜੀ ਪਾਰਟੀ ਦੇ ਲੀਡਰਾਂ ਨੂੰ ਟਾਰਗੇਟ ਕੀਤਾ ਜਾ ਰਿਹਾ, ਕਾਂਗਰਸ ਦੇ ਲੀਡਰਾਂ ਨੂੰ ਕੀਤਾ ਜਾ ਰਿਹਾ ਤੇ ਅਕਾਲੀਆਂ ਦੇ ਕੀਤਾ ਜਾ ਰਿਹਾ, ਤੇ ਜੇ ਆਪ ਦੇ ਲੀਡਰਾਂ ਨੂੰ ਨਹੀਂ ਟਾਰਗੇਟ ਕੀਤਾ ਜਾ ਰਿਹਾ, ਆਪ ਦੇ ਲੀਡਰਾਂ ਦਾ ਕਿਤੇ ਘਰਾ ਨਹੀਂ ਹੋ ਰਿਹਾ, ਤੇ ਇਹਦੇ ਪਿੱਛੇ ਫਿਰ ਸਾਜਿਸ਼ ਕਿਸ ਦੀ ਹੋ ਸਕਦੀ ਆ ਕਿ ਹਰ ਲੀਡਰ ਨੂੰ ਆਪਣਾ ਪੱਖ ਰੱਖਣ ਦੀ ਜ਼ਰੂਰਤ ਆ। ਇਹ ਮਸਲਾ ਨਹੀਂ ਆ ਕੋਈ ਵੀ, ਜੇ ਜੇ ਸੁਖਬੀਰ ਬਾਦਲ ਨੂੰ ਘਰਾਓ ਹੁੰਦਾ ਜਾਂ ਕੈਪਟਨ ਅਮਰਿੰਦਰ ਦਾ ਘਰਾਓ ਹੁੰਦਾ, ਉਹ ਉਹ ਇਸ ਪੋਜੀਸ਼ਨ 'ਚ ਨਹੀਂ ਆ ਕਿ ਉਹ ਇਹਨਾਂ ਕਾਨੂੰਨਾਂ ਨੂੰ ਉਹ ਰੱਦ ਕਰਵਾ ਸਕਣ। ਸੋ ਘਰ ਦੀ ਖਾਨਾ ਜੰਗੀ ਦਾ ਫਾਇਦਾ ਜਿਹੜੀ ਕੋਈ ਹੋਰ ਰਾਜਨੀਤਿਕ ਪਾਰਟੀ ਲਵੇ, ਉਹ ਉਸ ਉਹ ਵੀ ਪੰਜਾਬ ਲਈ ਉਹ ਠੀਕ ਨਹੀਂ ਆ। ਆਉਣ ਵਾਲੇ ਜੇ ਇਸੇ ਤਰ੍ਹਾਂ ਚੱਲਦਾ ਰਿਹਾ ਤੇ ਇਹ ਖਾਨਾ ਜੰਗੀ ਵਾਲੇ ਹਾਲਾਤ ਪੈਦਾ ਹੋ ਜਾਣੇ ਆ। ਸੋ ਪਹਿਲਾਂ ਵੀ ਆਮ ਆਦਮੀ ਪਾਰਟੀ ਤੇ ਇੱਦਾਂ ਦੇ ਆਰੋਪ ਲੱਗੇ ਨੇ, ਇਹਨਾਂ ਦੇ MLA ਦੇ ਉੱਤੇ ਆਰੋਪ ਲੱਗਾ ਸੀਗਾ ਕਿ ਜਿਹੜੀ ਮਲੇਰਕੋਟਲੇ ਵਿੱਚ ਕੁਰਾਨ ਦੀ ਬੇਅਦਬੀ ਹੋਈ ਹੋ ਗਈ ਭਾਵੇਂ ਉਹਦੇ ਚੋਂ, ਤੇ ਕਿਤੇ ਨਾ ਕਿਤੇ ਬਰਗਾੜੀ ਵਾਲੇ ਮਾਮਲੇ ਦੇ ਵਿੱਚ ਵੀ ਆਮ ਆਦਮੀ ਪਾਰਟੀ ਦੇ ਉਂਗਲਾਂ ਉੱਠਦੀਆਂ ਰਹੀਆਂ ਨੇ। ਸੋ ਜਦੋਂ ਤੋਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਸਰਗਰਮੀ ਦੇ ਵਿੱਚ ਇਹ ਆਈ ਆ, ਉਦੋਂ ਤੋਂ ਹੀ ਇਹ ਬੇਅਦਬੀ ਦੀਆਂ ਘਟਨਾ ਦਾ ਜਿਹੜਾ ਦੌਰ ਜਿਹੜਾ ਸ਼ੁਰੂ ਹੋਇਆ, ਇੱਕ ਪਾਸੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਦੂਸਰੇ ਪਾਸੇ ਕੁਰਾਨ ਦੀ ਜਿਹੜੀ ਬੇਅਦਬੀ ਮਲੇਰਕੋਟਲੇ ਦੇ ਵਿੱਚ ਹੋਈ ਆ। ਸੋ ਹੁਣ ਕਿਉਂ ਨੀ ਭਗਵੰਤ ਮਾਨ ਦਾ ਘਿਰਾਓ ਜਿਹੜਾ ਆ ਉਹ ਕਿਸਾਨ ਨੇਤਾ ਕਰ ਰਹੇ, ਉਹ ਵੀ ਤਾਂ ਉਸੇ ਤਰ੍ਹਾਂ ਦੇ ਨੇਤਾ ਨੇ ਜਿਸ ਤਰ੍ਹਾਂ ਦੇ ਸੁਖਬੀਰ ਬਾਦਲ ਜਾਂ ਆਪਣੇ MP ਦੂਜੇ ਵੀ ਲਾ ਲਓ, MP ਤਾਂ ਸਾਰੇ ਹੀ ਨੇ। ਹਾਂ ਸੋ ਆਪ ਦਾ ਕਿਉਂ ਨੀ ਇਹ ਗੱਲ ਦਾ ਕਿਤੇ ਵਿਰੋਧ ਹੋ ਰਿਹਾ, ਇਹ ਸਵਾਲ ਬੜਾ ਵੱਡਾ ਜਿਹੜਾ ਖੜਾ ਹੋ ਰਿਹਾ ਵੀ। ਹਾਂ, ਦੂਸਰਾ ਇੱਕ ਜਿਹੜਾ ਸਭ ਤੋਂ ਵੱਡਾ ਹੋਰ ਪੈਟਰਨ ਜਿਹੜਾ ਦੇਖਣ ਤੇ ਆ ਰਿਹਾ ਕਿ ਖਾਸ ਕਰਕੇ ਅਕਾਲੀ ਤੇ ਕਾਂਗਰਸੀ ਲੀਡਰਾਂ ਦੇ ਕਰੈਕਟਰ ਅਸੈਸੀਨੇਸ਼ਨ ਹੋ ਰਹੀ ਆ ਫੇਸਬੁੱਕਾਂ ਦੇ ਉੱਤੇ, ਸੋਸ਼ਲ ਮੀਡੀਆ ਦੇ ਉੱਤੇ, ਇੱਕ ਸੇਮ ਪੈਟਰਨ ਦੇ ਤਹਿਤ ਵੀ ਉਹਦੇ ਵਿੱਚ ਉਸ ਕਿਰਦਾਰ ਦੇ ਵਿੱਚ ਜਿਹੜੇ ਆ ਕਿਤੇ ਵੀ ਆਮ ਆਦਮੀ ਦੇ ਨੇਤਾ ਜਿਹੜੇ ਆ ਉਹ ਨਹੀਂ ਦਿਖਦੇ। ਸੋ ਉਹ ਵੀ ਉਂਗਲੀ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਵੱਲ ਪਿਛਲੇ ਵਾਰੀ ਡਲਾ ਤੋਂ ਡਲਾ ਹੈ, ਪਤਾ ਨੀ ਕਿੱਧਰ ਸੇ ਚਲਾ ਹੈ ਜੀ,
ਸੋ ਚੀਜ਼ਾਂ ਦੇ ਬਚਣ ਦੀ ਲੋੜ ਹੈ, ਬਿਲਕੁਲ ਅਵੇਅਰ ਹੋਣਾ ਪਏਗਾ ਜੀ ਪੰਜਾਬ ਨੂੰ, ਖਾਸ ਕਰਕੇ ਜਿਹੜੀ ਨੌਜਵਾਨ ਨੇ ਨਾ ਬਰਿਆਣਾ ਸਾਹਿਬ, ਆਪਣੀ ਉਮਰ ਦੇ ਬੰਦਿਆਂ ਨੇ ਤਾਂ ਪਤਾ, ਮੈਂ ਸਿੱਧੀ ਗੱਲ, ਜਿਹੜੇ 50+ ਨੇ ਉਹਨਾਂ ਨੂੰ ਸਾਰਿਆਂ ਨੂੰ ਪਤਾ ਵੀ ਕੀ ਕੁਛ ਵਾਪਰਿਆ, ਪਰ ਜਿਹੜੇ 35 ਤੋਂ ਘੱਟ ਨੇ ਨਾ, 35 ਤੋਂ 50 ਵਾਲਿਆਂ ਨੂੰ ਸੁਪਨੇ ਵਾਂਗੂ ਉਹਨਾਂ ਨੂੰ ਪਤਾ ਗੱਲਾਂ ਦੱਸਤੀਆਂ, ਪਰ ਜਿਹੜੇ 35 ਤੋਂ ਘੱਟ ਨੇ ਉਹਨਾਂ ਨੂੰ ਸਮਝ ਲੈਣਾ ਚਾਹੀਦਾ ਕਿ ਪੰਜਾਬ ਕਿਹੜੇ ਹਾਲਾਤਾਂ 'ਚੋਂ ਨਿਕਲ ਰਿਹਾ, ਅਤੇ ਇਹ ਜ਼ਿੰਮੇਵਾਰੀ ਤੁਹਾਡੇ ਸਿਰ ਬਣਦੀ ਹੈ ਕਿ ਪੰਜਾਬ ਦੇ ਹਾਲਾਤ ਸੰਭਾਲ ਕੇ ਰੱਖਣੇ। ਦੇਖੋ ਜਿਵੇਂ ਕੁਛ ਸਮਾਂ ਪਹਿਲਾਂ ਇਹ ਗੱਲ ਮੇਰੇ ਨਾਲ ਕੋਈ ਅਕਾਲੀ ਦਲ ਅੰਮ੍ਰਿਤਸਰ ਦਾ ਇੱਕ ਨੇਤਾ ਨੇ ਅੱਜ ਤੋਂ 1.5 ਸਾਲ ਪਹਿਲਾਂ ਮੇਰੇ ਨਾਲ ਇਸ ਗੱਲ ਤੇ ਬਹਿਸ ਕੀਤੀ ਸੀ ਵੀ ਸ਼੍ਰੋਮਣੀ ਕਮੇਟੀ ਦੇ ਵਿੱਚ ਬਹੁਤ ਘਪਲੇ ਨੇ, ਅਸੀਂ ਆਹ ਹੋਣਾ ਚਾਹੀਦਾ ਆਹ ਹੋਣਾ ਚਾਹੀਦਾ, ਤੇ ਮੈਂ ਉਸਨੂੰ ਸਿੱਧਾ ਇਹ ਸਵਾਲ ਕੀਤਾ ਸੀ ਵੀ ਤੁਹਾਨੂੰ ਕਿਉਂ ਨੀ ਲੋਕਾਂ ਨੇ ਚੁਣਿਆ, ਜੇ ਤੁਸੀਂ ਚੁਣ ਕੇ ਆਉਂਦੇ ਤੁਹਾਨੂੰ ਲੋਕ ਮੌਕਾ ਦਿੰਦੇ, ਤੁਸੀਂ ਸ਼੍ਰੋਮਣੀ ਕਮੇਟੀ ਦਾ ਸੁਧਾਰ ਕਰ ਲੈਂਦੇ। ਹਾਂਜੀ, ਸੋ ਹੁਣ ਫਿਰ 2022 ਦੇ ਵਿੱਚ ਲੋਕ ਅਵੇਅਰ ਹੋਣ, ਜਿਹੜਾ ਲੀਡਰ ਚੰਗਾ ਆ, ਜਿਹੜੀ ਪਾਰਟੀ ਚੰਗੀ ਆ ਉਹਨੂੰ ਚੁਣਨ, ਉਹਨਾਂ ਨੂੰ ਮੌਕਾ ਦੇਣ। ਮੈਂ ਤਾਂ ਇਹ ਵੀ ਨੀ ਕਹਿ ਰਿਹਾ ਕਿ ਅਕਾਲੀ ਦਲ ਨੂੰ ਜਿਹੜਾ ਆ ਉਹ ਮੌਕਾ ਦੇਣਾ ਚਾਹੀਦਾ, ਕਾਂਗਰਸ ਨੂੰ ਦੇਣਾ ਚਾਹੀਦਾ, ਆਪ ਨੂੰ ਮੌਕਾ ਦੇਣਾ ਚਾਹੀਦਾ ਤਾਂ ਜੋ ਉਹ ਸਾਬਤ ਕਰਨ ਕਿ ਅਸੀਂ ਵਧੀਆ ਜਿਹੜਾ। ਪਰ ਜਿਸ ਤਰ੍ਹਾਂ ਦਾ ਨਿਜ਼ਾਮ ਹੁਣ ਆਮ ਆਦਮੀ ਪਾਰਟੀ ਦੇ ਵਿੱਚ ਵੀ ਇਕੱਠਾ ਹੋ ਰਿਹਾ, ਜਿਵੇਂ ਉਹੀ ਲੀਡਰ ਜਿਹੜੇ ਆ ਨਕਾਰੇ ਹੋਏ, ਦੂਸਰੀਆਂ ਪਾਰਟੀਆਂ ਚੋਂ ਕੱਢੇ ਹੋਏ ਲੀਡਰ ਜਿਹੜੇ ਆ ਉਹ ਆਮ ਆਦਮੀ ਪਾਰਟੀ ਦੇ ਵਿੱਚ ਆ ਰਹੇ ਨੇ। ਸੋ ਜਿਹੜਾ ਸ਼ੁਰੂਆਤੀ ਦੌਰ ਦੇ ਵਿੱਚ ਅੰਨਾ ਹਜ਼ਾਰੇ ਦੇ ਟਾਈਮ ਕੇਜਰੀਵਾਲ ਨੇ ਨਾਰਾ ਦਿੱਤਾ ਸੀ, ਉਹ ਕਿੱਥੇ ਆ? ਸੋ ਇਹ ਵੀ ਲੋਕਾਂ ਨੂੰ ਜਿਹੜਾ ਆ ਇਹ ਦੇਖਣਾ ਪਏਗਾ ਕਿ ਜਿਹੜੇ ਵਾਅਦੇ ਆਮ ਆਦਮੀ ਪਾਰਟੀ ਕਰ ਰਹੀ ਆ, ਜਾਂ ਜਿੱਦਾਂ ਦਾ ਕਹਿ ਰਹੀ ਸੀਗੀ ਅਸੀਂ ਇਮਾਨਦਾਰ ਨੇਤਾ ਜਿਹੜੇ ਆ ਉਹ ਦੇਣੇ ਆ, ਤੋ ਜਿਹੜੇ ਪਿਛਲੇ 2017 ਦੇ ਵਿੱਚ ਜਿਵੇਂ ਪੰਜਾਬ ਦੇ ਲੋਕਾਂ ਨੂੰ ਲੁੱਟ ਕੇ ਲਗਾਏ, ਜਿਹੜਾ NRI ਪੈਸਾ ਜਿੰਨਾ ਆਇਆ ਉਹਦੇ ਬਾਰੇ ਕੋਈ ਹਿਸਾਬ ਨਹੀਂ। ਸੋ ਇਹ ਸਾਰੀਆਂ ਗੱਲਾਂ ਨੌਜਵਾਨਾਂ ਨੂੰ ਆਪਣੇ ਜਿਹਨ ਦੇ ਵਿੱਚ ਰੱਖਣੀਆਂ ਪੈਣੀਆਂ ਨੇ, ਇਹਨਾਂ ਨੂੰ ਅਵੇਅਰ ਹੋਣਾ ਪੈਣਾ ਪੰਜਾਬ ਦੇ ਲੋਕਾਂ ਨੂੰ ਜੀ ਜੀ ਵੀ। ਸੋ ਇਹ ਇੱਕ ਬੜਾ ਵੱਡਾ ਦਾਨੇ ਵਾਲੀਆ ਸਾਹਿਬ ਸਵਾਲ ਆ ਕਿ ਆਖਿਰ ਲੋਕਾਂ ਦੇ ਮੋਹਰੇ ਵੀ ਕੀ ਪਰੋਸਿਆ ਜਾ ਰਿਹਾ, ਲੋਕ ਕਿਹਨੂੰ ਵੋਟ ਪਾਉਣ। ਜੀ ਜੀ, ਆਪਾਂ ਕਾਲ ਲੈ ਲਈਏ ਜੀ ਇੱਕ। ਸਤਿ ਸ੍ਰੀ ਅਕਾਲ ਜੀ, ਤੁਸੀਂ ਆਉਂਦੇ ਹੋ ਬਾਜਵਾ ਸਾਹਿਬ? ਦਾਨੇ ਵਾਲੀ ਸਾਹਿਬ ਤੇ ਬਰਿਆਣਾ ਸਾਹਿਬ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਜੀ। ਗੱਲ ਬਹੁਤ ਵਧੀਆ ਕਰਦੇ ਪਏ ਹੋ। ਦੇਖੋ ਮੈਂ ਪਹਿਲਾਂ ਤੋਂ ਇਹ ਗੱਲ ਅੱਗੇ ਵੀ ਇੱਕ ਵਾਰੀ ਕਰ ਚੁੱਕਾ ਤੇ ਹੁਣ ਵੀ ਮੈਂ ਤੁਹਾਡੇ ਨਾਲ ਵੀ ਇਹੀ ਗੱਲ ਸਾਂਝੀ ਕਰਨੀ ਚਾਹੁੰਦਾ, ਜਿਹੜੀ ਆ ਕਿਸਾਨਾਂ ਦਾ ਘਰਾਓ ਕਰਨ ਦੇ ਮੁੱਦੇ ਤੇ ਜੀ, ਕਿ ਜਦੋਂ ਜਿਹੜਾ ਸੰਯੁਕਤ ਮੋਰਚਾ ਉਹ ਕਈ ਵਾਰ ਰਾਜੇਵਾਲ ਸਾਹਿਬ ਕਹਿ ਚੁੱਕੇ ਨੇ ਕਿ ਸਵਾਏ BJP ਦਾ ਸਾਡਾ ਕਿਸੇ ਨਾਲ ਕੋਈ ਵਿਰੋਧ ਨਹੀਂ ਹੈ, ਕਿ ਉਹਨਾਂ ਤੋਂ ਬਗੈਰ ਕਿਸੇ ਨੂੰ ਵੀ ਮਤਲਬ ਤੁਸੀਂ ਇਹ ਝੰਡੀਆਂ ਲੈ ਕੇ ਜਾਂ ਕੁਛ ਵੀ ਜੋ ਵਿਰੋਧ ਕਰਦੇ ਹੋ ਇਹ ਨਹੀਂ ਕਰਨਾ ਚਾਹੀਦਾ ਜੀ। ਤੇ ਇਹਨਾਂ ਮੈਂ ਵੀ ਇਹ ਗੱਲ ਚਾਹੁੰਦਾ ਵਾ ਕਿ ਕਿਸਾਨਾਂ ਨੂੰ ਇੱਕ ਬੰਨੇ ਤੇ ਦੇਖੋ, ਪਹਿਲਾਂ ਵੀ ਇਹ ਗੱਲ ਹੋ ਚੁੱਕੀ ਹੈ ਕਿ ਤੁਸੀਂ ਸਾਰੀਆਂ ਘਰਾਂ ਨੂੰ ਆਖਿਆ ਵੀ ਤੁਸੀਂ ਸਾਡੀ ਅੰਦਰ ਗੱਲ ਕਰੋ ਤੇ ਅਸੀਂ ਤੁਹਾਡੀ ਬਾਹਰ ਕਰਦੇ ਹਾਂ, ਅਸੀਂ ਬਾਹਰ ਆਪਣਾ ਕੰਮ ਕਰਦੇ ਹਾਂ ਜੀ। ਇੱਕ ਬੰਨੇ ਤੁਸੀਂ ਉਹਨਾਂ ਤੋਂ ਸਹਿਯੋਗ ਮੰਗਦੇ ਹੋ, ਦੂਸਰੀ ਵਾਰੀ ਦੂਜੇ ਪਾਸੇ ਤੁਸੀਂ ਮਤਲਬ ਵਿਰੋਧ ਕਰਦੇ ਹੋ, ਉਹਨਾਂ ਵਿਧਾਇਕਾਂ ਦਾ ਵਿਰੋਧ ਕਰਦੇ ਹੋ। ਜੇ ਤੁਸੀਂ ਸਾਰੀਆਂ ਤਰ੍ਹਾਂ ਦਾ ਸਾਰੇ ਲੋਕਾਂ ਦਾ ਇਸ ਤਰ੍ਹਾਂ ਵਿਰੋਧ ਕਰਨਾ ਸ਼ੁਰੂ ਕਰ ਦਵੋਗੇ, ਤੁਸੀਂ ਫਿਰ ਹਮਾਇਤ ਕਿਹਦੀ ਲਵੋਗੇ ਤੇ ਤੁਹਾਡੀ ਹਮਾਇਤ ਕੌਣ ਕਰੇਗਾ? ਇਹ ਬੜੀ ਸੋਚਣ ਵਾਲੀ ਗੱਲ ਹੈ। ਫਿਰ ਅਗਲੀ ਗੱਲ ਇਹ ਹੈ ਕਿ ਇਹਨਾਂ ਹੀ ਲੋਕਾਂ ਨੇ ਧੋ ਕੇ, ਜਿਹੜੇ ਲੋਕ ਭਾਵੇਂ ਉਹ ਕਾਂਗਰਸੀਆਂ ਦਾ ਵਿਰੋਧ ਕਰਦੇ ਨੇ ਤੇ ਭਾਵੇਂ ਉਹ ਅਕਾਲੀਆਂ ਦਾ ਵਿਰੋਧ ਕਰਦੇ ਨੇ, ਇਹਨਾਂ ਹੀ ਲੋਕਾਂ ਨੇ ਧੋ ਕੇ ਇਹਨਾਂ ਨੂੰ ਹੀ ਵੋਟਾਂ ਪਾਉਣੀਆਂ ਨੇ ਜੀ, ਇਹਨਾਂ ਵਿੱਚੋਂ ਹੀ, ਕਿਉਂਕਿ ਲੋਕ ਬਾਹਰੋਂ ਤੇ ਆਉਣੇ ਨੀ। ਇਹਨਾਂ ਵਿੱਚ ਹੀ ਕੁਛ ਕਾਂਗਰਸ ਦੇ ਬੜੇ ਹੋਏ ਆ ਤੇ ਕੁਛ ਅਕਾਲੀਆਂ ਦੇ ਬੜੇ ਹੋਏ ਨੇ, ਕੁਛ ਹੋਰ ਦੂਸਰੇ ਆਮ ਆਦਮੀ ਦੇ ਬੜੇ ਹੈਗੇ ਨੇ, ਕਿਉਂਕਿ ਇਹ ਸਮਝਦੇ ਨੇ ਵੀ ਜੇ ਅੱਜ ਅਕਾਲੀਆਂ ਦਾ ਬੰਦਾ ਜਾ ਰਿਹਾ ਤੇ ਕਾਂਗਰਸੀ ਤੇ ਆਮ ਆਦਮੀ ਦੇ ਬੰਦੇ ਵੜ ਕੇ ਤੇ ਉਹਦਾ ਵਿਰੋਧ ਕਰਦੇ ਨੇ। ਮੇਰਾ ਭਾਵ ਹੈ ਕਿ ਇਹ ਰਲ ਮਿਲ ਕਰਕੇ ਇਹ ਕਿਸਾਨਾਂ ਦੇ ਮੋਰਚੇ ਨੂੰ ਢਾਹ ਲਾਉਣ ਵਾਲੇ ਪਾਸੇ ਗੱਲ ਜਾ ਰਹੀ ਹੈ। ਇਹਦੇ ਉੱਤੇ ਕਿਸਾਨ ਮੋਰਚੇ ਨੂੰ ਔਰ ਸਾਰਿਆਂ ਨੂੰ ਵਿਚਾਰ ਕਰਨ ਦੀ ਲੋੜ ਹੈ, ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ। ਜੇ ਤੁਸੀਂ ਲੋਕਾਂ ਦਾ ਸਾਥ ਲੈਣਾ ਤੇ ਲੋਕਾਂ ਨੂੰ ਤੁਹਾਡੇ ਨਾਲ ਬਣਾ ਕੇ ਤੇ ਤੁਸੀਂ ਲੋਕਾਂ ਨਾਲ ਬਣਾ ਕੇ ਰੱਖੋਗੇ ਤੇ ਤਾਂ ਤੇ ਕਿਸਾਨੀ ਮੋਰਚਾ ਜਿਹੜਾ ਜਿੱਤਿਆ ਜਾਵੇਗਾ ਜੀ। ਮਿਹਰਬਾਨੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ ਜੀ ਬਰਿਆਣਾ ਸਾਹਿਬ, ਬੜੇ ਦੇਖੋ ਬੜੀ ਸੁਲਝੀ ਹੋਈ ਗੱਲ ਕੀਤੀ ਹੈ ਬਾਜਵਾ ਸਾਹਿਬ ਨੇ ਕਿ ਵੀ ਇਹ ਜੇ ਉਸ ਮੋਰਚੇ ਨੂੰ ਕਾਮਯਾਬ ਕਰਨਾ ਤੇ ਪੰਜਾਬ ਦੇ ਵਿੱਚ ਸਾਰੀਆਂ ਰਾਜਨੀਤਿਕ ਧਿਰਾਂ ਜਿਹੜੀਆਂ ਨੇ BJP ਦੇ ਉਲਟ ਜਿਹੜੀਆਂ ਰਾਜਨੀਤਿਕ ਧਿਰਾਂ ਨੇ ਉਹਨਾਂ ਨੂੰ ਇਕੱਠੇ ਹੋਣਾ ਪੈਣਾ, ਉਹਨਾਂ ਨੂੰ
सहयोग देना पैना उन्हां दी ताकत नूं मजबूत करना पैना तां ही जिहड़ा इह घोल किसानां दा जित्तिया जाणा जे आपस विच ही इत्थे एक दूजे नूं टारगेट करन लग पए ते किते ना किते इह मोर्चे नूं जरूर नुकसान होवेगा जी। सो क्योंकि इह मसले जिहड़े ने इह क्योंकि इह मसला हुण बहुत वड्डा राजनीतिक मसला बन चुका किसानां दे जिहड़े इह बिल आ इह राजनीतिक पहलकदमी नाल ही इह जिहड़ा इह इहदा हल होना क्योंकि एक राजनीतिक पार्टी हमेशा दूसरी राजनीतिक पार्टी दे प्रभाव थले आण के ही कोई ना कोई फैसला लैंदी आ जदों इह पंजाब दीआं राजनीतिक धिरां जिहड़ियां स्ट्रोंग होणगीआं जी उह उहनां दी ताकत वधेगी ते फिर किते ना किते बीजेपी ते इस गल दा प्रैशर पएगा ते उह इस ਇਹ ਮਸਲਾ ਹੱਲ ਕਰਨ ਦੇ ਪਾਸੇ ਤੁਰੇਗੀ ਜੇ ਬੀਜੇਪੀ ਨੂੰ ਇਸ ਗੱਲ ਦਾ ਪਤਾ ਹੋਊਗਾ ਕਿ ਇਹ ਤਾਂ ਆਪਸ ਵਿੱਚ ਲੜ ਮਰ ਰਹੇ ਨੇ ਆਪਸ ਵਿੱਚ ਹੀ ਇੱਕ ਦੂਜੇ ਲੀਡਰਾਂ ਨੂੰ ਅਕਾਲੀਆਂ ਨੂੰ ਟਾਰਗੇਟ ਕਰ ਰਹੇ ਨੇ ਕਾਂਗਰਸ ਨੂੰ ਟਾਰਗੇਟ ਉਹ ਤਾਂ ਫਿਰ ਬੈਠ ਕੇ ਤਮਾਸ਼ਾ ਦੇਖ ਰਹੇ ਨੇ ਸੋ ਇਹ ਇਹ ਕਿਸਾਨ ਨੇਤਾਵਾਂ ਨੂੰ ਜਿਹੜੇ ਖਾਸ ਕਰਕੇ ਛੋਟੇ ਪਿੰਡਾਂ ਦੇ ਵਿੱਚ ਜਿਹੜੇ ਲੀਡਰ ਜਿਹੜੇ ਆਉਂਦੇ ਨੇ ਉਹਨਾਂ ਨੂੰ ਇਹ ਸੋਚਣਾ ਪਏਗਾ ਕਿ ਅਸੀਂ ਕਰ ਕੀ ਰਹੇ ਹਾਂ ਜੀ ਤੁਸੀਂ ਪ੍ਰੈਸ਼ਰ ਪਾਉਣਾ ਇਸ ਗੱਲ ਦਾ ਪਾਓ ਉਹਨਾਂ ਨੂੰ ਮਿਲੋ ਪਿੰਡਾਂ 'ਚ ਤੁਹਾਡੇ ਆਉਂਦੇ ਆ ਬੈਠ ਕੇ ਵਿਚਾਰ ਵਟਾਂਦਰਾ ਕਰੋ ਵੀ ਤੁਸੀਂ ਸਾਡੇ ਲਈ ਕੀ ਕਰੋਗੇ ਤੁਹਾਡੀ ਇਸ ਮੋਰਚੇ ਨੂੰ ਕਾਮਯਾਬ ਕਰਨ ਲਈ ਤੁਹਾਡੀ ਰਣਨੀਤੀ ਕੀ ਆ ਤੁਸੀਂ ਉਹਦੇ ਬਾਰੇ ਸਾਨੂੰ ਸਪਸ਼ਟ ਕਰੋ ਆਣ ਕੇ ਨਾ ਕਿ ਉਹਦਾ ਵਿਰੋਧ ਕਰੋ ਜੇ ਕੋਈ ਅਕਾਲੀ ਦਲ ਪਿੰਡਾਂ ਦੇ ਵਿੱਚ ਜਾਂਦਾ ਜਾਂ ਕਾਂਗਰਸ ਪਿੰਡਾਂ 'ਚ ਜਾਂਦੀ ਆ ਜਾਂ ਆਮ ਆਦਮੀ ਪਾਰਟੀ ਪਿੰਡਾਂ ਦੇ ਵਿੱਚ ਜਾਂਦੀ ਆ ਤੇ ਉਹਨਾਂ ਨੂੰ ਬਿਠਾਲ ਕੇ ਪੁੱਛਣਾ ਚਾਹੀਦਾ ਕਿ ਤੁਹਾਡੇ ਜਿਹੜਾ ਤੁਹਾਡਾ ਇਲੈਕਸ਼ਨ ਦਾ ਏਜੰਡਾ ਆ ਜਾਂ ਤੁਹਾਡਾ ਜਿਹੜੀ ਪਾਰਟੀ ਦਾ ਰਾਜਨੀਤਿਕ ਏਜੰਡਾ ਆ ਉਹਦੇ ਵਿੱਚ ਕਿਸਾਨ ਮੋਰਚੇ ਦੀ ਜਿਹੜੀ ਇਹ ਕਿਸਾਨਾਂ ਦੇ ਬਿੱਲ ਆ ਇਹ ਕਿੱਥੇ ਖੜੇ ਨੇ ਤੁਹਾਡੇ ਚੋਣ ਮੈਨੀਫੈਸਟੋ ਦੇ ਵਿੱਚ ਕਿੱਥੇ ਨੇ ਤੁਸੀਂ ਇਹਨੂੰ ਕਿਵੇਂ ਕਰਵਾਓਗੇ ਬੀਜੇਪੀ ਤੇ ਕਿਵੇਂ ਪ੍ਰੈਸ਼ਰ ਪਾਓਗੇ ਤੇ ਜੇ ਸਾਰੀਆਂ ਧਿਰਾਂ ਇਸ ਗੱਲ ਤੇ ਇਕੱਠੀਆਂ ਹੋਣਗੀਆਂ ਤੇ ਬੀਜੇਪੀ ਤੇ ਇਸ ਗੱਲ ਦਾ ਜ਼ਰੂਰ ਅਸਰ ਹੋਏਗਾ ਉਹ ਫਿਰ ਹੀ ਇਹ ਸੰਘਰਸ਼ ਜਿਹੜਾ ਜਿੱਤਿਆ ਜਾਏਗਾ ਜੀ ਜੀ ਸੋ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਬਰਿਆਣਾ ਸਾਹਿਬ ਸਮਾਂ ਦੇਣ ਦੇ ਲਈ ਬਹੁਤ ਬਹੁਤ ਮਿਹਰਬਾਨੀ ਜੀ ਮਿਹਰਬਾਨੀ ਤੁਸੀਂ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਮੌਕਾ ਦਿੱਤਾ ਦਰਸ਼ਕਾਂ ਦੇ ਰੂਬਰੂ ਹੋਣ ਦਾ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਇਹ ਸਨ ਪਰਮਿੰਦਰ ਬਰਿਆਣਾ ਜੀ ਹੋਰੀ ਤੇ ਪ੍ਰੋਗਰਾਮ ਸ਼ਮਾਦਾਨ ਬਾਦਸਤੂਰ ਇਸੇ ਤਰ੍ਹਾਂ ਜਾਰੀ ਰਹੇਗਾ ਸੋ ਜੁੜੇ ਰਹੋ ਰੇਡੀਓ ਪੰਜਾਬ ਟੂਡੇ ਦੇ ਨਾਲ ਮੇਰੀ ਗੁਜ਼ਾਰਿਸ਼ ਹੈ ਜੀ ਤੁਹਾਨੂੰ ਸਾਰੇ ਭਰਾਵਾਂ ਨੂੰ ਕਿ ਰੇਡੀਓ ਪੰਜਾਬ ਟੂਡੇ ਨੂੰ ਤੁਸੀਂ ਵੱਧ ਤੋਂ ਵੱਧ ਸਪੋਰਟ ਕਰੋ ਜਿੰਨਾ ਹੋ ਸਕਦਾ ਜਾਂ ਫਿਰ ਤੁਸੀਂ ਰੇਡੀਓ ਪੰਜਾਬ ਟੂਡੇ ਦੀ ਨੂੰ ਪੇਪਲ ਦੇ ਜ਼ਰੀਏ ਤੁਸੀਂ ਸਪੋਰਟ ਕਰ ਸਕਦੇ ਹੋ ਉੱਥੇ ਤੁਸੀਂ ਆਪਣਾ 2020 ਸੀਡੀਐਲ ਡਰਾਈਵਿੰਗ ਸਕੂਲ ਫਰੈਡਰਿਕਸਬਰਗ ਵਰਜੀਨੀਆ ਵਿਖੇ ਜਿੱਥੇ ਸੀਡੀਐਲ ਕਲਾਸ ਏ ਬੀ ਤੇ ਪੀ ਦੀ ਟ੍ਰੇਨਿੰਗ ਕਾਰਸ ਬਸਿਸ ਬਾਕਸ ਟਰੱਕ ਕਮਰਸ਼ੀਅਲ ਟਰੈਕਟਰ ਟ੍ਰੇਲਰ ਵੀ ਚਲਾਉਣੇ ਸਿਖਾਏ ਜਾਂਦੇ ਨੇ ਇੱਥੇ ਨਾ ਸਿਰਫ ਪੰਜਾਬੀ ਹਿੰਦੀ ਅੰਗਰੇਜ਼ੀ ਉਰਦੂ ਤੇ ਸਪੈਨਿਸ਼ ਵਿੱਚ ਗੱਲਬਾਤ ਕਰਨ ਦੀ ਸਹੂਲਤ ਹੈ ਸਗੋਂ ਰਿਹਾਇਸ਼ ਦਾ ਵੀ ਪ੍ਰਬੰਧ ਹੈ ਅੱਜ ਹੀ ਸੰਪਰਕ ਕਰੋ ਸਨੀ ਨੂੰ 546-059-85 ਤੇ ਜਿੱਥੇ ਤੁਹਾਨੂੰ ਫ੍ਰੀ ਕਾਫੀ ਫ੍ਰੀ ਫੈਕਸ ਸਰਵਿਸ ਫ੍ਰੀ ਟਰੱਕ ਪਾਰਕਿੰਗ ਰੋਟੀ ਠੇਕਾ ਲਾਂਡਰੀ ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ ਹੁਣੇ ਕਾਲ ਕਰੋ 360-652-6066 ਯਾਨੀ 360-652-6066 ਇਹ ਦੋ ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ ਸੈਕਿੰਡ ਲੋਕੇਸ਼ਨ ਲਾਸਟ ਹਿੱਲ ਟ੍ਰੈਵਲ ਸੈਂਟਰ 14814 ਐਲੋਮ ਸਟਰੀਟ ਲਾਸਟ ਹਿਲਸ ਫੋਨ ਨੰਬਰ 661-797-2354 ਓ ਯਾਰ ਕੀ ਸੁਪਨੇ ਦੇਖੇ ਸੀ ਕੈਨੇਡਾ ਆਉਣ ਤੋਂ ਪਹਿਲਾਂ ਉਹ ਸੁਪਨੇ ਪੂਰੇ ਕਰਨੇ ਆ ਤਾਂ ਡ੍ਰੀਮ ਲਾਈਨਰ ਐਕਸਪ੍ਰੈਸ ਵਾਲਿਆਂ ਨੂੰ ਕਾਲ ਕਰ ਜੀ ਹਾਂ ਡ੍ਰੀਮ ਲਾਈਨਰ ਐਕਸਪ੍ਰੈਸ ਕੰਪਨੀ ਕੈਲਗਰੀ ਅਲਬਰਟਾ ਕੈਨੇਡਾ ਜਿਨ੍ਹਾਂ ਨੂੰ ਸਾਫ਼ ਸੁਥਰੇ ਰਿਕਾਰਡ ਤੇ 2 ਸਾਲਾਂ ਤਜਰਬੇ ਵਾਲੇ ਡਰਾਈਵਰ ਦੀ ਲੋੜ ਹੈ ਇਹਨਾਂ ਕੋਲ ਕੈਲਗਰੀ ਅਲਬਰਟਾ ਤੋਂ ਕੈਲੀਫੋਰਨੀਆ ਤੇ ਐਰੀਜ਼ੋਨਾ ਦੇ ਸਿੱਧੇ ਰਨ ਇਹਨਾਂ ਕੋਲ ਡਰਾਈ ਤੇ ਰੀਫਰ ਲੋਡ ਵੀ ਹੈ ਹੋਮ ਰਿਟਰਨ ਵਿਦ ਇਨ 5 ਡੇਜ਼ ਬਾਈ ਵੀਕਲੀ ਤੇ ਚੰਗੀ ਤਨਖਾਹ ਦਿੰਦੇ ਆ ਔਰ ਹਾਂ ਸਿੰਗਲ ਤੇ ਟੀਮਸ ਦੋਨਾਂ ਨੂੰ ਹਾਇਰ ਕਰਦੇ ਨੇ ਵਧੇਰੇ ਜਾਣਕਾਰੀ ਲਈ ਕਾਲ 403-404-9501 Dreamliner Express Company, Calgary, Alberta, Canada. ਬਠਿੰਡਾ ਦੀ ਗ੍ਰੀਨ ਸਿਟੀ ਦੀ ਅਪਾਰ ਸਫਲਤਾ ਤੋਂ ਬਾਅਦ ਹੁਣ ਪੇਸ਼ ਹੈ ਕਨਈਆਸ ਗ੍ਰੀਨ ਸਿਟੀ
जिथे सिक्योरिटी दे पुख्ता प्रबंध खुलियां सड़कां हरा भरा वातावरण बिजली दियां अंडरग्राउंड तारां अते खूबसूरत फुल पौधे लैंडस्केपिंग अते निर्माण कार्य चल रहे ने तेजी नाल इस तो पहला कि सारे प्लाट बुक हो जान संपर्क करो 8556002064 अते 8550602071 ट्रकिंग वाले वीरो ध्यान नाल सुनो ट्रक जिद्दां दा भी चलाउंदे हो मैनुअल जां ऑटोमैटिक क्विक ट्रक ल्यूब चेते आही ना रखियो ट्रक दी बढ़िया सर्विस लई क्विक ट्रक ल्यूब लो जी तीजी लोकेशन भी खोलती है एग्जिट 579 फ्रॉम हाईवे 401 इन नापनी आहो जी कोई अपॉइंटमेंट नहीं ड्राइव थ्रू फैसिलिटी एग्जिट 579 फ्रॉम हाईवे 401 इन नापनी क्विक ट्रक ल्यूब द वन स्टॉप शॉप 519-622-0660 जां quicktrucklube.com QTL बिकॉज वी केयर प्रोग्राम शमादान ਦੇ ਵਿੱਚ ਤੁਹਾਡਾ ਸਵਾਗਤ ਹੈ ਤੇ ਜੇਕਰ ਤੁਹਾਨੂੰ ਕਿਸੇ ਪ੍ਰਕਾਰ ਦੀ ਵੀ ਸਿਟੀਜ਼ਨਸ਼ਿਪ ਜਾਂ OCI ਕਾਰਡ ਜਾਂ ਕੋਈ ਹੋਰ ਤਰ੍ਹਾਂ ਦੀ ਤੁਹਾਨੂੰ ਇਮੀਗ੍ਰੇਸ਼ਨ ਸਰਵਿਸਿਜ਼ ਚਾਹੀਦੀਆਂ ਨੇ ਤਾਂ ਸੇਖੋ ਇਮੀਗ੍ਰੇਸ਼ਨ ਸਰਵਿਸਿਜ਼ ਤੁਸੀਂ ਕੈਲੀਫੋਰਨੀਆ ਦੇ ਵਿੱਚ ਗੁਰਚਰਨ ਸਿੰਘ ਹੋਰ ਨਾਲ 510-200-9988 ਯਾਨੀ ਕਿ 510-200-9988 ਤੇ ਸੰਪਰਕ ਕਰ ਸਕਦੇ ਹੋ ਲੌਂਗ ਹਾਲ ਚੱਲਣ ਵਾਲੇ ਟਰੱਕਰ ਵੀਰ ਜੇਕਰ ਤੁਸੀਂ ਲੋਕਲ ਕੰਮ ਚਾਹੁੰਦੇ ਹੋ ਤਾਂ ਸੈਟਲ ਦੇ ਵਿੱਚ ਵਾਸ਼ਿੰਗਟਨ ਫਰੇਟ ਸਰਵਿਸ ਵਾਲੇ ਗੁਰਵਿੰਦਰ ਅਧੀਵਾਲ ਅਤੇ ਜਗਦੇਵ ਸੰਧੂ ਹੋਰਾਂ ਨਾਲ ਸੰਪਰਕ ਕਰ ਸਕਦੇ ਹੋ ਫੋਨ ਨੰਬਰ ਹੈ ਜੀ 206-354-4060 ਅਤੇ ਜਗਦੇਵ ਸੰਧੂ ਨਾਲ 253-268-6964 ਦੇ ਉੱਤੇ ਸੰਪਰਕ ਕਰ ਸਕਦੇ ਹੋ 253-266-6924 ਤੇ ਕਾਲ ਕਰ ਸਕਦੇ ਹੋ ਕਾਲ ਟਰੱਕ ਐਂਡ ਟ੍ਰੇਲਰ 82 ਰੇਨਮ ਡਰਾਈਵ ਫਾਰਮਰਸ ਰੋਡ ਵਿਨੀਪੈਗ ਹੈ ਜੀ ਇੱਥੇ ਤੁਹਾਨੂੰ ਸੈਮੀ ਅਤੇ ਟ੍ਰੇਲਰ ਦਾ ਸਾਰਾ ਕੰਮ ਕਰਕੇ ਦਿੱਤਾ ਜਾਂਦਾ ਇਸ ਤੋਂ ਇਲਾਵਾ DOT ਸੇਫਟੀ ਵੀ ਹੈ ਤੁਸੀਂ ਸੰਪਰਕ ਕਰ ਸਕਦੇ ਹੋ ਬਲਤੇਜ ਪਨੇਸਰ ਹੋਰਾਂ ਨਾਲ 204-459-2000 204-459-2000 'ਤੇ ਕਾਲ ਕਰ ਸਕਦੇ ਹੋ ਮੇਰੇ ਨਾਲ ਸਰਦਾਰ ਬਖਤੌਰ ਸਿੰਘ ਢਿੱਲੋਹਰੀ ਨੇ ਢਿੱਲੋ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਢਿੱਲੋ ਸਾਹਿਬ ਸੁਮੇਧ ਸੈਣੀ ਰਿਹਾ ਨਾ ਸੋਰੀ ਗ੍ਰਿਫਤਾਰ ਅਤੇ ਮੁੜ ਰਿਹਾ ਬੜੀ ਚਰਚਾ ਹੋ ਰਹੀ ਹੈ ਕਹਿੰਦੇ ਅੱਧੀ ਰਾਤ ਨੂੰ ਲੱਗੀਆਂ ਜੀ ਕਚਹਿਰੀਆਂ ਬਿਲਕੁਲ ਜੀ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਸੁਮੇਧ ਸਿੰਘ ਸੈਣੀ ਦੇ ਖਿਲਾਫ ਕਈ ਮੁਕੱਦਮੇ ਦਰਜ ਹੈ ਜੀ ਜੇ ਆਪਾਂ ਪਛਾਣ ਨਿਗਾਹ ਮਾਰੀਏ ਤਾਂ ਸਭ ਤੋਂ ਪਹਿਲਾਂ ਤੁਸੀਂ ਉਹੀ ਦੇਖ ਲਓ ਇੱਕ ਮੁਕੱਦਮਾ ਦਰਜ ਹੋਇਆ ਸੀ 1992 ਦੇ ਵਿੱਚ ਜੀ ਔਰ ਉਸ ਵੇਲੇ ਜਿਹੜਾ 1992 ਦੇ ਵਿੱਚ ਮੁਕੱਦਮਾ ਦਰਜ ਹੋਇਆ ਸੀ 92-93 ਦੇ ਵਿੱਚ ਹਾਂਜੀ ਉਹ ਬਲਵੰਤ ਸਿੰਘ ਮੁਲਤਾਨੀ ਵਾਲਾ ਮਾਮਲਾ ਚੱਲਦਾ ਸੀ ਫਿਰ ਸੈਣੀ ਮੋਟਰਸ ਵਾਲੇ ਆ ਗਏ ਉਹ ਤੋਂ ਬਾਅਦ ਜੇ ਆਪਾਂ ਫਿਰ ਦੇਖੀਏ ਤਾਂ ਕਈ ਸਾਰੇ ਫਿਰ ਹੋਰ ਆ ਜਿਹੜਾ ਲੇਟੈਸਟ ਮੁਕੱਦਮਾ ਦਰਜ ਹੋਇਆ ਸੀ ਉਹ ਹੋਇਆ ਸੀ ਸੋਮਿਆਂ ਤੋਂ ਵੱਧ ਜਾਇਦਾਦ ਲੇਕਿਨ ਉਹਦੀ ਜੜ ਕੋਈ ਹੋਰ ਸੀ ਉਹ ਜਿਵੇਂ ਕਹਿੰਦੇ ਹੁੰਦੇ ਵੀ ਵਿਜੀਲੈਂਸ ਵਾਲਿਆਂ ਦੇ ਜਾਂ ਸਰਕਾਰ ਦੇ ਪੈਰ ਥੱਲੇ ਬਟੋਰਾ ਆ ਗਿਆ ਸਿਮਰਤ ਦੀਪ ਸਿੰਘ ਨਾਂ ਦਾ ਇੱਕ ਐਕਸੀਅਨ PWD ਦਾ ਸੀ ਉਹਨੇ ਬਹੁਤ ਲੰਬੇ ਸਮੇਂ ਤੋਂ ਆਪਣੀਆਂ ਬੜੇ ਡਿਟੇਲ ਨਾਲ ਆਪਾਂ ਪਹਿਲਾਂ ਗੱਲ ਕਰ ਚੁੱਕੇ ਹਾਂ ਪ੍ਰੋਪਰਟੀ ਵਗੈਰਾ ਦੇ ਕੰਮ ਦੇ ਵਿੱਚ ਪਿਆ ਹੋਇਆ ਸੀ ਜੀ ਅਤੇ WWICS ਨਾਂ ਦੀ ਇੱਕ ਕੰਪਨੀ ਹੈ ਜੀ ਉਹ ਇਮੀਗ੍ਰੇਸ਼ਨ ਦਾ ਕੰਮ ਵੀ ਕਰਦੀ ਹੈ ਅਤੇ ਇਮੀਗ੍ਰੇਸ਼ਨ ਦੇ ਨਾਲ ਉਹ ਰੀਅਲ ਸਟੇਟ ਦੇ ਵਿੱਚ ਵੀ ਪੈ ਗਈ ਜੀ ਰੀਅਲ ਸਟੇਟ ਦੇ ਕੰਮ ਦੇ ਵਿੱਚ ਪੈਣ ਕਰਕੇ ਕੁਰਾਲੀ ਦੇ ਕੋਲ ਉਹਨਾਂ ਨੇ 2 ਕਲੋਨੀਆਂ ਕੱਟੀਆਂ ਸੀ ਜੀ ਉਹਨਾਂ ਕਲੋਨੀਆਂ ਵਾਸਤੇ ਚੇਂਜ ਆਫ ਲੈਂਡ ਯੂਜ CLU ਨੋ ਆਬਜੈਕਸ਼ਨ ਸਰਟੀਫਿਕੇਟ ਵਗੈਰਾ ਜੋ ਸਾਰਾ ਕੁਛ ਲੈਣਾ ਸੀ ਇਹ ਕੰਮ ਤੁਹਾਨੂੰ ਪਤਾ ਵੱਡੇ ਕੰਮ ਹੈ ਅਤੇ ਵੱਡੇ ਕੰਮ ਵੱਡੇ ਬੰਦਿਆਂ ਦੀ ਮਦਦ ਨਾਲ ਹੋ ਨਹੀਂ ਸਕਦੇ ਅਤੇ ਪੈਸੇ ਤੋਂ ਬਗੈਰ ਹੋ ਨਹੀਂ ਸਕਦੇ ਪੈਸਿਆਂ ਦਾ ਲੈਣ ਦੇਣ ਹੋਇਆ ਕੁਛ ਜ਼ਮੀਨਾਂ ਦੀ ਖਰੀਦੋ ਫਰੋਖਤ ਹੋਈ ਅਤੇ ਉਹ ਪੈਸਿਆਂ ਦੇ ਲੈਣ ਦੇਣ 'ਤੇ ਜ਼ਮੀਨਾਂ ਦੀ ਖਰੀਦੋ ਫਰੋਖਤ ਦੇ ਵਿੱਚ ਕੁਝ ਆਪਸ ਵਿੱਚ ਝਗੜਾ ਹੋ ਗਿਆ ਸਿਮਰਤ ਦੀਪ ਦਾ ਅਤੇ WWICS ਵਾਲਿਆਂ ਦਾ ਇਹ ਮਾਮਲਾ ਕਿਸੇ ਤਰੀਕੇ ਵਿਜੀਲੈਂਸ ਕੋਲ ਪਹੁੰਚ ਗਿਆ ਕਿਉਂਕਿ ਸਿਮਰਤਦੀਪ ਸਿੰਘ ਜੀ ਕਿਸੇ ਜ਼ਮਾਨੇ ਦੇ ਵਿੱਚ ਸੁੱਚਾ ਸਿੰਘ ਲੰਗਾਹ ਦੇ ਨੇੜੇ ਹੁੰਦਾ ਸੀ ਅਕਾਲੀ ਸਰਕਾਰ ਵੇਲੇ ਜਦੋਂ ਸੁਮੇਧ ਸਿੰਘ ਸੈਣੀ ਬਣ ਗਏ ਡਾਇਰੈਕਟਰ ਵਿਜੀਲੈਂਸ ਬਿਊਰੋ ਉਹ ਇਹਨਾਂ ਦੇ ਨੇੜੇ ਹੋ ਗਿਆ ਜੀ ਫਿਰ ਤਾਂ ਹਾਲਾਤ ਇਹ ਬਣ ਗਏ ਸੀਗੇ ਕਿ ਇਹ ਆਪਣੇ ਆਪ ਨੂੰ ਸੁਪਰ ਜਿਹੜਾ ਜਿਹੜਾ ਡਾਇਰੈਕਟਰ ਸਮਝਣ ਲੱਗ ਗਿਆ ਸੀ ਲੋਕਾਂ ਦੇ ਕੰਮ ਧੰਦੇ ਕਰਾਉਣੇ ਵਗੈਰਾ ਵਗੈਰਾ ਸਿਕਿਉਰਿਟੀ ਵੀ ਹੁੰਦੀ ਸੀ ਪਰ ਉਹ ਸਿਕਿਉਰਿਟੀ ਨੰਬਰ 1 'ਚ ਨਹੀਂ ਨੰਬਰ 2 'ਚ ਹੁੰਦੀ ਸੀ ਜੀ ਸਿਕਿਉਰਿਟੀ ਵਾਲੇ ਲੋਕ ਜਿਹੜੇ ਕਿਤੇ ਹੋਰ ਤਾਇਨਾਤ ਹੁੰਦੇ ਸੀ ਅਤੇ ਨਾਲ ਇੱਧਰ ਆ ਜਾਂਦੇ ਸੀ ਇਸ ਕਿਸਮ ਦਾ ਕੰਮ ਚੱਲਦਾ ਸੀ ਉਹ WWICS ਵਾਲਿਆਂ ਨਾਲ ਜਦੋਂ ਰੌਲਾ ਪਿਆ ਜੀ ਅਤੇ ਵਿਜੀਲੈਂਸ ਕੋਲ ਇੱਕ FIR ਦਰਜ ਹੋ ਗਈ
ਐਫ ਆਈ ਆਰ ਦਰਜ ਨਾਲੇ ਤਾਂ ਉਹਨਾਂ ਦੇ ਨਾਲ ਕੋਈ ਠੱਗੀ ਠੋੜੀ ਹੋਈ ਸੀ ਅਤੇ ਉਹਨਾਂ ਦੇ ਖਿਲਾਫ਼ ਦਰਜ ਹੋ ਗਈ ਜੀ। ਉਸ ਐਫ ਆਈ ਆਰ ਦੇ ਚੱਲਦਿਆਂ ਫਿਰ ਇਹ ਹੋਇਆ ਕਿ ਡਬਲਿਊ ਡਬਲਿਊ ਆਈ ਸੀ ਐੱਸ ਵਾਲਿਆਂ ਨੂੰ ਵੀ ਹੁਣ ਆਪਾਂ ਕਰੀਏ ਕੀ। ਇੱਕ ਅਫਸਰ ਜਿਹੜਾ ਹੈਗਾ ਉਹ ਨੇੜੇ ਸੀ ਸਿਮਰਦੀਪ ਦੇ, ਜ਼ਿਆਦਾ ਗੜਬੜ ਉਹ ਕਰਦਾ ਸੀ, ਉਹ ਤੋਂ ਛੁਟਕਾਰਾ ਹਾਸਲ ਕਰਨ ਵਾਸਤੇ ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਤੋਂ ਟਾਈਮ ਲੈ ਲਿਆ ਜੀ ਔਰ ਜਾ ਕੇ ਗੱਲ ਦੱਸੀ। ਕੈਪਟਨ ਅਮਰਿੰਦਰ ਸਿੰਘ ਨੇ ਉਹ ਮਾਮਲਾ ਭੇਜਤਾ ਸੀ ਵਿਜੀਲੈਂਸ ਕਮਿਸ਼ਨ ਕੋਲ। ਵਿਜੀਲੈਂਸ ਕਮਿਸ਼ਨ ਸ਼ਾਇਦ ਮੁਕੰਮਲ ਨਾ ਹੋਇਆ ਹੋਵੇ, ਅਧੂਰਾ ਸੀ ਜੀ, ਅਤੇ ਵਿਜੀਲੈਂਸ ਕਮਿਸ਼ਨ ਦੇ ਚੇਅਰਮੈਨ ਨੇ ਡੀ ਜੀ ਪੀ ਨੂੰ ਕਹਿਤਾ, ਡਾਇਰੈਕਟਰ ਚੀਫ ਜਿਹੜਾ ਚੀਫ ਡਾਇਰੈਕਟਰ ਵਿਜੀਲੈਂਸ ਬਿਊਰੋ ਉਹਨੂੰ ਕਹਿਤਾ ਕਿ ਤੁਸੀਂ ਦੇਖੋ। ਤਾਂ ਉਹ ਅਫਸਰ ਨੂੰ ਲਾਂਭੇ ਕਰਕੇ ਅਤੇ ਫਿਰ ਵਿਜੀਲੈਂਸ ਵਾਲਿਆਂ ਨੇ ਇਹਦੇ 'ਤੇ ਪੜਤਾਲ ਸ਼ੁਰੂ ਕਰਤੀ ਜੀ। ਉਹ ਜਦੋਂ ਪੜਤਾਲ ਸ਼ੁਰੂ ਕਰਤੀ ਅਤੇ ਕਾਗਜ਼ ਪੱਤਰ ਫਰੋਲੇ, ਜਿਹੜੇ ਖਾਤੇ ਬਹੀਆਂ ਖਾਤੇ ਫਰੋਲੇ, ਅਤੇ ਬਹੀਆਂ ਖਾਤਿਆਂ ਦੇ ਵਿੱਚੋਂ ਇੱਕ ਗੱਲ ਆ ਗਈ ਜਿਹੜੀ ਕੋਠੀ ਜੀ ਸੈਕਟਰ 20 ਦੇ ਵਿੱਚ ਜਿੱਥੇ ਸੁਮੈਤ ਸਿੰਘ ਸੈਣੀ ਹੋਰੀ ਰਹਿੰਦੇ ਆ, ਦੋ ਕਨਾਲਾਂ 'ਚ ਕੋਠੀ ਹੈ, ਇੱਕ ਮੰਜ਼ਿਲ ਦੇ ਉੱਤੇ ਉਹ ਰਹਿੰਦੇ ਆ, ਅਤੇ ਉਹ ਕੋਠੀ ਤੱਕ ਗੱਲ ਜਾ ਪਹੁੰਚੀ। ਜਦੋਂ ਕੋਠੀ ਦਾ ਹਿਸਾਬ ਕਿਤਾਬ ਦੇਖਿਆ ਅਤੇ ਉਹਦੇ 'ਚ ਆ ਗਿਆ ਕਿ ਜੀ ਇਹ ਕੋਠੀ ਤਾਂ 2.5 ਲੱਖ ਰੁਪਈਆ ਕਿਰਾਏ 'ਤੇ ਲਈ ਹੋਈ ਹੈ ਜੀ। ਉਹ ਕਿਸੇ ਮੁਲਾਜ਼ਮ ਨੇ ਜੋ ਦੇਖਿਆ ਵੀ ਇਹ ਤਾਂ ਕੋਠੀ ਡੀ ਜੀ ਪੀ ਦੀ ਹੈ, ਸਾਬਕਾ ਡੀ ਜੀ ਪੀ ਦੀ, ਉਹਨੇ ਗੱਲ ਕੀਤੀ ਅਤੇ ਫਿਰ ਉਹ ਕੁਦਰਤੀ ਤੌਰ ਦੇ ਉੱਤੇ ਕਿਉਂਕਿ ਸਰਕਾਰ ਨਾਲ ਬਣਦੀ ਤਾਂ ਹੈ ਨਹੀਂ ਗੀ ਜੀ, ਅਤੇ ਫਿਰ ਉਹਨਾਂ ਨੂੰ ਲੋੜ ਸੀ ਇਸ ਗੱਲ ਦੀ, ਅਤੇ ਗੱਲ ਉਧਰੋਂ ਤੁਰ ਪਈ। ਪਹਿਲਾਂ ਤਾਂ ਆ ਗਿਆ ਕਿ ਉਹਦਾ ਕਿਰਾਇਆ ਦਿਖਾਇਆ 2.5 ਲੱਖ ਰੁਪਈਆ, ਅਤੇ ਫਿਰ ਉਸ ਕੋਠੀ ਦਾ ਸੌਦਾ ਹੋਇਆ ਵੀ ਦਿਖਾਤਾ ਜੀ 6 ਕਰੋੜ ਤੇ 40 ਲੱਖ ਰੁਪਈਏ ਦਾ। 6 ਕਰੋੜ 40 ਲੱਖ ਰੁਪਏ ਦਾ ਜਿਹੜਾ ਲੈਣ ਦੇਣ ਦਿਖਾਇਆ ਉਹ ਇੱਕ ਕਾਗਜ਼ ਦੇ ਉੱਤੇ, ਅੱਛਾ, ਕੋਈ ਇਕਰਾਰਨਾਮਾ ਨਹੀਂ ਹੋਇਆ, ਕੋਈ ਕਿਸੇ ਕਿਸਮ ਦੀ ਰਜਿਸਟਰੀ ਨਹੀਂ ਹੋਈ, ਸਧਾਰਨ ਕਾਗਜ਼ ਦੇ ਉੱਤੇ ਉਹ ਗੱਲ ਲਿਖੀ ਹੈ। ਔਰ ਇਹ ਗੱਲ ਜਿਹੜੀ ਹੈਗੀ ਹੈ ਸੀ ਬੀ ਆਈ ਵਾਲਿਆਂ ਕੋਲ, ਵਿਜੀਲੈਂਸ ਵਾਲਿਆਂ ਕੋਲ ਪਹੁੰਚ ਗਈ ਜੀ। ਵਿਜੀਲੈਂਸ ਵਾਲਿਆਂ ਨੇ ਫਿਰ ਇੱਕ ਐੱਫ ਆਈ ਆਰ ਦਰਜ ਕਰ ਲਈ, ਉਹ ਐੱਫ ਆਈ ਆਰ ਹੈ ਨੰਬਰ 13 ਜੀ। 13 ਨੰਬਰ ਐੱਫ ਆਈ ਆਰ ਦੇ ਵਿੱਚ ਸੁਮੇਧ ਸਿੰਘ ਸੈਣੀ ਨੂੰ ਡਰ ਸੀ ਕਿ ਮੇਰੀ ਅਰੈਸਟ ਹੋ ਜਾਣੀ, ਉਹਨਾਂ ਨੇ ਐਂਟੀਸਪੇਟਰੀ ਬੇਲ ਲਈ ਸੈਸ਼ਨ ਕੋਰਟ 'ਚ ਰੱਦ ਹੋ ਗਈ, ਹਾਈ ਕੋਰਟ 'ਚ ਲਾਈ ਅਤੇ ਉਹ ਅਲਾਓ ਹੋ ਗਈ, ਪ੍ਰਵਾਨ ਹੋ ਗਈ, ਐਂਟੀਸਪੇਟਰੀ ਬੇਲ ਹੋ ਗਈ। ਹੁਕਮ ਇਹ ਦਿੱਤਾ ਕਿ ਤੁਸੀਂ ਜਾਓ ਅਤੇ ਜਾ ਕੇ ਇਨਵੈਸਟੀਗੇਸ਼ਨ ਜੁਆਇਨ ਕਰੋ। ਉਧਰੋਂ ਇਨਵੈਸਟੀਗੇਸ਼ਨ ਜੁਆਇਨ ਕਰਨੀ ਸੀ, ਇਨਵੈਸਟੀਗੇਸ਼ਨ ਦੇ ਦਿਨ ਨੇੜੇ ਆ ਗਏ ਜੀ, ਪਤਾ ਸੀ ਕਿ ਵਿਜੀਲੈਂਸ ਫੜ ਸਕਦੀ ਹੈ। ਸੁਮੇਧ ਸਿੰਘ ਸੈਣੀ ਨੇ ਇੱਕ ਐਪਲੀਕੇਸ਼ਨ ਹੋਰ ਪਾਤੀ, ਅੱਛਾ, ਕਿ ਮੈਨੂੰ ਜਿਹੜਾ ਹੈਗਾ ਕਿਸੇ ਕੇਸ ਦੇ ਵਿੱਚ ਉਲਝਾਇਆ ਜਾ ਸਕਦਾ ਅਤੇ ਮੈਨੂੰ ਪ੍ਰੋਟੈਕਸ਼ਨ ਦਿੱਤੀ ਜਾਵੇ ਜੀ। ਅਦਾਲਤ ਨੇ ਕਹਿਤਾ ਤੁਸੀਂ ਅਦਾਲਤ ਦਾ ਸਮਾਂ ਕਿਉਂ ਖਰਾਬ ਕਰਦੇ ਹੋ, ਜਦੋਂ ਤੁਹਾਨੂੰ ਆਲਰੇਡੀ ਪ੍ਰੋਟੈਕਸ਼ਨ ਮਿਲੀ ਹੋਈ ਹੈ, ਤੁਹਾਨੂੰ ਕਹਿੰਦਾ ਤੁਸੀਂ ਜਾਓ। ਜਦੋਂ ਬਹਿਸ ਚੱਲਦੀ ਸੀ ਇਸ ਮਾਮਲੇ ਦੇ ਉੱਤੇ, ਤੇ ਜਿਹੜੀ ਅਸਲ ਕਹਾਣੀ ਹੈ ਬਹੁਤੇ ਲੋਕਾਂ ਨੂੰ ਪਤਾ ਨਹੀਂ ਜੀ, ਅਸਲ ਕਹਾਣੀ ਇੱਥੇ ਆ ਕੇ ਅੜ ਗਈ ਕਿ ਇਹ ਐੱਫ ਆਈ ਆਰ ਨੰਬਰ 13 ਦਰਜ ਹੋਈ ਸੀ ਵਿਜੀਲੈਂਸ ਦੀ, ਜਿਹੜੀ ਪਹਿਲਾਂ ਡਬਲਿਊ ਡਬਲਿਊ ਆਈ ਸੀ ਐੱਸ ਵਾਲਿਆਂ ਦੇ ਖਿਲਾਫ਼ ਦਰਜ ਹੋਈ ਸੀ ਉਹ ਹੋਈ ਸੀ 11 ਨੰਬਰ। ਅੱਛਾ ਜੀ, ਉਹ ਗੱਲਾਂ ਬਾਤਾਂ ਚੱਲਦਿਆਂ ਚੱਲਦਿਆਂ ਕਹਿੰਦੇ ਜੀ 11 ਨੰਬਰ ਐੱਫ ਆਈ ਆਰ ਜਿਹੜੀ ਹੈਗੀ ਹੈ ਉਹਦੇ 'ਚ ਗ੍ਰਿਫਤਾਰੀ ਹੋ ਸਕਦੀ ਹੈ। ਜੱਜ ਸਾਹਿਬ ਨੇ ਸਰਕਾਰੀ ਵਕੀਲ ਨੂੰ ਪੁੱਛ ਲਿਆ ਵੀ 11 ਨੰਬਰ ਐੱਫ ਆਈ ਆਰ ਦੇ ਵਿੱਚ ਕੀ ਸੁਮੇਧ ਸਿੰਘ ਸੈਣੀ ਨੂੰ ਤੁਸੀਂ ਨਾਮਜ਼ਦ ਕੀਤਾ ਕਿ ਨਹੀਂ ਕੀਤਾ? ਉਹ ਕਹਿੰਦੇ ਜੀ ਨਹੀਂ 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 ਕੋਈ ਗੱਲ ਹੀ ਨਹੀਂ, ਨਾਮਜ਼ਦ ਵਾਲੀ ਕੋਈ ਗੱਲ ਹੀ ਹੈ ਨਹੀਂ। ਸੁਮੇਧ ਸੈਣੀ ਹੋਣੀ ਜਦੋਂ ਪਰਸੋਂ ਸ਼ਾਮ ਨੂੰ ਗਏ, ਉਹ ਪਰਸੋਂ ਸ਼ਾਮ ਨੂੰ ਗਏ 8:15 ਜੀ, ਇਹ ਬੜੀ ਸ਼ਰਾਰਤ ਜੀ, 7:30 ਦੇ ਕਰੀਬ ਗਏ, ਜਾ ਕੇ ਲਾਨ ਦੇ ਵਿੱਚ ਉਹਨਾਂ ਨੇ ਆਪਣੀ ਗੱਡੀ ਖੜੀ ਕਰਤੀ ਵਿਜੀਲੈਂਸ ਭਵਨ ਦੇ ਵਿੱਚ ਜੀ, ਔਰ ਕਹਿਤਾ ਵੀ ਭਾਈ ਦੱਸ ਦਿਓ ਮੈਂ ਆ ਗਿਆ। ਆਮ ਤੌਰ ਦੇ ਉੱਤੇ 5 ਵਜੇ ਤੱਕ ਜਿਹੜੇ ਅਫਸਰ ਸਾਰੇ ਘਰਾਂ ਨੂੰ ਚਲੇ ਜਾਂਦੇ, ਉਹ ਜਾਣਦੇ ਸੀ ਕਿਉਂਕਿ ਡਾਇਰੈਕਟਰ ਵਿਜੀਲੈਂਸ ਬਿਊਰੋ ਰਹੇ, ਵੈਸੇ ਤਾਂ ਪੁਲਿਸ ਜਿਹੜੀ ਹੈ 24 ਘੰਟੇ ਰਹਿੰਦੀ ਹੈ, ਲੇਕਿਨ ਵਿਜੀਲੈਂਸ ਵਾਲਿਆਂ ਦਾ ਟਾਈਮ ਜਿਹੜਾ ਹੈਗਾ ਉਹ ਸਰਕਾਰੀ ਟਾਈਮ ਮੁਤਾਬਕ ਹੈ ਜੀ ਜੀ, ਕਿ ਸਵੇਰੇ 9 ਵਜੇ ਤੋਂ ਲੈ ਕੇ 5 ਵਜੇ ਤੱਕ। ਪਰ ਫਿਰ ਵੀ ਕੁਛ ਉੱਥੇ ਅਫਸਰ ਸੀ, ਉਹ ਕਹਿੰਦੇ ਜੀ ਤੁਹਾਨੂੰ ਸਵਾਲ ਪੁੱਛਣੇ ਅੰਦਰ ਆ ਜਾਓ, ਕਹਿੰਦਾ ਇੱਥੇ ਪੁੱਛੋ, ਸੁਮੇਧ ਸਿੰਘ ਸੈਣੀ ਕਹਿੰਦਾ ਬਾਹਰ ਕਹਿੰਦੇ, ਕਹਿੰਦੇ ਜੀ ਨਹੀਂ ਅੰਦਰ, ਉਹ ਖਤਰਾ ਸੀ, ਉਹ ਕਹਿੰਦੇ ਜੀ ਟੀਵੀ ਆ ਕੈਮਰੇ ਕੁਮਰੇ ਲੱਗੇ ਵੀ ਆ, ਗੱਲ ਬਣਨੀ ਨਹੀਂ, ਅੰਦਰ ਆ ਜਾਓ ਤੁਸੀਂ। ਉਹ ਜਦੋਂ ਅੰਦਰ ਆਉਣ ਦੇ ਉੱਤੇ ਮਤਲਬ ਹਿਚਕਚਾਹਟ ਕੀਤੀ ਅਤੇ ਫਿਰ ਥੋੜ੍ਹਾ ਜਿਹਾ ਧੂਕੜੀ ਸੀ ਹੋਈ, ਉਹ ਅੰਦਰ ਲੈ ਗਏ, ਅੰਦਰ ਲਿਜਾ ਕੇ ਉੱਥੇ ਲੰਬੀ ਪੁੱਛਗਿੱਛ ਕੀਤੀ, ਲੰਬੀ ਪੁੱਛਗਿੱਛ ਤੋਂ ਬਾਅਦ ਉਹ ਕਹਿੰਦੇ ਜੀ ਤੁਹਾਡੀ ਗ੍ਰਿਫਤਾਰੀ ਹੈ ਜਿਹੜੀ ਉਹ ਪੈ ਚੁੱਕੀ ਗ੍ਰਿਫਤਾਰੀ ਪੈ ਚੁੱਕੀ ਹੈ। ਵਕੀਲ ਉਹਨਾਂ ਦੇ ਨਾਲ ਸੀ, ਕੱਲ੍ਹ ਸਵੇਰੇ ਹੀ ਵਕੀਲਾਂ ਨੇ ਆ ਕੇ ਜਿਹੜੀ ਹੈਗੀ 2 ਪਟੀਸ਼ਨਾਂ ਪਈਆਂ ਜੀ। ਇੱਕ ਪਟੀਸ਼ਨ ਤਾਂ ਇਹ ਪਈ ਕਿ ਜੀ ਇਹਨਾਂ ਨੂੰ ਐਂਟੀਸਪੇਟਰੀ ਬੇਲ ਮਿਲਣ ਦੇ ਬਾਵਜੂਦ ਇਹਨਾਂ ਦੀ ਗ੍ਰਿਫਤਾਰੀ ਹੋਈ ਹੈ। ਇੱਥੇ ਮੈਂ ਇਹ ਵੀ ਦੱਸ ਦਵਾਂ ਕਿ ਅਸਲ ਦੇ ਵਿੱਚ ਇਹਨਾਂ ਨੂੰ ਜਿਹੜੀ ਪ੍ਰੋਟੈਕਸ਼ਨ ਮਿਲੀ ਹੈ 2018 'ਚ ਮਿਲੀ ਹੈ। ਅੱਛਾ ਜੀ, 2018 'ਚ ਵੀ ਇੱਕ ਪਟੀਸ਼ਨ ਪਾਈ ਸੀ, ਉਹਦੇ ਉੱਤੇ ਇਹ ਹੁਕਮ ਕਰਤਾ ਸੀ ਮਾਣਯੋਗ ਹਾਈ ਕੋਰਟ ਨੇ ਕਿ ਇੱਕ ਹਾਈ ਕੋਰਟ ਜਾਂ ਸੁਪਰੀਮ ਕੋਰਟ ਦਾ ਹੁਕਮ ਜੀ ਜੀ, ਕਿ ਇੱਕ ਕੇਸ ਨੂੰ ਛੱਡ ਕੇ, ਬਲਵੰਤ ਸਿੰਘ ਮੁਲਤਾਨੀ ਵਾਲੇ ਕੇਸ ਨੂੰ ਛੱਡ ਕੇ ਬਾਕੀ ਜਿੰਨੇ ਵੀ ਕੇਸ ਹੈ ਜੀ, ਜਿਹੜੀ ਉਹਨਾਂ ਦੀ ਸਰਵਿਸ ਦੇ ਦੀ ਜਿਹੜੀ ਟਨਿਓਰ ਹੈ, ਇਹਦੇ ਦੌਰਾਨ ਜੇ ਕੋਈ ਕੇਸ ਦਰਜ ਹੁੰਦਾ ਉਹਨਾਂ ਦੇ ਉਹ ਸਪੀਡ ਦੇ ਦੌਰਾਨ ਸਰਵਿਸ ਵਾਲੇ 'ਚ, ਤਾਂ ਉਹਨਾਂ ਨੂੰ 7 ਦਿਨਾਂ ਦਾ ਨੋਟਿਸ ਦੇਣਾ ਪਊਗਾ ਕਿ ਤੁਹਾਨੂੰ ਅਸੀਂ ਗ੍ਰਿਫਤਾਰ ਕਰਾਂਗੇ। 7 ਦਿਨਾਂ ਦਾ ਨੋਟਿਸ ਜ਼ਰੂਰੀ ਹੈ,
ਉਹਨੇ ਹੈਵੀ ਕਰ ਹੈਵੀਅਸਟ ਕਾਰਪਸਪਟੇਸ਼ਨ ਪਾਤੀ ਕਿ ਜਿਹੜੇ ਬੰਦੀ ਪ੍ਰਤੱਖੀ ਕਰਨ ਵਾਲੀ ਹੈ ਜੀ ਬੰਦੇ ਨੂੰ ਤਾਂ ਨਜਾਇਜ਼ ਤੋਂ ਗ੍ਰਿਫਤਾਰ ਕੀਤਾ ਗ੍ਰਿਫਤਾਰ ਕਰ ਲਿਆ ਇਹਦੇ ਖਿਲਾਫ਼ ਕੋਈ ਗੱਲ ਬਣਦੀ ਨਹੀਂ ਅਤੇ ਇਹ ਜਿਹੜੀਆਂ ਦੋਨੇ ਪਟੀਸ਼ਨਾਂ ਸੀ ਇਹ ਅਲੱਗ ਅਲੱਗ ਜੱਜ ਸਾਹਿਬਾਨ 'ਤੇ ਚਲੀਆਂ ਗਈਆਂ ਪਹਿਲੀ ਜਿਹੜੀ ਜਸਟਿਸ ਤਿਆਗੀ ਦੇ ਗਈ ਜੀ ਜਸਟਿਸ ਤਿਆਗੀ ਨੇ ਪਹਿਲਾਂ ਬਿਫੋਰ ਨੂਨ ਅਦਾਲਤ ਲਾਈ ਉੱਥੇ ਉਹਨੇ ਕਿਹਾ ਦਿਖਾਓ ਜੀ ਕੀ ਹੈ ਤੁਹਾਡੇ ਕੋਲ ਅਤੇ ਉਹਨਾਂ ਨੇ ਕਿਹਾ ਜੀ ਆਹ ਕੁਛ ਹੈ ਪੰਜਾਬ ਸਰਕਾਰ ਨੂੰ ਕਿਹਾ ਵੀ ਤੁਸੀਂ ਉਹ ਕਹਿੰਦੇ ਜੀ ਅਸੀਂ ਟਾਈਮ ਦੇ ਦਿਓ ਰਿਕਾਰਡ ਪੇਸ਼ ਕਰ ਦਿਆਂਗੇ ਉਹ ਕਹਿੰਦੇ ਨਹੀਂ ਅੱਜ ਹੀ ਜੀ ਦੁਪਹਿਰ 3 ਵਜੇ ਤੁਸੀਂ ਆਪਣਾ ਰਿਕਾਰਡ ਜਿਹੜਾ ਵੱਧ ਦੁਪਹਿਰ 3 ਵਜੇ ਰਿਕਾਰਡ ਲੈ ਕੇ ਆਓ ਪੰਜਾਬ ਸਰਕਾਰ ਨੇ ਆਪਣਾ ਰਿਕਾਰਡ ਪੇਸ਼ ਕਰਤਾ ਰਿਕਾਰਡ ਪੇਸ਼ ਕਰਕੇ ਜਦੋਂ ਰਿਕਾਰਡ ਦੇਖਿਆ ਉਹ ਕਹਿੰਦੇ ਜੀ 9 ਵਜੇ ਗ੍ਰਿਫਤਾਰੀ ਹੁੰਦੀ ਹੈ ਜੀ ਗ੍ਰਿਫਤਾਰੀ ਕਾਹਦੇ 'ਚ ਹੁੰਦੀ ਹੈ FIR 'ਚ ਤਾਂ ਨਾ ਹੀ ਹੈ ਨਹੀਂ ਕਹਿੰਦੇ ਜੀ FIR 'ਚ ਨਾ ਹੈ ਨਹੀਂ 11 ਨੰਬਰ 'ਚ ਹਾਂਜੀ ਲੇਕਿਨ ਨਾਮ ਜਦ ਕਰ ਦਿੱਤਾ ਕਹਿੰਦੇ ਡੇਟ ਕਿਹੜੀ ਹੈ ਦੇਖੋ ਨਾਮਜ਼ਦ ਕੀਤਾ ਅੱਛਾ ਜੀ ਤਾਂ ਡੇਟ ਜਿਹੜੀ ਹੈਗੀ ਹੈ ਪੁਰਾਣੀ ਡੇਟ 'ਚ ਕਰਤਾ ਅੱਛਾ ਜੀ ਉਹ ਜਿਹੜੀ ਹੈਗੀ ਹੈ ਜਿਹੜੀ 18 ਤਾਰੀਖ ਦੀ ਐਪਲੀਕੇਸ਼ਨ ਲੱਗੀ ਸੀ ਉਹ ਤੋਂ ਪਹਿਲਾਂ 'ਚ ਕਰਤਾ ਅੱਛਾ ਜੀ ਸ਼ਾਇਦ ਉਹ ਕੀਤਾ ਹੈਗਾ 2 ਅਗਸਤ ਨੂੰ ਇਹ ਇੱਥੇ ਆ ਕੇ ਕੁੰਡੀ ਹਟ ਗਈ ਹਟ ਗਈ ਅੱਛਾ ਜੀ ਪਹਿਲੀ ਜਿਹੜੀ ਹੈਗੀ ਹੈ ਸੁਣਵਾਈ ਦੇ ਵਿੱਚ ਤੁਸੀਂ ਕਹਿੰਦੇ ਹੋ ਕਿ ਬੰਦਾ ਕਿਸੇ ਕੇਸ ਦੇ ਵਿੱਚ ਹੈ ਹੀ ਨਹੀਂ ਹੁਣ ਤੁਸੀਂ ਇਹਨੂੰ ਮਤਲਬ ਨਾਮਜ਼ਦ ਕਰਦਾ ਇਹਦਾ ਮਤਲਬ ਹੈ ਕਿ ਇੱਥੇ ਗੜਬੜ ਹੈ ਜੀ ਕਿ ਤੁਸੀਂ ਬਾਅਦ ਦੇ ਵਿੱਚ ਪਹਿਲਾਂ ਗ੍ਰਿਫਤਾਰ ਕੀਤਾ ਅਤੇ ਫਿਰ ਨਾਮਜ਼ਦ ਕੀਤਾ ਇਹਦੇ 'ਤੇ ਉਹਨਾਂ ਨੇ ਕਿਹਾ ਜੀ ਇਹ ਜਿਹੜੀ ਹੈਗੀ ਹੈ ਗ੍ਰਿਫਤਾਰੀ ਇਹ ਗੈਰ ਕਾਨੂੰਨੀ ਹੈ ਜੀ ਔਰ ਕਾਫੀ ਝਾੜਚੰਬ ਵੀ ਕੀਤੀ ਫਿਰ ਇਹ ਗੱਲ ਕਹੀ ਕੀ ਤੁਸੀਂ ਚਾਹੁੰਦੇ ਹੋ ਕਿ ਜਿਹੜਾ ਬਰੀਫ ਆਰਡਰ ਆਵੇ ਜਾਂ ਡਿਟੇਲ ਆਰਡਰ ਆਵੇ ਵਿਜੀਲੈਂਸ ਬਿਊਰੋ ਜਾਂ ਪੰਜਾਬ ਸਰਕਾਰ ਦੇ ਵਕੀਲ ਕਹਿੰਦੇ ਜੀ ਜੋ ਮਰਜ਼ੀ ਕਰ ਲਓ ਜਿਹੜਾ ਮਰਜ਼ੀ ਦੇ ਦਿਓ ਕਹਿੰਦੇ ਪਰ ਡਿਟੇਲਡ ਆਉਂਦਾ ਹੈ ਔਰ ਅਰਨਬ ਗੋਸਵਾਮੀ ਦੀ ਜਿਹੜੀ ਹੈਗੀ ਹੈ ਗ੍ਰਿਫਤਾਰੀ ਵਾਲਾ ਵੀ ਉੱਥੇ ਹਵਾਲਾ ਦਿੱਤਾ ਗਿਆ ਜਜਮੈਂਟ ਦੇ ਵਿੱਚ ਜਿਹੜੀ ਹੈਗੀ ਜਿਹੜੀ ਇਹਦੇ 'ਚ ਉਹਨਾਂ ਦੀ ਜਿਹੜੀ ਗੈਰ ਕਾਨੂੰਨੀ ਠਹਿਰਾਇਆ ਉਹਨਾਂ ਦੀ ਗ੍ਰਿਫਤਾਰੀ ਨੂੰ ਜਜਮੈਂਟ ਦੇ ਵਿੱਚ ਵੀ ਅਰਨਬ ਗੋਸਵਾਮੀ ਅਤੇ ਕਈ ਸਾਰੀਆਂ ਜਿਹੜੀਆਂ ਸੁਪਰੀਮ ਕੋਰਟ ਦੀਆਂ ਜਜਮੈਂਟਸ ਜਿਹੜੀਆਂ ਉਹ ਕੋਰਟ ਕੀਤੀਆਂ ਵੀ ਜੀ ਉਹ ਕੋਰਟ ਕਰਨ ਤੋਂ ਬਾਅਦ ਉਹ ਕਹਿੰਦੇ ਜੀ ਆ ਲਓ ਅਤੇ ਇਹਨਾਂ ਨੂੰ ਤੁਸੀਂ ਛੱਡੋ ਫਿਰ ਇਹੀ ਕਾਰਨ ਹੈ ਕਿ ਰਾਤ ਕਿਤੇ 11:15 ਜਿਹੜਾ ਡਿਟੇਲ ਆਰਡਰ ਅਪਲੋਡ ਹੋਇਆ ਵੈਬਸਾਈਟ 'ਤੇ ਉਹ ਫਿਰ ਮੋਹਾਲੀ ਕੋਰਟ ਨੂੰ ਪਹਿਲਾਂ ਹੀ ਦਿਨੇ ਜਦੋਂ ਪਤਾ ਲੱਗ ਗਿਆ ਸੀ ਕਿ ਰਿਮਾਂਡ ਮੰਗਣ ਵਾਸਤੇ 12:30-12 ਵਜੇ ਪੁਲਿਸ ਸੁਮੇਧ ਸਿੰਘ ਸੈਣੀ ਨੂੰ ਲੈ ਕੇ ਮੋਹਾਲੀ ਕੋਰਟ ਚਲੀ ਗਈ ਹੈ ਤਾਂ ਮੋਹਾਲੀ ਕੋਰਟ ਨੂੰ ਹੁਕਮ ਪਹਿਲਾਂ ਹੀ ਦਿੱਤਾ ਸੀ ਕਿ ਤੁਸੀਂ ਰਿਮਾਂਡ ਨਹੀਂ ਦੇਣਾ ਆਰਡਰ ਉਡੀਕੋ ਪੱਤਰਕਾਰਾਂ ਨੂੰ ਉਦੋਂ ਹੀ ਪਤਾ ਲੱਗ ਗਿਆ ਸੀ ਕਿ ਜੇ ਇਹ ਹੁਕਮ ਹੋ ਗਿਆ ਤਾਂ ਮਤਲਬ ਮਾਮਲਾ ਸਟੇ ਹੋਊਗਾ ਜਾਂ ਕਿਸੇ ਕਿਸਮ ਦੀ ਰਿਲੀਫ ਮਿਲੂਗੀ ਰਾਤ ਨੂੰ ਫਿਰ ਜਦੋਂ ਆਈ ਵੈਬਸਾਈਟ ਦੇ ਉੱਤੇ ਲੋਡ ਹੋਈ ਜੱਜਮੈਂਟ ਫਿਰ ਉਹ ਜੱਜਮੈਂਟ ਨੂੰ ਜੱਜ ਸਾਹਿਬ ਨੇ ਪੜ੍ਹਿਆ ਪੜ੍ਹਨ ਤੋਂ ਬਾਅਦ ਫਿਰ ਰਾਤ 2 ਵਜੇ ਉਹਨਾਂ ਦੀ ਰਿਹਾਈ ਹੁੰਦੀ ਹੈ ਵਿਲੱਖਣ ਗੱਲ ਇਹਦੇ ਵਿੱਚ ਇਹ ਹੈ ਵੇਖਣ ਵਾਲੀ ਗੱਲ ਕਿ ਕਈ ਵਾਰੀ ਜਦੋਂ ਆਪਾਂ ਸਰਵਿਸ ਦੇ ਵਿੱਚ ਹੁੰਦੇ ਹਾਂ ਆਪਾਂ ਭੁੱਲ ਜਾਂਦੇ ਹਾਂ ਬਿਲਕੁਲ ਮੈਂ ਉਹੀ ਗੱਲ ਕਰ ਲੱਗਿਆ ਸੀ ਮਾੜੇ ਵੀ ਆਉਂਦੇ ਇਹ ਤੁਸੀਂ ਦੇਖੋ ਬੜੇ ਤਰੀਕੇ ਦੇ ਨਾਲ ਸੁਮੇਧ ਸਿੰਘ ਸੈਣੀ ਦੇ ਨਾਲ 2 ਘਟਨਾਵਾਂ ਵਾਪਰੀਆਂ ਇੱਕ ਘਟਨਾ ਤਾਂ ਇਹ ਵਾਪਰੀ ਕਿ ਜਦੋਂ ਉਹਨਾਂ ਨੂੰ ਹਵਾਲਾਤ 'ਚ ਵਾਲਿਆ ਜੀ ਕਿ ਤੁਸੀਂ ਹਵਾਲਾਤ 'ਚ ਆਓ ਜੇ ਇੱਕ ਅਖਬਾਰ ਦੇ ਵਿੱਚ ਖਬਰ ਲੱਗੀ ਵੀ ਹੈ ਪਹਿਲਾਂ ਉਹਨਾਂ ਦੇ ਆਪਣੀ ਜਿਹੜੀ ਪੈਂਟ ਕਮੀਜ਼ ਪਾਈ ਸੀ ਫਿਰ ਉਹਨਾਂ ਕਿਹਾ ਤੁਸੀਂ ਆਪਣੇ ਕੱਪੜੇ ਮੰਗਵਾ ਲਓ ਕੱਪੜੇ ਮੰਗਵਾ ਲਏ ਇੱਕ ਚਿੱਟਾ ਕੁੜਤਾ ਪਜਾਮਾ ਮੰਗਵਾ ਲਿਆ ਚਿੱਟਾ ਕੁੜਤਾ ਪਜਾਮਾ ਪਾਇਆ ਹੋਇਆ ਚਿੱਟਾ ਕੁੜਤਾ ਪਜਾਮਾ ਜਾ ਕੇ ਜਦੋਂ ਹਵਾਲਾਤ ਜਾਣ ਲੱਗੇ ਭੇਜਣ ਲੱਗੇ ਉਸ ਵੇਲੇ ਹਵਾਲਾਤ ਦੀ ਨਿਗਰਾਨੀ 'ਤੇ ਬੰਦਾ ਪਤਾ ਕੌਣ ਲਾਇਆ ਸੀ ਜਦੋਂ ਜਲੀਲ ਕਰਦੇ ਆ ਬੰਦਿਆਂ ਨੂੰ ਮਹਿਕਮਾ ਕਿਵੇਂ ਕਰਦਾ ਅਤੇ ਆਪਾਂ ਭੁੱਲ ਜਾਂਦੇ ਕਿ ਦਿਨ ਕਦੇ ਆਪਣੇ ਵੀ ਆਉਣੇ ਹਾਂ ਉਹ ਬੰਦਾ ਸੀ ਕਹਿੰਦੇ ਜਿਹੜਾ ਕਿਸੇ ਜ਼ਮਾਨੇ ਦੇ ਵਿੱਚ ਜਦੋਂ ਸੁਮੇਧ ਸਿੰਘ ਸੈਣੀ ਚੀਫ ਡਾਇਰੈਕਟਰ ਵਿਜੀਲੈਂਸ ਬਿਊਰੋ ਹੁੰਦਾ ਸੀ ਉਹਨਾਂ ਨੂੰ ਪਾਣੀ ਪਿਆਉਂਦਾ ਹੁੰਦਾ ਸੀ ਅੱਛਾ ਜੀ ਜਿਹੜਾ ਉਹਨਾਂ ਦਾ ਅਰਜ਼ੀ ਹੁੰਦਾ ਸੀ ਅਰਜ਼ੀ ਲਈ ਸਿਪਾਹੀ ਬਣ ਗਿਆ ਉਹਨੂੰ ਲਾਤਾ ਵੀ ਤੁਸੀਂ ਤੇਰੀ ਨਿਗਰਾਨੀ ਹੈ ਉਹਨੇ ਕਿਹਾ ਚਲੋ ਸਰ ਅੰਦਰ ਜਾਣਾ ਹੀ ਸੀ ਪਤਾ DGP ਰਿਹਾ ਸੀ ਅੰਦਰ ਜਾਣ ਲੱਗੇ ਕਹਿੰਦੇ ਸਰ ਜੋ ਸਮਾਨ ਹੈ ਉਹ ਕੱਢ ਦਿਓ ਤਲਾਸ਼ੀ ਦੇ ਦਿਓ ਉਹਨਾਂ ਸਮਾਨ ਕੱਢਤਾ ਲੈ ਕਹਿੰਦੇ ਸਿਗਰਟਾਂ ਦੀ ਡੱਬੀ ਰਹਿ ਗਈ ਇੱਕ ਕਹਿੰਦੇ ਸਰ ਆਹ ਵੀ ਕੱਢ ਦਿਓ ਇਹ ਨਹੀਂ ਜਾ ਸਕਦੇ ਕਹਿੰਦੇ ਯਾਰ ਇਹ ਤਾਂ ਰਹਿਣ ਦਿਓ ਕਹਿੰਦੇ ਨਹੀਂ ਸਰ ਇਹ ਹਵਾਲਾਤ ਹੈ ਉਹ ਵੀ ਕਢਵਾ ਲਈ ਔਰ ਕਢਵਾਉਣ ਤੋਂ ਬਾਅਦ ਅਗਲੀ ਗੱਲ ਕਿ ਜਦੋਂ ਬੈਠੇ ਹੈ ਸੁਮੇਧ ਸਿੰਘ ਸੈਣੀ ਉਸ ਵੇਲੇ ਫਿਰ ਤਸਵੀਰਾਂ ਖਿੱਚੀਆਂ ਗਈਆਂ ਅੱਛਾ ਜੀ ਤਸਵੀਰਾਂ ਖਿੱਚੀਆਂ ਗਈਆਂ ਫਿਰ ਸੁਮੇਧ ਸਿੰਘ ਸੈਣੀ ਕਹਿੰਦੇ ਵੀ ਹਾਂ ਮੈਨੂੰ ਪਤਾ ਹੈ ਤੁਸੀਂ ਜਿਹੜੇ ਤਸਵੀਰਾਂ ਖਿੱਚਦੇ ਹੋ ਤੁਸੀਂ ਆਪਣੇ ਆਕਿਆਂ ਨੂੰ ਕਿਸੇ ਹੋਰ ਨੂੰ ਖੁਸ਼ ਕਰਨ ਵਾਸਤੇ ਖਿੱਚਦੇ ਹੋ ਇਹ ਭੁੱਲ ਗਏ ਜਦੋਂ ਇੱਕ ਇਹਦਾ ਸਾਬਕਾ ਸੀ ਇੱਕ DGP ਨੂੰ ਕਿਵੇਂ ਧੂਕੇ ਲਿਆਏ ਸੀਗੇ ਇਹੀ ਸੈਣੀ ਸਾਹਿਬ ਸੈਣੀ ਸਾਹਿਬ ਦੀ ਟੀਮ ਧੂਕੇ ਲਈ ਸੀ ਗੱਲ ਤਾਂ ਨੰਬਰਦਾਰੀ ਦਾ ਨੰਬਰਦਾਰੀ ਨੰਬਰ ਤਾਂ ਮੁਖੀ ਤਾਂ ਮੁਖੀ ਹੈ ਨਾ ਹੁਣ ਜੇ ਆਪਾਂ ਕਹਿ ਦਈਏ ਸੁਮੇਧ ਸਿੰਘ ਸੈਣੀ ਨੂੰ BK ਉੱਪਰ ਨੇ ਤਾਂ ਗ੍ਰਿਫਤਾਰ ਨਹੀਂ ਕੀਤਾ ਗ੍ਰਿਫਤਾਰ ਤਾਂ ਕਿਸੇ SP ਨੇ ਕੀਤਾ ਹੋਊਗਾ ਇੱਥੇ ਵੀ ਇਹੀ ਗੱਲ ਹੋਈ ਸੀ ਜਿਹੜੇ ਜੇ ਆਪਾਂ ਦੇਖੀਏ ਇਹਨਾਂ ਨੂੰ SS ਵਿਰਕ ਨੂੰ SS ਵਿਰਕ ਪੰਜਾਬ ਪੁਲਿਸ ਦੇ DGP ਰਹੇ ਹੈ ਪਹਿਲਾਂ ਉਹ DGP ਇੰਟੈਲੀਜੈਂਸ ਹੁੰਦੇ ਸੀ ਉਹਨਾਂ ਦੀ ਬੜੀ ਨੇੜਤਾ ਰਹੀ ਹੈ ਦੋਨਾਂ ਇਹਨਾਂ ਦੀ ਸੁਮੇਧ ਸਿੰਘ ਸੈਣੀ ਦੀ ਅਤੇ ਵਿਰਕ ਸਾਹਿਬ ਦੀ ਬਹੁਤ ਨੇੜਤਾ ਰਹੀ ਹੈ ਪੂਰੀ ਸਿਰੇ ਦੀ ਦੋਸਤੀ ਰਹੀ ਹੈ
लेकिन एक स्टेज आ गई सी कई दाने वाली सब आ जाते हैं कि मैं सैनी ने यह नहीं आप कहते सारे माड़े काम किए कुछ चंगे काम भी किए जी। एक रवि सिद्धू वाला स्कैंडल होया जिहड़ा पैसे बदले नौकरियां देने वाली गल सी पीसीएस अफसर जी जी ਉਹ ਓਪਰੇਸ਼ਨ ਜਿਹੜਾ ਹੋਇਆ ਸੀ ਉਹ ਕਹਿੰਦੇ ਤਾਂ ਭਾਵੇਂ ਵਿਜੀਲੈਂਸ ਨੇ ਕੀਤਾ ਲੇਕਿਨ ਉਹ ਵਿਜੀਲੈਂਸ ਤਾਂ ਨਹੀਂ ਸੀ ਉਹ ਓਪਰੇਸ਼ਨ ਇੰਟੈਲੀਜੈਂਸ ਦਾ ਸੀ ਔਰ ਉਦੋਂ ਸੁਮੇਧ ਸਿੰਘ ਸੈਣੀ ਆਈ ਜੀ ਇੰਟੈਲੀਜੈਂਸ ਹੁੰਦੇ ਸੀ ਅੱਛਾ ਇਹਨਾਂ ਨੇ ਇੰਟੈਲੀਜੈਂਸ ਹੁੰਦੇ ਹੁੰਦੇ ਬਹੁਤ ਵੱਡਾ ਸਕੈਂਡਲ ਸੀ ਉਹ ਬੰਦਾ ਉਹ ਸਕੈਂਡਲ ਫੜਿਆ ਗਿਆ ਸੀ ਉਦੋਂ ਲੱਗਦਾ ਇਹ ਸੀ ਕਿ ਇੰਟੈਲੀਜੈਂਸ ਚੋਂ ਕੱਢ ਕੇ ਕਿਸੇ ਚੰਗੇ ਥਾਂ 'ਤੇ ਲਾਉਣਗੇ ਲੇਕਿਨ ਸਰਕਾਰ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀ ਜੀ ਸ਼ਾਇਦ ਕੋਈ ਐਸੀ ਬੈਸੀ ਗੱਲ ਹੋ ਗਈ ਉਹਨਾਂ ਨੂੰ ਨਹੀਂ ਲਾਇਆ ਇੱਕ ਸਟੇਜ ਇਹ ਆ ਗਈ ਸੀ ਕਿ ਦੋਨਾਂ ਨੂੰ ਬਦਲਤਾ ਸੀ ਏ ਪੀ ਭਟਨਾਗਰ ਏ ਡੀ ਜੀ ਪੀ ਹੁੰਦੇ ਸੀ ਇੰਟੈਲੀਜੈਂਸ ਦੇ ਇਹ ਆਈ ਜੀ ਹੁੰਦੇ ਸੀ ਔਰ ਦੋਨਾਂ ਨੂੰ ਬਦਲਤਾ ਸੀ ਉਹ ਤੋਂ ਬਾਅਦ ਇਹ ਖੂੰਜੇ ਲੱਗ ਗਏ ਸੀ ਫਿਰ ਇੱਕ ਸਟੇਜ ਉਹ ਆਈ ਜਦੋਂ ਮਿਸਟਰ ਬਿਰਕ ਪੰਜਾਬ ਦੇ ਡੀ ਜੀ ਪੀ ਲਾ ਗਏ ਮਿਸਟਰ ਬਿਰਕ ਹੋਰੀ ਪੰਜਾਬ ਦੇ ਡੀ ਜੀ ਪੀ ਲੱਗੇ ਲੇਕਿਨ ਇੰਟੈਲੀਜੈਂਸ ਦਾ ਤਜਰਬਾ ਉਹਨਾਂ ਦਾ ਬਹੁਤ ਸੀ ਜੀ ਜੀ ਉਹ ਕਿਉਂਕਿ ਅੱਜ ਦੇ ਜ਼ਮਾਨੇ ਦੀ ਜਿਹੜੀ ਇੰਟੈਲੀਜੈਂਸ ਹੈ ਇੰਟੈਲੀਜੈਂਸ ਉਹ ਨਹੀਂ ਜਿਹੜੀ ਅਪਰਾਧੀਆਂ ਨੂੰ ਡੀਲ ਕਰਦੀ ਇਹ ਇੰਟੈਲੀਜੈਂਸ ਪੋਲੀਟੀਕਲ ਕੰਮ ਵੀ ਕਰਦੀ ਹੈ ਜੀ ਇੰਟੈਲੀਜੈਂਸ ਦਾ ਜਿਹੜਾ ਮੁਖੀ ਹੁੰਦਾ ਉਹ ਬਹੁਤ ਵੱਡੀ ਪੋਜੀਸ਼ਨ 'ਤੇ ਹੁੰਦਾ ਉਹਨੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਜੋ ਘਟਨਾਕ੍ਰਮ ਵਾਪਰਨਾ ਸ਼ਾਮ ਨੂੰ ਵੀ ਬਰੀਫ ਕਰਨਾ ਸੀ ਸਵੇਰੇ ਵੀ ਕਰਨਾ ਬਿਰਕ ਸਾਹਿਬ ਬਾਰੇ ਇਹ ਕਹਿੰਦੇ ਕਿ ਬਿਰਕ ਸਾਹਿਬ ਜਿਹੜੇ ਹੈਗੇ ਪੁਲਿਸ ਦਾ ਕੰਮ ਤਾਂ ਸੀ ਨਾਲ ਦੀ ਨਾਲ ਉਹ ਪੋਲੀਟੀਕਲ ਕੰਮ ਵੀ ਕਰਦੇ ਸੀ ਅੱਛਾ ਉਹ ਅਮਰਿੰਦਰ ਸਿੰਘ ਹੋਰਾਂ ਨੂੰ ਉਸ ਵੇਲੇ ਦੀ ਰਾਜਨੀਤੀ ਦੇ ਨਾਲ ਜੁੜੀਆਂ ਸਾਰੀਆਂ ਗੱਲਾਂ ਦੱਸਦੇ ਸੀ ਉਹ ਇਹ ਵੀ ਦੱਸਦੇ ਸੀ ਕਿ ਅਗਲੀ ਚੋਣ ਜੇ ਤੁਸੀਂ ਜਿੱਤਣੀ ਹੈ ਤਾਂ ਤੁਹਾਡੇ ਕੈਂਡੀਡੇਟ ਕੌਣ ਕੌਣ ਹੋਣ ਜੀ ਪਰਚੀਆਂ ਪੁਰਚੀਆਂ ਦੀ ਗੱਲ ਵੀ ਚੱਲਦੀ ਸੀ ਫਿਰ ਇੱਕ ਜਿਹੜੀ ਵੱਡੀ ਗੱਲ ਸੀ ਕਿ ਉਸ ਟਾਈਮ ਦੇ ਵਿੱਚ ਇਹ ਸੀ ਕਿ 1-2 ਕਰੋੜ ਰੁਪਏ ਦੀ ਮਸ਼ੀਨ ਖਰੀਦੀ ਗਈ ਸੀ ਅੱਛਾ ਜੀ ਔਰ ਉਹ ਮਸ਼ੀਨ ਟੈਲੀਫੋਨ ਟੇਪ ਕਰਦੀ ਹੁੰਦੀ ਸੀ ਇਹ ਵੀ ਕਹਿੰਦੇ ਬੜਾ ਤੁਸੀਂ ਗੱਲ ਕੀ ਹੈ ਨਾ ਢਿੱਲੋ ਸਾਹਿਬ ਕਹਿੰਦੇ ਪੈਗਾਸਸ ਮਾਮਲਾ ਤਾਂ ਕਹਿੰਦੇ ਬੜਾ ਛੋਟਾ ਉਸ ਸੰਗ ਦੇ ਨਾਲ ਕਹਿੰਦੇ ਪੰਜਾਬ ਪੁਲਿਸ ਕੋਲੇ ਅਤੇ ਚੰਡੀਗੜ੍ਹ ਪੁਲਿਸ ਕੋਲੇ ਤਾਂ ਹਜੇ ਕਈ ਅਫਸਰਾਂ ਕੋਲੇ ਨਿੱਜੀ ਮਸ਼ੀਨਾਂ ਪਈਆਂ ਨੇ ਕਹਿੰਦੇ ਇੱਥੇ ਬਠਿੰਡੇ ਵੀ ਆ ਗਈ ਸੀ ਹਾਂ ਬਠਿੰਡੇ ਵੀ ਆ ਗਈ ਸੀ ਉਹ ਜਿਹੜੀ ਮਸ਼ੀਨ ਸੀਗੀ ਉਹ ਮਸ਼ੀਨ 2 ਕਰੋੜ ਰੁਪਏ ਦੀ ਮਸ਼ੀਨ ਸੀ ਜਿਸ ਲੋਕੈਲਿਟੀ ਦੇ ਵਿੱਚ ਉਹ ਮਸ਼ੀਨ ਲਾ ਦਿੰਦੇ ਸੀ ਉੱਥੋਂ ਦੀ ਸਾਰੀ ਗੱਲ ਜਿਹੜੀ ਹੈ ਚਲੀ ਜਾਂਦੀ ਸੀ ਸੁਮੇਧ ਸਿੰਘ ਸੈਣੀ ਕਿਉਂਕਿ ਸਰਕਾਰ ਨਾਲ ਖਫਾ ਸੀ ਔਰ ਉਸ ਵੇਲੇ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ਼ ਇੱਕ ਬਗਾਵਤ ਹੋਈ ਸੀ ਹਰਜਿੰਦਰ ਕੌਰ ਭੱਠਲ ਹੋਰਾਂ ਨੇ 35-40 MLA ਨੂੰ ਲੈ ਕੇ ਬਗਾਵਤ ਕੀਤੀ ਸੀ ਉਸ ਬਗਾਵਤ ਦੇ ਚੱਲਦਿਆਂ ਸੁਮੇਧ ਸਿੰਘ ਸੈਣੀ ਥੋੜ੍ਹਾ ਜਿਹਾ ਡੱਕਾ ਉੱਧਰ ਸੁੱਟਦੇ ਸੀ ਕਹਿੰਦੇ ਆ ਕਿ ਉਸ ਵੇਲੇ ਜਿਹੜੀ ਹੈਗੀ ਹੈ ਸਾਰੀ ਇਨਫੋਰਮੇਸ਼ਨ ਜਿਹੜੀ ਹੈ ਉਹ ਕੈਪਟਨ ਅਮਰਿੰਦਰ ਸਿੰਘ ਨੂੰ ਦਿੰਦੇ ਹੁੰਦੇ ਸੀ ਬਿਰਕ ਸਾਹਿਬ ਉੱਥੋਂ ਇਹਨਾਂ ਦਾ ਵਿਰੋਧ ਪੈਂਦਾ ਫਿਰ ਉਹ ਦੁਸ਼ਮਣੀ 'ਚ ਤਬਦੀਲ ਹੋ ਗਿਆ ਅਖੀਰ ਜਿਹੜੀ ਹੈ 2007 ਦੇ ਵਿੱਚ ਚੋਣਾਂ ਹੋ ਗਈਆਂ 2007 ਦੀਆਂ ਚੋਣਾਂ ਆਉਣ ਵੇਲੇ ਤੱਕ ਸੁਮੇਧ ਸਿੰਘ ਸੈਣੀ ਹੋਣੀ ਕਾਫ਼ੀ ਨੇੜੇ ਹੋ ਗਏ ਸੀ ਅਕਾਲੀ ਦਲ ਦੇ ਕਿਉਂਕਿ ਇੱਧਰ ਵੀ ਡੱਕਾ ਸਿੱਟਦਾ ਹੁਣ ਖਾਸ ਕਰਕੇ ਸੁਖਬੀਰ ਸਿੰਘ ਬਾਦਲ ਦੇ ਅਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਦੋਂ 2007 ਦੇ ਵਿੱਚ ਮੁੱਖ ਮੰਤਰੀ ਬਣਦੇ ਅਤੇ ਇਹਨਾਂ ਨੇ ਚੀਫ ਡਾਇਰੈਕਟਰ ਵਿਜੀਲੈਂਸ ਬਿਊਰੋ ਲਾਤਾ ਸੀ ਸੁਮੇਧ ਸਿੰਘ ਸੈਣੀ ਨੂੰ ਸੁਮੇਧ ਸਿੰਘ ਸੈਣੀ ਨੇ 2 ਕੰਮ ਕੀਤੇ ਹੈ ਜਿਹੜੇ ਕੰਮਾਂ ਨੂੰ ਲੋਕਾਂ ਨੇ ਚੰਗਾ ਨਹੀਂ ਸਮਝਿਆ ਇੱਕ ਕੰਮ ਤਾਂ ਇਹ ਕੀਤਾ ਕਿ SS ਬਿਰਕ ਦੇ ਨਾਲ ਦੁਸ਼ਮਣੀ ਪਗਾਈ SS ਬਿਰਕ ਨੂੰ ਬਾਦਲ ਪਰਿਵਾਰ ਵੀ ਚੰਗਾ ਨਹੀਂ ਸਮਝਦਾ ਸੀ ਅੱਛਾ ਹਾਲਾਂਕਿ ਜੇ ਆਪਾਂ ਦੇਖੀਏ ਤਾਂ SS ਬਿਰਕ ਦੇ ਜਿਹੜੇ ਇਲਾਜ ਆ ਉਹ ਮੁਕਤਸਰ ਹੈ ਅੱਛਾ ਭਾਈ ਕਾ ਪਰਿਵਾਰ ਉਹ ਇਹਨਾਂ ਦੇ ਵਿਆਹੇ ਹੋਏ ਭਾਈ ਸ਼ਮਿੰਦਰ ਸਿੰਘ ਹੋਣਾ ਦੇ ਭਾਈ ਕੁਕੂ ਹੋਰਾਂ ਅਮਨਦੀਪ ਹੋਰੇ ਇਕੱਠੇ ਜਿਹੜੇ SSP ਆ ਨਹੀਂ ਮਨਦੀਪ ਹੋਣੀ ਭਾਈ ਕੇ ਨਹੀਂ ਹੈ ਅੱਛਾ ਅੱਛਾ ਠੀਕ ਹੈ ਉਹ ਨਹੀਂ ਉਹ ਭਾਈ ਕੇ ਨਹੀਂ ਭਾਈ ਕੇ ਤੇ ਭਾਈ ਰਾਹੁਲ ਕੁਕੂ ਓਕੇ ਇਹਨਾਂ ਦੇ ਭਾਈ ਜਿਹੜਾ ਸੀ ਆਪਣਾ ਸ਼ਮਿੰਦਰ ਸਿੰਘ ਭਾਈ ਸ਼ਮਿੰਦਰ ਸਿੰਘ ਪਾਰਲੀਮੈਂਟ ਦੇ ਮੈਂਬਰ ਹੁੰਦੇ ਜੀ 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 ਉਹ ਬਾਦਲ ਪਰਿਵਾਰ ਦੇ ਬੜੇ ਨੇ ਭਾਈ ਹਰਨਰਪਾਲ ਸਿੰਘ ਕੁੱਕੂ ਵੀ ਤਾਂ ਅਕਾਲੀ ਦਲ ਦੇ ਕੈਂਡੀਡੇਟ ਰਹੇ ਉਹ ਵੀ ਨੇੜੇ ਰਹੇ ਬਾਦਲ ਸਾਹਿਬ ਦੇ ਇਹਦੇ ਨਾਲ ਸੀ ਪਰ ਕਿਉਂ ਕਿਉਂ ਕੈਪਟਨ ਸਾਹਿਬ ਦੇ ਨੇੜੇ ਹੋ ਗਏ ਸੀ ਇਸ ਕਰਕੇ ਬਾਦਲ ਪਰਿਵਾਰ ਵੀ ਚੰਗਾ ਨਹੀਂ ਸਮਝਦਾ ਸੀ ਉਹਨਾਂ ਨੂੰ ਤੇ ਸੁਮੇਧ ਸਿੰਘ ਸੈਣੀ ਨੇ ਵੀ ਆਪਣਾ ਦੋ ਹੱਥ ਕਰ ਰਹੇ ਸੀ ਤਾਂ ਹੋਇਆ ਇਹ ਕਿ ਪਹਿਲਾਂ ਤਾਂ ਇਹਨਾਂ ਨੇ ਜਿਹੜੀ ਆ ਸਰਕਾਰ ਨੇ ਸਸਪੈਂਡ ਕੀਤਾ ਸੀ SS ਬਿਰਕ ਜੀ ਉਸ ਸਸਪੈਂਸ਼ਨ ਦੇ ਖਿਲਾਫ਼ SS ਬਿਰਕ ਹੋਣੀ ਚਲੇ ਗਏ ਸੀ ਕੈਟ 'ਚ ਜੀ ਕੈਟ ਦੇ ਵਿੱਚ ਉਹਨਾਂ ਨੇ ਆਪਣੀ ਜਿਹੜੀ ਉਹ ਸਸਪੈਂਸ਼ਨ ਆ ਰਿਵੋਕ ਕਰਵਾ ਲਈ ਸੀ ਔਰ ਉਹ ਤੋਂ ਬਾਅਦ ਉਹ ਆਪਣੇ ਜਿਹੜੀ ਪੇਰੈਂਟ ਉਹਨਾਂ ਦਾ ਸਟੇਟ ਸੀ ਮਹਾਰਾਸ਼ਟਰ ਉੱਥੇ ਚਲੇ ਗਏ ਸੀ ਮਹਾਰਾਸ਼ਟਰ ਦੇ ਡੀ ਜੀ ਪੀ ਬਣ ਗਏ ਔਰ ਇਸੇ ਸਮੇਂ ਦੇ ਦੌਰਾਨ ਉਹਨਾਂ ਨੂੰ ਪੰਜਾਬ ਦੇ ਵਿੱਚ ਚੰਗੀਆਂ ਸਰਵਿਸ ਕਈਆਂ ਜੀ ਉਹਨਾਂ ਨੂੰ ਦੇ ਦਿੱਤਾ ਸੀਗਾ ਪਦਮ ਸ਼੍ਰੀ ਦਾ ਅਵਾਰਡ ਪਦਮ ਸ਼੍ਰੀ ਇੱਕ ਬੰਦਾ ਹੈ ਅਤੇ ਪਦਮ ਸ਼੍ਰੀ ਬੰਦਾ ਨਾਲ ਡੀ ਜੀ ਪੀ ਹੈ ਮਹਾਰਾਸ਼ਟਰ ਦਾ ਉਹ ਦਿੱਲੀ ਦੇ ਵਿੱਚ ਆਏ ਹੋਏ ਸੀ ਦਿੱਲੀ ਜਿੱਥੇ ਆਪਾਂ ਪੰਜਾਬ ਭਵਨ 'ਚ ਰੁਕਦੇ ਹੁੰਦੇ ਹਾਂ ਕਿ ਪੰਜਾਬ ਭਵਨ ਦੇ ਨਾਲ ਹਰਿਆਣਾ ਭਵਨ ਆ ਗਿਆ ਹਰਿਆਣਾ ਭਵਨ ਦੇ ਨਾਲ ਮਹਾਰਾਸ਼ਟਰ ਸਦਨ ਆ ਗਿਆ ਜੀ ਮਹਾਰਾਸ਼ਟਰ ਸਦਨ ਦੇ ਵਿੱਚੋਂ ਰੁਕੇ ਹੋਏ ਹੈ ਫਿਰ ਵਿਜੀਲੈਂਸ ਦੀ ਇੱਕ ਟੀਮ ਇੱਥੋਂ ਜਾਂਦੀ ਹੈ ਹਾਂਜੀ ਔਰ ਉਸ ਟੀਮ ਦੀ ਅਗਵਾਈ ਕੌਣ ਕਰਦਾ ਸ਼ਿਵ ਕੁਮਾਰ ਜੀ ਉਹੀ ਸ਼ਿਵ ਕੁਮਾਰ ਪਟਵਾਰੀ ਸਾਹਿਬ ਵਾਲਾ ਪਟਵਾਰੀ ਮੋਹਨ ਸਿੰਘ ਨੂੰ ਜਿਹਨੇ ਟੋਰਚਰ ਕੀਤਾ ਸੀ ਜਲੀਲ ਕੀਤਾ ਸੀ ਉਹ ਸ਼ਿਵ ਕੁਮਾਰ ਫਿਰ ਖਿੱਚ ਕੇ ਲੈ ਕੇ ਆਉਂਦਾ ਹੈ ਅਰੈਸਟ ਕਰਕੇ ਲੈ ਕੇ ਆਉਂਦਾ ਮੌਜੂਦਾ ਡੀ ਜੀ ਪੀ ਪਦਮ ਸ਼੍ਰੀ SS ਬਿਰਕ ਨੂੰ ਦਿੱਲੀ ਤੋਂ ਫੜ ਕੇ ਲਿਆ ਕੇ ਇੱਥੇ ਲੈ ਦਿਓ ਉਹਨਾਂ 'ਤੇ ਫਿਰ
ਸੋ ਕਈ ਵਾਰੀ ਹੁੰਦੀ ਹੈ ਕਦੇ ਆਪ ਦੀਆਂ ਕਦੇ ਬਾਪ ਦੀਆਂ। ਉਹ ਫਿਰ ਉਹੀ ਜਿਵੇਂ ਮਤਲਬ ਹੈ ਵੀ ਐਸ ਐਸ ਬਿਰਕ ਨੂੰ ਜਲੀਲ ਕੀਤਾ ਸੀ, ਉਹ ਤਸਵੀਰਾਂ ਵਾਇਰਲ ਕੀਤੀਆਂ ਕਰਨ, ਉਵੇਂ ਇਹ ਕੀਤਾ, ਉਹ ਵਾਇਰਲ ਕੀਤੀਆਂ, ਸਾਰਾ ਕੁਛ ਉਹ ਦਿਖਾਇਆ ਵਾ। ਲੇਕਿਨ ਇਹਦੇ 'ਚ ਜਿਹੜੀ ਹੈ, ਕਿਉਂਕਿ ਜਦੋਂ ਹਮਦਰਦੀ ਹੋ ਜਾਂਦੀ ਹੈ ਕਿਸੇ ਵੀ ਬੰਦੇ ਨੂੰ, ਆਪਾਂ ਜਦੋਂ ਅੰਦਰ ਕਰ ਦਈਏ ਉਹਦੇ ਨਾਲ ਲੋਕਾਂ ਦੀ ਹਮਦਰਦੀ ਹੋ ਜਾਂਦੀ ਹੈ। ਜਿਹੜੇ ਲੋਕਾਂ ਦੇ, ਚਲੋ ਜਿਹਨਾਂ ਦੇ ਕੋਈ ਪਿਆਰੇ, ਜਿਹਨਾਂ 'ਤੇ ਟੋਰਚਰ ਕੀਤਾ, ਕਿਸੇ ਨੂੰ ਮਾਰਿਆ ਵਗੈਰਾ, ਉਹ ਬੜੇ ਔਖੇ ਹੈ। ਔਰ ਮੈਂ ਤੁਹਾਨੂੰ ਇਹ ਵੀ ਦੱਸ ਦੇਵਾਂ ਕਿ ਅੱਜ ਕੱਲ੍ਹ ਇੱਕ ਚਰਚਾ 'ਚ ਬੜੀਆਂ ਵੀਡੀਓਸ ਆ ਰਹੀਆਂ ਮਿਸਟਰ ਪ੍ਰਦੀਪ ਸਿੰਘ ਬਿਰਕ ਦੀਆਂ। ਹਾਂਜੀ ਹਾਂ, ਪ੍ਰਦੀਪ ਸਿੰਘ ਬਿਰਕ ਐਸ ਐਸ ਬਿਰਕ ਦੇ ਸਪੁੱਤਰ ਨੇ ਬਿਲਕੁਲ। ਔਰ ਇਹ ਵੀ ਮੈਂ ਤੁਹਾਨੂੰ ਦੱਸਾਂ ਕਿ ਪ੍ਰਦੀਪ ਸਿੰਘ ਬਿਰਕ ਉਸ ਵੇਲੇ ਆਈ ਪੀ ਐਸ ਆਫਿਸਰ ਸੀ, ਆਈ ਪੀ ਐਸ ਸੀਗਾ, ਟ੍ਰੇਨਿੰਗ ਕਰਦੇ ਸੀ ਜਦੋਂ ਉਹਦੇ ਬਾਪ ਨੂੰ ਫੜਿਆ ਸੀ। ਔਰ ਉਹਨੇ ਫਿਰ ਇਸ ਕਰਕੇ ਕਿ ਮੈਂ ਇਹ ਜੇ ਮਹਿਕਮੇ 'ਚ ਲੈਣਾ ਕੀ ਹੈ, ਜਿਹੜਾ ਜਿਹੜਾ ਆਪਦੇ ਡੀ ਜੀ ਪੀ ਨੂੰ ਪ੍ਰੋਟੈਕਟ ਨਹੀਂ ਕਰ ਸਕਦਾ, ਜਿੱਥੇ ਉਹਦੇ ਡੀ ਜੀ ਪੀ ਨੂੰ ਜਲੀਲ ਕੀਤਾ ਜਾਂਦਾ, ਨੂੰ ਇਸ ਤਰ੍ਹਾਂ ਡਿਸਕਦੇ, ਉਹਨੇ ਆਈ ਪੀ ਐਸ ਆਫਿਸਰ ਤੋਂ ਅਸਤੀਫਾ ਦਿੱਤਾ ਸੀ, ਨਹੀਂ ਤਾਂ ਹੁਣ ਸ਼ਾਇਦ ਤੋਂ ਡੀ ਆਈ ਜੀ ਤੱਕ ਹੁੰਦਾ। ਅਸਤੀਫਾ ਦੇਣ ਤੋਂ ਬਾਅਦ ਉਹ ਬੰਦੇ ਨੇ ਆ ਕੇ ਪ੍ਰੈਕਟਿਸ ਸ਼ੁਰੂ ਕੀਤੀ। ਔਰ ਇਸ ਵੇਲੇ ਜਿਹੜੇ ਹੈਗੇ ਆ ਸੈਣੀ ਹੋਰਾਂ ਦੇ ਖਿਲਾਫ ਜਿਹੜੇ ਵਕੀਲ ਤਿਆਰੀਆਂ ਕਰਵਾਉਣ ਵਾਲੇ ਹੈ, ਉਹ ਹੈ ਜਾਂ ਜਦੋਂ ਵੀ ਕੋਈ ਇਸ ਕਿਸਮ ਦਾ ਮਾਮਲਾ ਹੁੰਦਾ ਹੈ, ਉਦੋਂ ਜਦੋਂ ਵਰਜਨ ਲੈਂਦੇ ਹੈ ਵਿਰੋਧੀ ਪੱਖ ਦਾ, ਜਾਂ ਇੱਕ ਵਕੀਲ ਦੇ ਤੌਰ ਦੇ ਉੱਤੇ, ਇੱਕ ਮਾਹਰ ਦੇ ਤੌਰ ਦੇ ਉੱਤੇ ਚੈਨਲਾਂ ਵਾਲੇ ਲੈਂਦੇ ਹੈ, ਤਾਂ ਉਹ ਪ੍ਰਦੀਪ ਸਿੰਘ ਬਿਰਕ ਦਾ ਲੈਂਦੇ ਹੈ। ਸੋ ਇਸ ਤਰ੍ਹਾਂ ਉਹਨਾਂ ਦੀ ਜਿਹੜੀ ਗ੍ਰਿਫਤਾਰੀ ਹੋਈ ਜੀ, ਅਤੇ ਇਉਂ ਉਹਨਾਂ ਦੀ ਰਿਹਾਈ ਹੋਈ। ਪਰ ਗੱਲ ਇੱਕ ਹੈ, ਜਿਵੇਂ ਕਹਿੰਦੇ ਹੁੰਦੇ ਨਾ ਵੀ ਬੰਦੇ ਨੂੰ ਜਿਵੇਂ ਯਾਦ ਹੈ ਕਿ ਜਿਸ ਰੱਖਣਾ ਚਾਹੀਦਾ ਕਿ ਜਿਸ ਬੰਦੇ ਨੇ ਜਨਮ ਲਿਆ ਉਹਨੇ ਕਦੇ ਮਰਨਾ ਵੀ, ਮਰਨਾ ਵੀ। ਮੇਰੇ ਇੱਕ ਸੱਜਣ ਸੀ ਦਾਨੇ ਵਾਲੀਆ ਸਾਹਿਬ, ਇੱਕ ਵਾਰੀ ਅਸੀਂ ਸ਼ਮਸ਼ਾਨ ਘਾਟ 'ਚ ਕਿਸੇ ਸੰਸਕਾਰ 'ਤੇ ਖਲੋਤੇ, ਬੜੀ ਕਹਿਰ ਦੀ ਮੌਤ ਹੋਈ, ਅਤੇ ਉੱਥੇ ਸਾਰਾ ਕੁਛ ਲੋਕ ਆਪਣੇ ਆਪ ਨੂੰ ਭੁੱਲ ਗਏ, ਸ਼ਮਸ਼ਾਨ 'ਚ ਖੜ੍ਹੇ ਸੀ, ਸ਼ਮਸ਼ਾਨ ਭੂਮੀ 'ਚ। ਉਹ ਮੇਰਾ ਸੱਜਣ ਖੜਾ ਖੜਾ ਬੜਾ ਜਿਹੜਾ ਗਹਿਰ ਗੰਭੀਰ ਹੋਇਆ ਵਾ ਜੀ। ਮੁੜ ਕੇ ਮੈਂ ਉਹਨੂੰ ਕਿਹਾ, ਮੈਂ ਯਾਰ ਚੱਲ ਪਾਣੀ, ਚਾਹ ਪਾਣੀ ਪੀ ਕੇ ਬਾਹਰ ਚਲੀਏ। ਸੰਸਕਾਰ ਤੋਂ ਬਾਅਦ ਅਸੀਂ ਬਾਹਰ ਆ ਕੇ ਠੰਡਾ ਪਾਣੀ ਪੀਤਾ ਅਤੇ ਚਾਹ ਪੀਣ ਲੱਗੇ। ਅਤੇ ਮੈਂ ਉਹਨੂੰ ਕਿਹਾ ਵੀ ਤੂੰ ਇੰਨਾ ਗਹਿਰ ਗੰਭੀਰ ਕਿਉਂ ਹੋ ਗਿਆ ਯਾਰ, ਮਾੜੀ ਗੱਲ ਹੈ, ਚਲੋ ਇਹ ਜਿਹੜਾ ਹੋਇਆ ਬੰਦੇ ਦੀ ਮੌਤ ਹੋ ਗਈ। ਉਹ ਮੈਨੂੰ ਕਹਿੰਦਾ ਯਾਰ ਮੈਨੂੰ ਅੱਜ ਕੱਲ੍ਹ ਦਾ ਇੱਕ ਤਾਂ ਅਹਿਸਾਸ ਹੋਇਆ। ਮੈਂ ਕੀ ਗੱਲ? ਕਹਿੰਦਾ ਵੀ ਘੱਟੋ ਘੱਟ 10 ਦਿਨਾਂ ਤੋਂ ਸ਼ਮਸ਼ਾਨ ਘਾਟ ਦੇ ਵਿੱਚ ਗੇੜਾ ਜ਼ਰੂਰ ਮਾਰ ਲੈਣਾ ਚਾਹੀਦਾ ਜੀ। ਮੈਂ ਕਿਹਾ ਵੀ ਕਿਉਂ ਮਾਰ ਲੈਣਾ ਚਾਹੀਦਾ? ਕਹਿੰਦਾ ਬੰਦਾ ਫਿਰ ਜਿਹੜਾ ਨਾ ਆਪਦੇ ਪੈਰਾਂ 'ਤੇ ਰਹਿੰਦਾ, ਪੈਰ ਨਹੀਂ ਛੱਡਦਾ। ਜਦੋਂ ਅਸੀਂ ਮਤਲਬ ਆ ਕੇ ਬਹਿ ਜਾਂਦੇ ਹਾਂ ਨਾ ਕਿਸੇ ਥਾਂ ਦੇ ਉੱਤੇ, ਔਰ ਉਦੋਂ ਅਸੀਂ ਸਮਝਦੇ ਹਾਂ ਕਿ ਹਮੇਸ਼ਾ ਹੀ ਇਹ ਦਿਨ ਰਹਿਣਗੇ। ਲੇਕਿਨ ਯਾਦ ਰੱਖਣਾ ਚਾਹੀਦਾ ਕਿ ਜੇ ਸੂਰਜ ਚੜ੍ਹਦਾ ਤਾਂ ਉਹਨੂੰ ਢਲਣਾ ਵੀ ਹੈ ਜੀ। ਜੇ ਅੱਜ ਆਪਾਂ ਤਾਕਤ ਦੇ ਵਿੱਚ ਹਾਂ, ਕੱਲ੍ਹ ਨੂੰ ਤਾਕਤ ਤੋਂ ਲੈਣਾ ਵੀ ਹੈ। ਜੇ ਅੱਜ ਆਪਾਂ ਕਿਸੇ ਨਾਲ ਧੱਕਾ ਕਰਦੇ ਹਾਂ, ਜਿਆਦਤੀ ਕਰਦੇ ਹਾਂ, ਕੱਲ੍ਹ ਨੂੰ ਆਪਾਂ ਨੂੰ ਧੱਕੇ ਅਤੇ ਜਿਆਦਤੀ ਦਾ ਸਾਹਮਣਾ ਵੀ ਕਰਨਾ ਪੈਣਾ ਜੀ। ਬਿਲਕੁਲ। ਪਰ ਹੁਣ ਢਿੱਲੋਂ ਸਾਹਿਬ, ਜਿਵੇਂ ਆਪਾਂ ਧੱਕਿਆਂ ਦੀ ਗੱਲ ਕਰਦੇ ਹਾਂ, ਹੋਰ ਕਰਦੇ ਹਾਂ, ਪਰ ਪ੍ਰਧਾਨ ਜੀ ਨੂੰ ਵੀ ਹੁਣ ਕਹਿੰਦੇ ਸਵਾਲ, ਜਿਵੇਂ ਤੁਸੀਂ ਵਿਰਕ ਸਾਹਿਬ ਦੇ ਮੁੰਡੇ ਨੇ ਕਿਹਾ ਵੀ ਸਵਾਲ ਜਵਾਬ ਤਿਆਰ ਕਰਦੇ, ਹੁਣ ਪ੍ਰਧਾਨ ਜੀ ਨੂੰ ਵੀ ਸਵਾਲਾਂ ਦਾ ਸਾਹਮਣਾ ਕਰਨਾ ਪੈ ਰਿਹਾ। ਦੇਖੋ, ਗੱਲ ਇਹ ਹੈ ਵੀ ਸਵਾਲਾਂ ਦਾ ਸਾਹਮਣਾ ਤਾਂ ਹਰ ਸਿਆਸਤਦਾਨ ਨੂੰ ਕਰਨਾ ਪੈ ਰਿਹਾ। ਪ੍ਰਧਾਨ ਇੱਕ ਨਹੀਂ, ਹੁਣ ਪ੍ਰਧਾਨ ਤਾਂ ਕਈ ਹੋ ਗਏ। ਪੰਜਾਬ ਦੇ 3 ਪ੍ਰਧਾਨ ਹੈ, 3 ਪੋਲੀਟੀਕਲ ਪਾਰਟੀਆਂ ਦੇ ਜਿਹੜੀਆਂ ਵੱਡੀਆਂ ਪਾਰਟੀਆਂ ਜਿਹੜੀਆਂ ਸੱਤਾ ਦੀਆਂ ਦਾਅਵੇਦਾਰ ਹੈ। ਮੌਜੂਦਾ ਕਾਂਗਰਸ ਪਾਰਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਹੈ, ਜਿਹੜੀ ਵਿਰੋਧੀ ਧਿਰ ਦੇ ਪ੍ਰਧਾਨ ਜਿਹੜੇ ਹੈਗੇ ਆ ਉਹ ਭਗਵੰਤ ਸਿੰਘ ਮਾਨ ਹੈ, ਔਰ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਹੈ। ਔਰ ਜੇ ਆਪਾਂ ਦੇਖੀਏ ਤਾਂ ਤਿੰਨਾਂ ਨੂੰ ਹੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਲੋਕ ਸਵਾਲ ਕਰਦੇ ਹੈ, ਕੁਝ ਆਹਮਣੇ ਸਾਹਮਣੇ ਕਰ ਲੈਂਦੇ ਹੈ, ਕੁਝ ਟਵੀਟਾਂ ਦੇ ਜ਼ਰੀਏ ਕਰ ਲੈਂਦੇ ਹੈ, ਇੱਕ ਨੇ ਟਵੀਟ ਕਰਤਾ ਫਿਰ ਲੋਕ ਉਹਦੇ ਉੱਤੇ ਆਪਣੇ ਕਮੈਂਟ ਦਿੰਦੇ, ਇਹ ਸਵਾਲਾਂ ਦੇ ਜਵਾਬ ਦੇਣੇ ਪੈਂਦੇ ਜੀ। ਔਰ ਇਹਦਾ ਵੱਡਾ ਕਾਰਨ ਇਹ ਹੈ ਕਿ ਜਿਹੜਾ ਕਿਸਾਨ ਅੰਦੋਲਨ ਚੱਲਦਾ, ਕਿਸਾਨ ਅੰਦੋਲਨ ਪ੍ਰਤੀ ਤੁਹਾਡੀ ਪਹੁੰਚ ਕੀ ਹੈ ਜੀ? ਕਿਸਾਨਾਂ ਦੇ ਖਿਲਾਫ਼ ਜਿਹੜੇ ਕਾਲੇ ਕਾਨੂੰਨ ਬਣੇ ਹੈ, ਇਹਨਾਂ ਦੇ ਖਿਲਾਫ਼ ਇਹਨਾਂ ਦੇ ਪ੍ਰਤੀ ਤੁਹਾਡੀ ਪਹੁੰਚ ਕੀ ਹੈ? ਲੋਕ ਇਹ ਸਵਾਲ ਪੁੱਛਦੇ ਜੀ। ਲੋਕ ਇਸ ਗੱਲ ਕਰਕੇ ਵੀ ਵਿਰੋਧ ਕਰਦੇ ਆ ਕਿ ਜਿੰਨੀ ਦੇਰ ਤੱਕ ਅੰਦੋਲਨ ਚੱਲਦਾ, ਉਨੀ ਦੇਰ ਤੱਕ ਜਿਹੜੀਆਂ ਪਿੰਡਾਂ ਦੇ ਵਿੱਚ ਰਾਜਨੀਤਿਕ ਸਰਗਰਮੀਆਂ ਨਹੀਂ ਹੋਣੀਆਂ ਚਾਹੀਦੀਆਂ। ਕਾਰਨ ਉਹਨਾਂ ਦਾ ਇਹ ਕਿ ਜਦੋਂ ਤੁਸੀਂ ਰਾਜਨੀਤਿਕ ਸਰਗਰਮੀਆਂ ਕਰੋਗੇ, ਜਿਹੜੀ ਹੁਣ ਯੂਨਿਟੀ ਬਣੀ ਹੈ ਜੀ ਜੀ ਪਿੰਡਾਂ ਦੇ ਲੋਕਾਂ ਦੀ, ਕਿਸਾਨਾਂ ਦੀ ਆਪਸੀ ਯੂਨਿਟੀ, ਫਿਰ ਕਿਸਾਨਾਂ ਦੀ ਅਤੇ ਖੇਤ ਮਜ਼ਦੂਰਾਂ ਦੀ, ਇੱਥੋਂ ਤੱਕ ਕਿ ਕਿਸਾਨਾਂ ਦੀ ਅਤੇ ਫਿਰ ਆੜ੍ਹਤੀਆਂ ਦੀ ਵੀ ਬਣੀ ਹੋਈ ਜੀ ਜੀ। ਇੱਕੋ ਭਾਈਚਾਰਾ ਬਣਿਆ ਬੈ, ਏਕਾ ਬਣਿਆ ਬੈ, ਉਹਨਾਂ ਨੂੰ ਇੱਕੋ ਚੀਜ਼ ਦੀ ਹੈ, ਮੱਖੀ ਦੀ ਅੱਖ, ਮੱਛੀ ਦੀ ਅੱਖ ਵਾਂਗੂ ਕਿ ਆਪਾਂ ਇਹ ਕਾਲੇ ਕਾਨੂੰਨ ਵਾਪਸ ਕਰਵਾਉਣੇ ਜੀ ਜੀ। ਅਤੇ ਉਹ ਕਾਲੇ ਕਾਨੂੰਨ ਵਾਪਸ ਕਰਵਾਉਣ ਵਾਸਤੇ ਜਦੋਂ ਲੋਕ ਇਕੱਠੇ ਹੋਏ ਤਾਂ ਉਹ ਕਹਿੰਦੇ ਵੀ ਜੇ ਤੁਸੀਂ ਇਸ ਤਰ੍ਹਾਂ ਕੀਤਾ ਕਿ ਇੱਥੇ ਆਪਣੀਆਂ ਪੋਲੀਟੀਕਲ ਸਰਗਰਮੀਆਂ ਸ਼ੁਰੂ ਕਰਤੀਆਂ ਤਾਂ ਅਕਾਲੀ ਦਲ ਵਾਲੇ ਪਾਸੇ ਚਲੇ ਜਾਣਗੇ ਜੀ ਜੀ, ਕਾਂਗਰਸ ਵਾਲੇ ਕਾਂਗਰਸ ਵਾਲੇ ਪਾਸੇ ਚਲੇ ਜਾਣਗੇ, ਆਪ ਵਾਲੇ ਪਾਸੇ ਚਲੇ ਜਾਣਗੇ, ਕਾਮਰੇਡਾਂ ਦਾ ਜਿਹੜਾ ਕੋਈ ਮਾੜਾ ਮੋਟਾ ਹੈਗਾ ਆਧਾਰ ਉਹ ਉੱਧਰ ਨੂੰ ਚਲੇ ਜਾਣਗੇ, ਅਤੇ ਲੋਕ ਦੁਬਾਰਾ ਫਿਰ ਵੰਡੇ ਜਾਣਗੇ। ਸੋਚ ਉਹਨਾਂ ਦੀ ਠੀਕ ਹੈ ਕਿ ਕਿਰਪਾ ਕਰਕੇ ਤੁਸੀਂ ਉਨੀ ਦੇਰ ਤੱਕ ਆਪਣੀਆਂ ਰਾਜਨੀਤਿਕ ਸਰਗਰਮੀਆਂ ਜਿਹੜੀਆਂ ਮੁਲਤਵੀ
ਪਰ ਉਹ ਕਿਉਂਕਿ ਹੁਣ ਸਿਆਸਤਦਾਨ ਕਿੱਥੇ ਰਹਿੰਦੇ ਆ ਇਸ ਵੇਲੇ ਤੁਹਾਨੂੰ ਪਤਾ ਵੀ ਅਜੇ ਚੋਣਾਂ 'ਚ ਤਾਂ ਭਾਵੇਂ ਰਹਿੰਦੇ ਆ 5-6 ਮਹੀਨੇ ਪਰ ਹਰ ਇੱਕ ਨੂੰ ਇਹ ਵੀ ਛੇਤੀ ਆਪਾਂ ਆਪਣਾ ਮਤਲਬ ਕਿਤੇ ਸੱਤਾ 'ਤੇ ਬਹਿ ਜਾਈਏ ਇਹ ਵੀ ਮੈਨੂੰ ਲੱਗਦਾ ਸੱਤਾ 'ਚ ਮੈਂ ਨਾਲੋ ਜੀ ਇਹਨਾਂ ਨੇ ਵੀ ਕੋਈ ਪੀ ਕੇ ਹਾਇਰ ਕੀਤਾ ਹੋਣਾ ਇੱਕ ਇਹੋ ਜਿਹਾ ਜਿਹੜਾ ਕਹਿੰਦਾ ਹੋਣਾ ਪਿੰਡਾਂ ਦੇ ਗਲੀਓ ਗਲੀ ਹੋ ਜਾਓ ਪਰ ਦੇ 100 ਬੰਦਾ ਨਾਰਾਜ਼ ਹੋਊਗਾ ਅਤੇ ਵਿੱਚੋਂ 5 ਨੂੰ ਵੀ ਮਿਲ ਲਏ ਤਾਂ ਵੀ ਸ਼ਾਇਦ ਉਹਨਾਂ ਦੇ ਮਨ ਮਿਹਰ ਪੈ ਜੇ ਆ ਮੇਰੇ ਖਿਆਲੋਂ ਕੀਤਾ ਪੀ ਕੇ ਕੋਨੂ ਗੋਲੂ ਪਿੰਡਾਂ ਦੇ ਵਿੱਚੋਂ ਜਾਣਾ ਸ਼ੁਰੂ ਕਰ ਦਿੱਤਾ ਪ੍ਰਧਾਨ ਜੀ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਇਹ ਫੈਸਲਾ ਕੀਤਾ ਕਿ ਮੈਂ 100 ਦਿਨ ਜਿਹੜਾ ਹੈਗਾ ਘਰੇ ਨਹੀਂ ਵੜਨਾ ਔਰ 100 ਦਿਨ ਮੈਂ ਪਿੰਡਾਂ ਦੇ ਵਿੱਚ ਹੀ ਰਹਿਣਾ ਅਤੇ ਮੈਂ ਇਕੱਲਾ ਪਿੰਡਾਂ ਦੇ ਵਿੱਚ ਇੱਕ ਥਾਂ ਰੈਲੀ ਨਹੀਂ ਕਰਨੀ ਜਾ ਕੇ ਰੈਲੀਆਂ ਕਰਨੀਆਂ ਵੱਖ ਵੱਖ ਥਾਵਾਂ 'ਤੇ ਜਾ ਕੇ ਰੈਲੀਆਂ ਕਰਨੀਆਂ ਉਹ ਰੈਲੀਆਂ ਦੇ ਚੱਕਰ ਦੇ ਵਿੱਚੋਂ ਜਾ ਰਹੇ ਅਤੇ ਕੱਲ੍ਹ ਕਿਸੇ ਪਿੰਡ ਦੇ ਵਿੱਚ ਗਏ ਸੀਗੇ ਇਲਾਕੇ 'ਚ ਗਏ ਸੀ ਮੇਰਾ ਖਿਆਲ ਗੁਰੂ ਹਰ ਸਾਹਿਬ ਦੇ ਇਲਾਕੇ ਦੇ ਵਿੱਚ ਗਏ ਸੀ ਔਰ ਕਿਸਾਨ ਫਿਰ ਉੱਥੇ ਇਕੱਠੇ ਹੋ ਕੇ ਆ ਗਏ ਉਹ ਕਹਿੰਦੇ ਜੀ ਸਾਡੇ ਸਵਾਲਾਂ ਦਾ ਜਵਾਬ ਦਿਓ ਅਸੀਂ ਤੁਹਾਡੇ ਨਾਲ ਜਾਂ ਤਾਂ ਸਵਾਲਾਂ ਦਾ ਜਵਾਬ ਦਿਓ ਇਹ ਉਹਨਾਂ ਦਾ ਫੈਸਲਾ ਹੈ ਕਿ ਜਿਵੇਂ ਬੀਜੇਪੀ ਵਾਲਿਆਂ ਨੂੰ ਤੰਗ ਕਰਨਾ ਪੋਲੀਟਿਕਲ ਜਿਹੜੇ ਵਿਰੋਧੀ ਧਿਰ ਵਾਲੇ ਉਹਨਾਂ ਨੂੰ ਉਵੇਂ ਤੰਗ ਨਹੀਂ ਕਰਨਾ ਵਿਰੋਧੀ ਧਿਰ ਵਾਲਿਆਂ ਨੂੰ ਸਵਾਲ ਪੁੱਛੋਗੇ ਤੁਹਾਡਾ ਇਹਦੇ ਪ੍ਰਤੀ ਨਜ਼ਰੀਆ ਕੀ ਹੈ ਅਤੇ ਉਹਨਾਂ ਨੇ ਆ ਕੇ ਸਵਾਲ ਕੀਤੇ ਵੀ ਦੱਸੋ ਪ੍ਰਧਾਨ ਜੀ ਤੁਹਾਡਾ ਨਜ਼ਰੀਆ ਕੀ ਹੈ ਫਿਰ ਪ੍ਰਧਾਨ ਜੀ ਕਹਿੰਦੇ ਵੀ ਅਸੀਂ ਕਿਸਾਨੀ ਕਾਨੂੰਨਾਂ ਦੇ ਹੱਕ ਵਿੱਚ ਹਾਂ ਉਹਨਾਂ ਨੇ ਪੁੱਛਿਆ ਵੀ ਪ੍ਰਧਾਨ ਜੀ ਤੁਸੀਂ ਕਿਵੇਂ ਹੱਕ ਦੇ ਵਿੱਚ ਉਹ ਕਹਿੰਦੇ ਜੀ ਅਸੀਂ ਅਸਤੀਫਾ ਦਿੱਤਾ ਸੀ ਉਹ ਕਹਿੰਦੇ ਜਦੋਂ 3 ਆਰਡੀਨੈਂਸ ਆਏ ਸੀ ਤੁਸੀਂ ਉਹਨਾਂ ਦੀ ਹਮਾਇਤ ਕੀਤੀ ਸੀ ਕਹਿੰਦੇ ਜੀ ਅਸੀਂ ਉਦੋਂ ਤਾਂ ਹਮਾਇਤ ਕੀਤੀ ਸੀ ਕਿਉਂਕਿ ਉਹਨਾਂ ਨੇ ਕਿਹਾ ਸੀ ਕਾਨੂੰਨ ਨਹੀਂ ਬਣਾਉਂਦੇ ਅਤੇ ਜਦੋਂ ਕਾਨੂੰਨ ਬਣਾਉਣ ਦੀ ਗੱਲ ਆਈ ਕਹਿੰਦੇ ਕਾਨੂੰਨ ਤਾਂ ਜਦੋਂ ਉਹਨਾਂ ਨੇ ਕਿਹਾ ਬੀਬਾ ਜੀ ਕੈਬਨਿਟ ਦੇ ਮੈਂਬਰ ਸੀ ਕਹਿੰਦੇ ਕੈਬਨਿਟ ਕਾਨੂੰਨ ਨਹੀਂ ਬਣਾਉਂਦੀ ਕਾਨੂੰਨ ਤਾਂ ਜਿਹੜੀ ਹੈਗੀ ਹੈ ਪਾਰਲੀਮੈਂਟ ਬਣਾਉਂਦੀ ਹੈ ਲੇਕਿਨ ਹਰ ਕਾਨੂੰਨ ਜਿਹੜਾ ਕੈਬਨਿਟ ਦੇ ਵਿੱਚ ਦੀ ਆਉਂਦਾ ਵਿੱਚ ਦੀ ਆਉਂਦਾ ਬਿਲਕੁਲ ਕੈਬਨਿਟ ਪਾਸ ਕਰੂਗੀ ਜਿਹੜੀ ਚੀਜ਼ ਉਹ ਅੱਗੇ ਆਊਗੀ ਕਹਿੰਦੇ ਜੀ ਅਸੀਂ ਇਸ ਕਰਕੇ ਵਿਰੋਧ ਕੀਤਾ ਸੀ ਅਤੇ ਕਿਸਾਨਾਂ ਨੇ ਫਿਰ ਅਗਲਾ ਸਵਾਲ ਕੱਢ ਲਿਆ ਉਹ ਕਹਿੰਦਾ ਜੀ ਤੁਹਾਥੋਂ ਲੈ ਕੇ ਵੱਡੇ ਬਾਦਲ ਸਾਹਿਬ ਅਤੇ ਬੀਬਾ ਜੀ ਤੱਕ ਸਾਰਿਆਂ ਨੇ ਤੁਸੀਂ ਸੋਸ਼ਲ ਮੀਡੀਆ ਦੇ ਉੱਤੇ ਇਲੈਕਟ੍ਰੋਨਿਕ ਮੀਡੀਆ ਦੇ ਉੱਤੇ ਪ੍ਰਿੰਟ ਮੀਡੀਆ ਦੇ ਉੱਤੇ ਇਹਨਾਂ ਕਾਨੂੰਨਾਂ ਦੇ ਹੱਕ ਵਿੱਚ ਤੁਸੀਂ ਬੋਲਦੇ ਇਹਦਾ ਤੁਸੀਂ ਜਵਾਬ ਦੇ ਦਿਓ ਫਿਰ ਉਹਨਾਂ ਨੇ ਨੌਕਰੀਆਂ ਬਾਰੇ ਪੁੱਛਿਆ ਜੀ ਤੁਸੀਂ ਨੌਕਰੀਆਂ ਕਿਵੇਂ ਦਿਓਗੇ ਸਾਡੇ ਕੋਲ ਤਾਂ ਜਿਹੜਾ ਹੈਗਾ ਪੈਸੇ ਹੀ ਨਹੀਂ ਹੈ ਪੈਸਾ ਸਾਡਾ ਇਹਨਾਂ ਜਿਹੜਾ ਹੈਗਾ ਤਨਖਾਹਾਂ ਦੇਣ ਦੀ ਤਾਂ ਪ੍ਰੋਬਲਮ ਹੋਈ ਪਈ ਜੀ ਜੀ ਇਹਦਾ ਵੀ ਕੋਈ ਜਵਾਬ ਨਹੀਂ ਪ੍ਰਧਾਨ ਜੀ ਨੂੰ ਤੀਜਾ ਫਿਰ ਉਹ ਗੱਲ ਕਹਿੰਦੇ ਜੀ ਤੁਸੀਂ ਕਹਿੰਦੇ ਅਸੀਂ ਭ੍ਰਿਸ਼ਟਾਚਾਰ ਖਤਮ ਕਰ ਦਿਆਂਗੇ ਹੁਣ ਸਾਨੂੰ ਭ੍ਰਿਸ਼ਟਾਚਾਰ ਤੁਸੀਂ ਕਿਹੜੇ ਤਰੀਕੇ ਨਾਲ ਖਤਮ ਕਰੋਗੇ ਇਹ ਦੱਸੋ ਉਹ ਕਹਿੰਦਾ ਉਹ ਤਾਂ ਨਹੀਂ ਹੁੰਦਾ ਫਿਰ ਤੋਂ ਉਹ ਕਹਿੰਦੇ ਜੀ ਭ੍ਰਿਸ਼ਟਾਚਾਰ ਤਾਂ ਪ੍ਰਧਾਨ ਜੀ ਕਹਿੰਦੇ ਵੀ ਹੋ ਹੀ ਨਹੀਂ ਸਕਦਾ ਇਹ ਘੱਟ ਜ਼ਰੂਰ ਸਕਦਾ ਹੈ ਜੀ ਕਹਿੰਦੇ ਵੀ ਇਹ ਭ੍ਰਿਸ਼ਟਾਚਾਰ ਫਿਰ ਉਦੋਂ ਖਤਮ ਹੋਊਗਾ ਜਦੋਂ ਸਾਰੇ ਕਾਸੇ ਦਾ ਕੰਪਿਊਟਰੀਕਰਨ ਕਰਤਾ ਲੋਕ ਆਨਲਾਈਨ ਹੀ ਸਾਰੀ ਗੱਲ ਕਰ ਲਿਆ ਕਰਨਗੇ ਕਹਿੰਦੇ ਮੈਂ ਬਣਾਏ ਸੀ ਜਿਹੜੇ ਉਹ ਪਿੰਡਾਂ ਦੇ ਵਿੱਚ ਸੇਵਾ ਕੇਂਦਰ ਬਣਾਏ ਸੀ ਸਾਰਾ ਕੁਛ ਆ ਪਰ ਉਹ ਕਾਂਗਰਸੀਆਂ ਨੇ ਆ ਕੇ ਬੰਦ ਕਰਤਾ ਇੱਥੇ ਆ ਕੇ ਪ੍ਰਧਾਨ ਜੀ ਫਿਰ ਫਸ ਗਏ ਇੱਥੇ ਫਸ ਗਏ ਕਿਉਂਕਿ ਜਿਹੜੇ ਉਹ ਬਣਾਏ ਸੀ ਨਾ ਸੁਵਿਧਾ ਕੇਂਦਰ ਸੁਵਿਧਾ ਕੇਂਦਰਾਂ ਨੂੰ ਲੋਕ ਉਸ ਜ਼ਮਾਨੇ ਦੇ ਵਿੱਚ ਦੁਵਿਧਾ ਕੇਂਦਰ ਕਹਿਣ ਲੱਗ ਪਏ ਅੱਜ ਵੀ ਦੁਵਿਧਾ ਕੇਂਦਰ ਕਹਿੰਦੇ ਮਤਲਬ ਉੱਥੇ ਤੁਸੀਂ ਦੇਖੋ ਕਿ ਅੱਗੇ ਆਪਾਂ ਫੀਸ ਭਰਦੇ ਅਸਲਾ ਲਾਇਸੈਂਸ ਇੱਕ ਤਾਂ ਭਰ ਦਿੰਦੇ ਇਹ ਤਾਂ ਇੱਕ ਤਾਂ ਭਰਦੇ ਮੇਰਾ ਖਿਆਲ 60 ਰੁਪਏ ਸੀ 3 ਸਾਲਾਂ ਦੀ 60 ਰੁਪਏ ਆਪਾਂ ਭਰਦੇ ਖਜ਼ਾਨੇ ਦੇ ਵਿੱਚ ਆਪਦੀ ਰਸੀਦ ਲੈਂਦੇ ਬੈਂਕ ਦੇ ਵਿੱਚੋਂ ਲਿਜਾ ਕੇ ਅਤੇ ਉਹਨੂੰ ਜਿਹੜਾ ਕਲਰਕ ਆ ਸੰਬੰਧਿਤ ਉਹਨੂੰ ਦਿਖਾਉਂਦੇ ਹਾਲ ਹੈ ਭਾਈ ਉਹ ਨੰਬਰ ਦੇਖ ਲੈਂਦਾ ਤੁਹਾਡਾ ਅਸਲੇ ਦਾ ਨੰਬਰ ਦੇਖ ਲੈਂਦਾ ਤੁਹਾਡਾ ਅਸਲੇ ਦਾ ਲਾਇਸੈਂਸ ਦਾ ਨੰਬਰ ਦੇਖ ਲੈਂਦਾ ਸਾਰਾ ਕੁਛ ਮਿਲਾਨ ਕਰਕੇ ਕਹਿੰਦਾ ਜੀ ਚਲੋ ਆਪਾਂ ADC ਨੂੰ ਦਿਖਾ ਦਿੰਦੇ ਹਾਂ ਜਾਂ ਜਿਹੜਾ ਸੰਬੰਧਿਤ ਅਧਿਕਾਰੀ ਜਿਹੜਾ ਡਿਪਿਊਟ ਕੀਤਾ ਹੁੰਦਾ ਡਿਸਟ੍ਰਿਕਟ ਮੈਜਿਸਟਰੇਟ ਨੇ ਉਹਨੂੰ ਦਿਖਾ ਕੇ ਉਹ ਕਹਿੰਦੇ ਆ ਲਓ ਜੀ ਰਸੀਦ ਮਹੀਨੇ ਨੂੰ ਲੈ ਜਾਓ ਆਪਦੀ ਤੁਹਾਡੀ ਚੜ ਜੂਗਾ ਉਹ ਸਾਰਾ ਕੁਛ ਉੱਥੇ ਹੋ ਜਾਂਦਾ ਸੀ 60 ਰੁਪਈਆਂ 60 ਰੁਪਈਆਂ 'ਚ ਹੁਣ ਕੀ ਹੋਇਆ ਹੁਣ 6000 'ਚ ਨਹੀਂ ਚੜਦਾ ਹੁਣ 6000 'ਚ ਨਹੀਂ ਚੜਦਾ ਹੁਣ ਕਹਿੰਦੇ ਜੀ ਜਿਹੜੀ ਤਾਂ ਪਹਿਲੀ ਗੱਲ ਤਾਂ ਜਦੋਂ ਸੁਵਿਧਾ ਸੈਂਟਰ ਜਾਓਗੇ ਉਹਨਾਂ ਦੀ ਫੀਸ ਹੈ ਜੀ ਉਹ ਦੱਸੋ ਐਵੇਂ ਹਾਥੀ ਬੰਨ ਉਹ ਹਾਥੀ ਉਹ 2-3 ਹਜ਼ਾਰ ਰੁਪਏ ਦੀ ਉਹ 2-2.5 ਹਜ਼ਾਰ ਦੀ ਉਹ ਹੋਗੀ ਫਿਰ ਕਹਿੰਦੇ ਜੀ ਤੁਹਾਡੀ ਜਿਹੜੀ ਹੈਗੀ ਹਰ ਵਾਰੀ ਵੈਰੀਫਿਕੇਸ਼ਨ ਹੋਣੀ ਹੈ ਠਾਣੇ ਜਾਊਗੀ ਫਿਰ 100-200 ਰੁਪਏ ਦੀ ਪਰਚੀ ਉੱਥੇ ਪੜਾਉਣੀ ਕਟਾਉਣੀ ਪੈਣੀ ਹੈ ਅੱਗੇ ਫਿਰ ਜਿਹੜਾ ਹੈਗਾ ਜਾਂਦਾ ਸੀ ਬੰਦਾ ਆਪਦੀ ਡਾਕਟਰ ਕੋਲ ਜਾ ਕੇ ਕਰਾਉਂਦਾ ਵੀ ਫਿਜ਼ੀਕਲੀ ਫਿੱਟ ਆ ਹੁਣ ਉਹ ਕਹਿੰਦੇ ਜੀ ਇੱਧਰ ਦੀ ਇੱਥੇ ਡਾਕਟਰ ਆਊਗਾ ਉਹਦੀ ਅੱਡ ਫੀਸ ਉਹਦੀ ਉਹ ਫਿਟਨੈਸ ਦੀ ਅੱਡ ਆ ਗਈ ਆ ਨਾਲ ਚੱਲ ਇੱਕ ਨਵੀਂ ਗੱਲ ਜੋੜਤੀ ਪੰਜਾਬ ਵਾਲਿਆਂ ਨੇ ਬਠਿੰਡੇ ਵਾਲਿਆਂ ਨੇ ਤਾਂ ਬਾਹਲੀ ਜੋੜਤੀ ਉਹ ਵੀ ਨਹੀਂ ਵੀ ਦੋ ਜੋੜਤੀਆਂ ਕਿਤੇ ਕੈਪਟਨ ਅਮਰਿੰਦਰ ਸਿੰਘ ਨੇ ਕਹਿਤਾ ਜੀ ਪਹਿਲਾਂ ਡੋਪ ਟੈਸਟ ਕਰਾਓ ਹੁਣ ਡੋਪ ਟੈਸਟ ਕਰਾਉਣ ਦੇ ਨਾਂ ਦੇ ਉੱਤੇ ਲੋਕਾਂ ਦੀ ਬੜੀ ਲੁੱਟ ਹੁੰਦੀ ਹੈ ਉਹਦੇ ਡੋਪ ਟੈਸਟ ਦੇ ਢਿੱਲੋ ਸਾਹਿਬ ਉਹਦੀ ਵੀ ਗੱਲ ਛੇੜ ਲਈਏ ਡੋਪ ਟੈਸਟ ਕਰਦਾ ਨਸ਼ੇ ਪੱਤੇ ਦਾ ਮੈਨੂੰ ਅੱਜ ਤੱਕ ਨਹੀਂ ਕਿਸੇ ਨੇ ਫੀਮ ਵੇਚ ਬੀਜ ਖਾ ਕੇ ਭੁੱਕੀ ਖਾ ਕੇ ਜਾਂ ਗੋਲੀ ਚਲਾਈ ਹੋਵੇ ਗੋਲੀ ਤਾਂ ਦਾਰੂ ਕਰਕੇ ਦਾਰੂ ਦਾ ਕਿਉਂ ਨਹੀਂ ਕਰਦੇ ਪੁੱਛਣ ਵਾਲੀ ਗੱਲ ਨਹੀਂ ਤੁਸੀਂ ਫੀਮ ਭੁੱਕੀ ਖਾਣ ਵਾਲੀ ਦੀ ਗੱਲ ਕਰ ਲਓ ਫੀਮ ਭੁੱਕੀ ਜਿਹੜੇ ਲੋਕ ਖਾਂਦੇ ਹੈ ਕਿੰਨੇ ਕਦੇ ਇਸ ਵੇਲੇ ਦੇ ਲਾਇਸੈਂਸ ਕੈਂਸਲ ਹੋ ਗਏ ਕਰਪਸ਼ਨ ਵੱਧ ਗਈ ਹੈ
ਜਿਹੜੇ ਪੁਲਿਸ ਵਾਲੇ ਨੇ ਜਿਹੜੇ ਰਿਟਾਇਰ ਪੁਲਿਸ ਵਾਲੇ ਉਹਨਾਂ ਨੂੰ ਤਾਂ ਖੈਰ ਉਹਨੂੰ ਛੋੜ ਦਿੱਤੀ। ਜੇ ਕੋਈ ਫੌਜੀ ਰਿਟਾਇਰ ਹੋਇਆ ਵੈ ਤੇ ਫੌਜੀ ਜਾਂਦਾ ਉਹਨੂੰ ਕਹਿੰਦੇ ਵੀ ਤੂੰ ਵੀ ਟ੍ਰੇਨਿੰਗ ਲੈ ਕੇ, ਜਿਹਨਾਂ ਨੇ ਲੜਾਈਆਂ ਲੜੀਆਂ ਵੀ ਉਹਨਾਂ ਨੂੰ ਵੀ ਕਹਿੰਦੇ ਟ੍ਰੇਨਿੰਗ ਦੇ, ਉਹਨਾਂ ਨੂੰ ਕਹਿੰਦੇ ਵੀ ਸਾਬਕਾ ਫੌਜੀ ਜਿਹੜਾ ਤੁਹਾਨੂੰ ਏਅਰ ਪਿਸਟਲ ਦੇ ਨਾਲ ਟ੍ਰੇਨਿੰਗ ਦੇਊ ਜਾਂ ਏਅਰ ਗੰਨ ਨਾਲ ਦੇਊ, ਉਹਨਾਂ ਦਾ ਲੋ ਇਹ ਸਾਰਾ ਕੁਛ ਹੁੰਦਾ। ਸੋ ਕੁੱਲ ਮਿਲਾ ਕੇ ਜਿਹੜੀ ਹੈਗੀ ਹੈ ਲੋਕਾਂ ਦੇ ਵਿੱਚ ਹੁਣ ਜਾਗਰਤੀ ਆਈ ਹੈ, ਲੋਕਾਂ ਦੇ ਵਿੱਚ ਚੇਤਨਤਾ ਆਈ ਹੈ, ਲੋਕ ਹੁਣ ਪੋਲੀਟੀਕਲ ਬੰਦਿਆਂ ਨੂੰ ਸੁੱਕੇ ਨਹੀਂ ਜਾਣਦੇ ਸਵਾਲ ਪੁੱਛਦੇ। ਜੀ ਜੀ, ਅਤੇ ਸਵਾਲ ਤਾਂ ਫਿਰ ਸਿੱਧੂ ਨੂੰ ਹੀ ਪੁੱਛਣ ਲੱਗ ਪਏ ਜੀ ਬੀਜੇਪੀ ਵਾਲੇ। ਬੀਜੇਪੀ ਵਾਲੇ ਜਿਹੜੇ ਸਵਾਲ ਪੁੱਛਦੇ ਆ ਨਾ, ਉਹ ਸਵਾਲ ਨਹੀਂ ਪੁੱਛਦੇ, ਅਸਲ ਦੇ ਵਿੱਚ ਬੀਜੇਪੀ ਵਾਲੇ ਆਪਣਾ ਇੱਕ ਏਜੰਡਾ ਤੈਅ ਕਰਦੇ। ਏਜੰਡਾ ਜਿਹੜਾ ਹੈਗਾ ਉਹਨਾਂ ਦਾ, ਕਿਉਂਕਿ ਉਹਨਾਂ ਨੂੰ ਅੰਨੀ ਦੇਸ਼ ਭਗਤੀ ਹੈ ਜੀ। ਅਸਲ ਦੇ ਵਿੱਚ ਇਹ ਹੈ ਕਿ ਸਰਦਾਰ ਨਵਜੋਤ ਸਿੰਘ ਸਿੱਧੂ ਨੇ ਜਦੋਂ ਟੇਕ ਓਵਰ ਕੀਤਾ, ਅਜੇ ਤੱਕ ਬਾਡੀ ਤਾਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਬਣੀ ਨਹੀਂ ਜੀ, ਜਦੋਂ ਉਹ ਪ੍ਰਧਾਨ ਥਾਪੇ ਗਏ ਉਹਨਾਂ ਦੇ ਨਾਲ ਚਾਰ ਵਰਕਿੰਗ ਪ੍ਰੈਜੀਡੈਂਟ ਲਾਤੇ ਸੀ। ਸਿੱਧੂ ਸਾਹਿਬ ਨੇ ਫਿਰ ਆਪਣੇ ਚਾਰ ਲਾ ਲਏ ਸੀਗੇ ਸਲਾਹਕਾਰ ਜੀ। ਉਹਨਾਂ ਸਲਾਹਕਾਰਾਂ ਦੇ ਵਿੱਚੋਂ ਇੱਕ ਸਲਾਹਕਾਰ ਤਾਂ ਜਿਹੜਾ ਮੁਹੰਮਦ ਮੁਸਤਫਾ, ਉਹ ਕਹਿੰਦਾ ਜੀ ਮੈਂ ਤਾਂ ਸਿਆਸਤ 'ਚ ਆਉਣਾ ਹੀ ਨਹੀਂ, ਮੈਂ ਸਿਆਸੀ ਕੰਮਾਂ 'ਚ ਦਖਲ ਨਹੀਂ ਦੇਣਾ। ਉਹਨੇ ਨਾ ਕਰਤੀ ਸੀ ਜੀ, ਪਹਿਲਾਂ ਨਾ ਕਰਤੀ, ਪਰ ਹੁਣ ਪਤਾ ਲੱਗਿਆ ਉਹ ਕਹਿੰਦਾ ਸੀ ਵੀ ਮੈਂ ਸਾਰਿਆਂ ਦੇ ਬਰਾਬਰ ਕਿਵੇਂ, ਮੈਂ ਤਾਂ ਵੱਡਾ ਵੱਡਾ। ਕੱਲ੍ਹ ਫਿਰ ਉਹਨੂੰ ਦੁਬਾਰਾ ਇੱਕ ਨਿਯੁਕਤੀ ਪੱਤਰ ਹੋਰ ਦਿੱਤਾ, ਉਹਨੂੰ ਕਹਿੰਦਾ ਚੀਫ ਸਟ੍ਰੈਟੇਜਿਕ ਐਡਵਾਈਜ਼ਰ। ਅੱਛਾ, ਨਵਾਂ ਤੱਕੀ ਜੋ ਘਰ ਦੇ ਲੱਡੂ, ਮਨੁੱਖ ਜਿਹੜਾ ਮੁੱਖ ਜਿਹੜਾ ਰਣਨੀਤੀਕਾਰ ਸਲਾਹਕਾਰ ਆ ਉਹ ਬਣਾਤਾ। ਨਾਲ ਇਹ ਗੱਲ ਕਹਿ ਦਿੱਤੀ ਕਿ ਉਹ ਬੰਦਾ ਜਿਹੜਾ ਹੈਗਾ ਜਿਹੜੀ ਆਲ ਇੰਡੀਆ ਕਾਂਗਰਸ ਕਮੇਟੀ ਹੈ ਉਹਦੇ ਨਾਲ ਕੋਆਰਡੀਨੇਟ ਕਰੂਗਾ ਪੰਜਾਬ ਕਾਂਗਰਸ ਕਮੇਟੀ ਵੱਲੋਂ। ਇੱਕ ਵੱਡੀ ਦਿੱਤੀ ਵੀ ਦਿੱਲੀ ਵਾਲੇ ਨਾਲ ਤਾਲਮੇਲ ਭਾਈ ਤੁਹਾਡਾ ਹੋਊ, ਗੱਡੀ 'ਚ ਬੈਠਾ ਰਿਹਾ ਮਤਲਬ। ਹਾਂ ਚਲੋ, ਜੋ ਵੀ ਹੈ, ਜਿਹੜੇ ਬਾਕੀ ਤਿੰਨ ਰਹਿ ਗਏ ਸੀ ਉਹਨਾਂ ਦੇ ਵਿੱਚੋਂ ਇੱਕ ਹੈਗੇ ਜੀ ਡਾਕਟਰ ਅਮਰ ਸਿੰਘ, ਉਹ ਪਾਰਲੀਮੈਂਟ ਦੇ ਮੈਂਬਰ ਆ ਫਤਿਹਗੜ੍ਹ ਸਾਹਿਬ ਤੋਂ ਜੀ। ਇਸੇ ਤਰ੍ਹਾਂ ਡਾਕਟਰ ਪਿਆਰੇ ਲਾਲ ਗਰਗ ਹੈ, ਸਾਬਕਾ ਉਹ ਰਜਿਸਟਰਾਰ ਹੈ ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ ਦੇ, ਅਤੇ ਤੀਸਰੇ ਹੈਗੇ ਆ ਮਾਲਵਿੰਦਰ ਸਿੰਘ ਮਾਲੀ ਜੀ। ਮਾਲਵਿੰਦਰ ਸਿੰਘ ਮਾਲੀ ਜਿਹੜਾ ਬੜਾ ਮਤਲਬ ਜਿਹੜਾ ਹੈ ਆਪਾਂ ਕਹਿ ਸਕਦੇ ਹਾਂ ਉਹ ਦਬੰਗ ਆਦਮੀ ਹੈ, ਉਹ ਜੋ ਉਹਦੇ ਅੰਦਰ ਹੈ ਉਹਦੀ ਜ਼ਬਾਨ 'ਤੇ ਹੈ ਜੀ। ਉਹ ਬੇਪਰਵਾਹ ਹੈ, ਕਿਸੇ ਦੀ ਉਹ ਪਰਵਾਹ ਨਹੀਂ ਕਰਦਾ, ਨਾ ਕਾਹੂੰ ਸੇ ਦੋਸਤੀ ਨਾ ਕਾਹੂੰ ਸੇ ਬੈਰ, ਕਿਸੇ ਨੂੰ ਉਹ ਬਖਸ਼ਦਾ ਨਹੀਂ। ਅੱਛਾ ਜੀ, ਚਾਹੇ ਕੋਈ ਅਕਾਲੀ ਹੈ, ਚਾਹੇ ਕੋਈ ਕਾਂਗਰਸੀ ਹੈ, ਚਾਹੇ ਰਿਹਾ ਸਾਰਿਆਂ ਨਾਲ ਹੀ ਹੈ। ਨਹੀਂ ਦੇਖੋ, ਗੱਲ ਹੈ ਵੀ ਉਹਨੇ ਆਪਣੀ ਜਿਹੜੀ ਹੈਗੀ ਹੈ ਰਾਜਨੀਤਿਕ ਜੀਵਨ ਜਿਹੜਾ ਕਰੀਏ ਵਿਦਿਆਰਥੀ ਜੀਵਨ ਤੋਂ ਸ਼ੁਰੂ ਕੀਤਾ ਸੀ। ਵਿਦਿਆਰਥੀ ਜੀਵਨ ਵੇਲੇ ਉਹ ਲੈਫਟ ਦੀ ਜਿਹੜੀ ਸੀਗੀ ਪੀ ਐੱਸ ਯੂ ਨਾਲੇ ਹੁੰਦੇ ਸੀਗੇ ਜੀ, ਪੰਜਾਬ ਸਟੂਡੈਂਟਸ ਯੂਨੀਅਨ ਬਠਿੰਡੇ ਦੇ ਰਜਿੰਦਰਾ ਕਾਲਜ ਦੇ ਵਿੱਚ ਹੀ ਉਹਨਾਂ ਦਾ ਦਾਖਲਾ ਹੁੰਦਾ ਸੀ, ਇੱਥੇ ਹੀ ਪੜ੍ਹਦੇ ਹੁੰਦੇ ਸੀਗੇ, ਮੈਂ ਉਦੋਂ ਦਾ ਜਾਣਦਾ ਉਹਨਾਂ ਨੂੰ। ਉਹ ਤੋਂ ਬਾਅਦ ਫਿਰ ਜਦੋਂ ਪੀ ਐੱਸ ਯੂ ਦੇ ਨਾਲ ਉਹਨਾਂ ਦੇ ਜੀ ਆਪਣੀ ਆਰਗਨਾਈਜੇਸ਼ਨ ਸੀ, ਉਹਨਾਂ ਦੀ ਪਾਰਟੀ ਸੀ, ਕਾਮਰੇਡਾਂ ਦੀ ਪਾਰਟੀ ਸੀ, ਮਤਭੇਦ ਆ ਗਏ, ਉਹ ਛੱਡ ਕੇ ਚਲੇ ਗਏ ਸੀ। ਬਾਅਦ ਦੇ ਵਿੱਚ ਉਹ ਜਥੇਦਾਰ ਗੁਰਚਰਨ ਸਿੰਘ ਟੌੜਾ ਹੋਰਾਂ ਨਾਲ ਚਲੇ ਗਏ ਸੀ ਜੀ, ਔਰ ਗੁਰਚਰਨ ਸਿੰਘ ਟੌੜਾ ਦੇ ਨਾਲ ਉਹਨਾਂ ਦਾ ਬਹੁਤ ਪ੍ਰੇਮ ਸੀਗਾ। ਟੌੜਾ ਸਾਹਿਬ ਨੇ ਉਹਨਾਂ ਨੂੰ ਕਿਤੇ ਕਿਸੇ ਇੰਸਟੀਚਿਊਟ ਦੇ ਵਿੱਚ ਨੌਕਰੀ ਵੀ ਦਵਾਤੀ ਸੀ, ਨੌਕਰੀ ਭਾਵੇਂ ਉਹ ਇੰਸਟੀਚਿਊਟ ਦੀ ਕਰਦੇ ਹੁੰਦੇ ਸੀ, ਲੇਕਿਨ ਕੰਮ ਉਹ ਟੌੜਾ ਸਾਹਿਬ ਦੇ ਨਾਲ ਮੀਡੀਆ ਦਾ ਹੀ ਕਰਦੇ ਹੁੰਦੇ ਸੀ ਜੀ। ਫਿਰ ਉਹ ਤੋਂ ਬਾਅਦ ਜਿਹੜੇ ਹੈਗੇ ਉਹ ਟੀਚਰ ਭਰਤੀ ਹੋ ਗਏ। ਟੀਚਰ ਭਰਤੀ ਹੋਣ ਤੋਂ ਬਾਅਦ ਜਿਹੜਾ ਕੈਪਟਨ ਅਮਰਿੰਦਰ ਸਿੰਘ ਦੇ ਮੀਡੀਆ ਐਡਵਾਈਜ਼ਰ ਪਰਤਿੰਦਰ ਸਿੰਘ ਚਾਹਲ ਹੁੰਦੇ ਸੀ, ਉਹ ਉਹਨਾਂ ਦੇ ਨਾਲ ਪੀ ਆਰ ਓ ਲਾ ਕੇ ਡੈਪੂਟੇਸ਼ਨ 'ਤੇ, ਐਜੂਕੇਸ਼ਨ ਡਿਪਾਰਟਮੈਂਟ ਤੋਂ ਡੈਪੂਟੇਸ਼ਨ 'ਤੇ ਲੈ ਕੇ ਉਹਨਾਂ ਨਾਲ ਲਾਤੇ। ਔਰ ਬਾਅਦ ਦੇ ਵਿੱਚ ਉਹ ਕਹਿੰਦੇ ਕਿ ਹਰਚਰਨ ਸਿੰਘ ਬੈਂਸ ਨਾਲ ਵੀ ਪੀ ਆਰ ਓ ਰਹੇ। ਅੱਛਾ, ਹਾਂ, ਉਹਦੇ ਵੀ ਆਪ ਹੀ ਦੱਸ ਕੇ ਗਏ ਸੀ। ਹਰਚਰਨ ਸਿੰਘ ਬੈਂਸ ਹੋਰੀ ਜਿਹੜੇ ਹੈਗੇ ਉਹ ਬਾਦਲ ਸਾਹਿਬ ਦੇ ਮੀਡੀਆ ਐਡਵਾਈਜ਼ਰ ਹੁੰਦੇ ਸੀ। ਸੋ ਹੁਣ ਉਹ ਜਿਹੜੇ ਹੈਗੇ ਰਿਟਾਇਰ ਹੋਣ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਬਹੁਤ ਐਕਟਿਵ ਹੈ, ਔਰ ਸੋਸ਼ਲ ਮੀਡੀਆ 'ਤੇ ਬਹੁਤ ਐਕਟਿਵ ਹੁੰਦਿਆਂ ਉਹਨਾਂ ਨੇ ਕਿਸਾਨ ਅੰਦੋਲਨ ਦੀ ਬਹੁਤ ਵੱਡੀ ਮਦਦ ਕੀਤੀ। ਅੱਛਾ ਜੀ, ਹਾਲਾਂਕਿ ਮੈਂ ਤੁਹਾਡੇ ਨਾਲ ਹੀ ਉਹਨਾਂ ਦੀ ਇੰਟਰਵਿਊ ਸੁਣੀ ਸੀ, ਵੀ ਉਹ ਤਾਂ ਜਾਣਦੇ ਵੀ ਨਹੀਂ ਸੀ। ਅਜਮੇਰ ਸਿੰਘ ਲੱਖੋਵਾਲ ਹੋਰਾਂ ਨਾਲ ਕਦੇ ਉਹਨਾਂ ਦਾ ਆਪਣੇ ਸਾਹਮਣੇ ਕਦੇ ਨਹੀਂ ਹੋਈ ਸੀ, ਲੇਕਿਨ ਇੱਕ ਚੰਗੀ ਪਹੁੰਚ ਅਪਣਾਈ ਵੀ ਹਾਂ ਠੀਕ ਹੈ ਯਾਰ ਕਿਸਾਨ ਅੰਦੋਲਨ ਚੱਲਦੇ ਆ, ਅਤੇ ਉਸ ਅੰਦੋਲਨ ਨੂੰ ਜਿਹੜੇ ਕੁਛ ਥੜਕਾਉਣ ਵਾਲੇ ਲੋਕ ਸੀ ਜੀ ਜੀ, ਉਹਨਾਂ ਥੜਕਾਉਣ ਵਾਲੇ ਲੋਕਾਂ ਨੂੰ ਜੇ ਸਭ ਤੋਂ ਜ਼ਿਆਦਾ ਕਿਸੇ ਨੇ ਮਤਲਬ ਵੀ ਲੰਮੇ ਹੱਥੀ ਲਿਆ ਤਾਂ ਉਹ ਮਾਲਵਿੰਦਰ ਮਾਲੀ ਸੀ। ਮਾਲਵਿੰਦਰ ਸਿੰਘ ਮਾਲੀ ਨੇ ਜਿਹੜੇ ਲੋਕ ਇਸ ਅੰਦੋਲਨ ਨੂੰ ਲੀਹੋਂ ਲਾਉਂਦੇ ਸੀ ਉਹਨਾਂ ਨੂੰ ਜਿਹੜਾ ਹੈਗਾ ਬਿਲਕੁਲ ਨਖੇੜ ਕੇ ਰੱਖਤਾ, ਉਹਨਾਂ ਨੂੰ ਐਕਸਪੋਜ਼ ਕਰਕੇ ਰੱਖਤਾ ਕਿ ਇਹ ਗਲਤ ਕੰਮ ਕਰਦੇ ਜੀ, ਔਰ ਇਹਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ। ਸ਼ੁਰੂ ਦੇ ਵਿੱਚ ਜਦੋਂ ਨਵਜੋਤ ਸਿੰਘ ਸਿੱਧੂ ਨੇ ਇੱਕ ਆਪਣਾ ਏਜੰਡਾ ਦਿੱਤਾ ਸਾਰਾ ਕੁਛ ਹੈ, ਅਤੇ ਉਹਨੂੰ ਵੀ ਜਾਪਿਆ ਕਿ ਇਹ ਏਜੰਡਾ ਜਿਹੜਾ ਪ੍ਰੋ ਪੰਜਾਬ ਹੈ, ਇਹ ਪੰਜਾਬ ਦੇ ਹੱਕ ਵਿੱਚ ਹੈ, ਅਤੇ ਉਹ ਵੀ ਉਹਨਾਂ ਦੇ ਨਾਲ ਚਲੇ ਗਏ ਜੀ। ਲੇਕਿਨ ਉਹਨਾਂ ਦਾ ਇਹ ਗੱਲ ਕਹਿਣਾ ਕਿ ਮੈਂ ਨਵਜੋਤ ਸਿੰਘ ਸਿੱਧੂ ਦਾ ਐਡਵਾਈਜ਼ਰ ਜ਼ਰੂਰ ਹਾਂ, ਮੈਨੂੰ ਇਹਨੇ ਐਡਵਾਈਜ਼ ਬਸ ਲੈਣ ਵਾਸਤੇ ਰੱਖਿਆ ਵੈ ਜੀ, ਮੈਂ ਕੋਈ ਤਨਖਾਹ ਨਹੀਂ ਲੈਣੀ, ਮੈਂ ਕਾਂਗਰਸ ਪਾਰਟੀ ਦਾ ਮੈਂਬਰ ਨਹੀਂ, ਮੈਂ ਕਾਂਗਰਸ ਪਾਰਟੀ ਦੀ ਕਿਸੇ ਮੀਟਿੰਗ ਦੇ ਵਿੱਚ ਨਹੀਂ ਜਾਣਾ। ਖਿਆਲ ਆਪੋ ਆਪਣੇ, ਉਹ ਕਹਿੰਦਾ ਮੈਂ ਆਜ਼ਾਦ ਬੰਦਾ, ਮੈਂ ਆਪਣੇ ਜਿਹੜੀ ਹੈਗੇ ਜੇ ਉੱਥੋਂ ਮੈਥੋਂ ਕੋਈ ਸਲਾਹ ਮੰਗੂਗਾ ਜੀ ਕਾਂਗਰਸ ਪਾਰਟੀ
अफगानिस्तान के मुद्दे के उत्ते भी वो अपने विचार खुल के पेश करते हैं। कांग्रेस पार्टी के अंदरले काटो कलेष के नाल नाल उहदी जो अप्रोच जिहड़ी हैगी है पंजाब के मुद्दे नूं लैके कैप्टन अमरिंदर सिंह प्रति उहदे ते भी उस डट के स्टैंड करते हैं। लेकिन हुण उन्होंने कहता कि कश्मीर जिहड़ा हैगा एक आजाद देश हुंदा सी जी, दुनिया की किहड़ी ताकत तो मुकरूगी, कोई नहीं मुकर सकता। 47 वेले जिहड़ा वाकई जिहड़ी हैगियां स्टेटां नूं आजाद छड़ता सी वो आजाद सी। वह कहता जी आजाद सी कश्मीरियों आत्म निर्णय का हक है और UNO के भी यह मामला गया सी। ये तो जी लाला करके लोग मगर पै गए, फिर उन्हें क्लैरीफिकेशन दी जी, क्लैरीफिकेशन देकर उन्हें सवालिया निशान खड़े किए। वो कहते जी कश्मीर एक अलग देश नहीं सी, जो महाराजा हरी सिंह ने कश्मीर के नाल कश्मीर का इंडिया नाल रलेवा किया है उस वेले फिर धारा 370 क्यों बनाई गई। जिन्हें बंदे कहता भी इस गल का विरोध करते दसन भी धारा 370 क्यों बनाई, बनी सी धारा 35 किवें पैदा हुई, संविधान के चेंजेस किवें हुई, संविधान से इन्होंने थां किवें दिता गया, एक सवाल वो खड़े करता है जी जी। कहता भी मैंने इन्हों जवाब दे दो। जितों तक आप माली की देखिए सिद्धांतक पोजिशन बिल्कुल ठीक है, ये कोई शक नहीं कि धारा 370 खत्म करने तो बाद कश्मीरियों के उत्ते जिवें तशद्दुद होया जी, जिवें कश्मीरियों एक किस्म का समझ लो भी तुसी सूबा रहती करता, यूनियन टैरिटरी बनाती, एक जम्मू कश्मीर नूं तोड़ के उहदे दो टुकड़े कर दिते। ये उत्ते जम्मू कश्मीर के लोग भी चलो जिहड़े हैगे अंदरों अंदर तां उह भी है दुखी, पर उन्हें अपने इंडिपेंडेंट व्यूज रखते। भारतीय जनता पार्टी नूं हुण एक मिल गया मुद्दा जी, एक कल्ला भारतीय जनता पार्टी नूं मिल गए, सारियां पोलीटिकल पार्टियां नूं मिल गए, आम आदमी पार्टी वाले भी खड़े हो गए, इधर प्रधान जी भी अकाली दल के वो भी खड़े हो गए, भारतीय जनता पार्टी वाले भी खड़े हो गए, तो नवजोत सिद्धू जी उन्होंने टारगेट कर लिया, भारतीय अपना आम आदमी पार्टी वाले तड़ाक बचड़ा कहें जी मैं चिट्ठी लिख दी नवजोत सिद्धू को, पूछते हैं भी तुम दसो जी नवजोत सिद्धू जी थोड़े एडवाइजर की बोलते हैं जी। भारतीय जनता पार्टी वाले कल अदनगे होके तो जी अमृतसर वाली कोठी है उत्थे पहुँच गए, वो रूलिंग पार्टी का प्रेजीडेंट है, पुलिस का उत्थे प्रबंध सी, फिर बैरी बुरी गेट तोड़न लगे उन्होंने, पुलिस वाले थोड़ा बहुत सख्ती की भजाते इतों, वो गल नहीं होने दी। नाल हुण प्रधान जी भी कहिंदे जी कहिंदे बहुत माड़ी गल हुई, ये तो जी जिहड़ा माली है जिहड़ा जिहड़ा जो कुछ माली बोलता तो प्रधान अपने नवजोत सिंह सिद्धू बोलते, टारगेट कर लिया सब ने, उन्होंने घेर लिया। पहली गल तो है कि बिना आपोजिशन कोई मुद्दा नहीं सी, बिना बनाया उन्होंने मुद्दा मिल गया जी जी। दूजी गल है कि जो उन्हें पहले ही क्लीयर किया हो मैं अपनी गल कहूँगा, मैं आपकी गल कह तो नहीं हटता। अच्छा कांग्रेस पार्टी के अंदर राजकुमार बेरका भी बोली जाता सी भी जी माली जी नहीं बोलना चाहिए या सिद्धू साहब को चाहिए कि उन्होंने रोक दे वगैरह वगैरह, पर जी जे बंद ने आपकी गल को लुको के नहीं रखी, वो अपने विचार का प्रगटावा करते करते रहन दो। हाँ जे थानू ज़्यादा चंगा लगता ये तो वह देखे भी उन्हें की करना, पर अगली गल है बी वो जो हम कल फिर दोबारा बन गया मुहम्मद मुस्तफा हाँ जी, इतने आके थोड़ी जी कंट्रडक्शन फिर पैदा होंगे। अच्छा कि एक पास तो तुम जी है सिख भाईचारे को विनोवर करने की कोशिश कर रहे हो और सुमैद सिंह सैनी के खिलाफ सोशल मीडिया से जो कुछ आ रहा है जी ये तो भी बंदे मारने वाला सी जी, ना सिखा का नसल कुशी करती जो करती वाह करती, तो जिस वे सुमैद सिंह सैनी SSP होंगे सी उस वे मुहम्मद मुस्तफा भी हों जी जी, वह ट्रैक रिकॉर्ड जो ह्यूमन राइट्स लैके कि बड़ा वधिया वो कि बड़ा वधिया, इस करके मतलब कई गल्ला इहो जिहियां ये थोड़ा जिहा जिहड़ा हैगा एडवाइजर बनाउण तों पहलां बंदे दे विचार की है सोच लेना चाहिए, देख लेना चाहिए या स्पष्ट कर देना चाहिए। एक नवजोत सिंह सिद्धू जी स्पष्ट कर देन कि वो दे विचार आप दे, मैं जिस काम वास्ते लिया जो मैं कोई काम लूँगा भाई मैं बोलूँगा तो मैनू कह दो। तो टिल्लो साहब फिर एक पंजाब सरकार ने स्पैशल लीव पटीशन दाखिल की कि मामले की है जी कोटकपुरा तो बहबल कला कांड। अच्छा ये स्पैशल लीव पटीशन दायर करना मतलब ये है कि जिहड़ा बहबल कला कांड ते कोटकपुरा कांड असल तो कोटकपुरा कांड है उहदी स्पैशल इन्वेस्टिगेशन टीम बनी सी कंवर विजय प्रताप सिंह की अगवाई हेठली जी, एक पुलिस कर्मचारी ने पटीशन दायर करती, वह ना पुलिस कर्मचारी का सी असल दे विच फोर्सेस मगरों कोई होर सी जी, उन्हें कहा सी जी भी ये मैनू गलत किया वा, लेकिन उन्होंने वो SIT भंग करती, SIT वालों दायर की जिहड़ियां सारियां चार शीटां सी वो खत्म करतीयां ते नाल दिशा निर्देश तय करती कि नवी SIT किस तरह का की कुछ करूगी जी, जे नवी SIT उस जजमेंट के मुताबिक चलती है तो मेरे ख्याल भी कुछ भी नहीं कर सकती, जिहड़ियां हाथ है ने बन दिते हुण क्योंकि 18 नुकाती प्रोग्राम भी आ गया, चोणां भी नेड़े आ गईयां और सरकार ने अपना दिखाउणा भावें सरकार ने नवी SIT बनाती आपदा काम करी जांदी है जी, लेकिन जिहड़ी पली लई है इहदे च पली इहदे च बड़ी कानूनी लई है जी, कि जिहड़ी उपरली कोर्ट है जदों केस 2 कोर्ट हो गया अदालत चलान पेश हो गया और ट्रायल शुरू हो गई चलती ट्रायल दे विच उपरली अदालत इंटरफीयर नहीं कर सकती जी, इत्थे वो कहिंदे भी हाई कोर्ट ने अपनियां हद्दां उलंघ गए,
ਹਾਈ ਕੋਰਟ ਤੋਂ ਇੱਕ ਬੰਦਾ ਰਿਲੀਫ ਮੰਗਦਾ ਜਿਨ੍ਹਾਂ ਨੇ ਰਿਲੀਫ ਨਹੀਂ ਸੀ ਮੰਗੀ ਜੀ, ਰਿਲੀਫ ਉਹਨਾਂ ਨੂੰ ਵੀ ਦੇਤੀ, ਉਹਨਾਂ ਨੂੰ ਵੀ ਦੇਤੀ ਰਿਲੀਫ। ਉਹਦੇ ਵਿੱਚ ਸੁਖਬੀਰ ਸਿੰਘ ਬਾਦਲ ਦਾ ਵੀ ਕਹਿੰਦੇ ਕੋਈ ਕਸੂਰ ਨਹੀਂ। ਬਾਦਲ ਸਾਹਿਬ ਵੱਡੇ ਬਾਦਲ ਸਾਹਿਬ ਨੇ ਜੇ ਕਹਿੰਦੇ ਡੀ ਜੀ ਪੀ ਸਮੈਤ ਸਿੰਘ ਸੈਣੀ ਨਾਲ ਗੱਲ ਕਰ ਲਈ ਤਾਂ ਉਹਨਾਂ ਦਾ ਕੀ ਕਸੂਰ, ਉਹਨਾਂ ਦਾ ਕੀ ਕਸੂਰ ਹੈ? ਉਹ ਕਹਿੰਦੇ ਵੀ ਉੱਧਰ ਹੈ ਤਾਂ ਚਾਹੇ ਉੱਧਰ ਹੈ, ਦੋਨਾਂ ਥਾਵਾਂ 'ਤੇ ਜਦੋਂ ਮਤਲਬ ਜਿਹੜੇ ਹੈਗੇ ਹੈ ਲਾਅ ਐਂਡ ਆਰਡਰ ਦੀ ਪ੍ਰੋਬਲਮ ਆਉਂਦੀ ਹੈ ਤਾਂ ਟੈਲੀਫੋਨ 'ਤੇ ਇੱਕ ਦੂਜੇ ਨਾਲ ਗੱਲ ਕਰ ਲੈਂਦੇ। ਔਰ ਇਹ ਮੇਰੇ ਖਿਆਲ ਮੁਤਾਬਕ ਐਸ ਐਲ ਪੀ ਹੋਣੀ ਚਾਹੀਦੀ ਸੀ, ਕਿਉਂਕਿ ਜਿਹੜੀ ਜਿਹੜੀ ਇਨਵੈਸਟੀਗੇਸ਼ਨ ਕਰਨੀ ਹੈ ਨਾ ਨਵੀਂ ਐਸ ਆਈ ਟੀ ਨੇ, ਜੀ ਜੀ, ਉਸ ਇਨਵੈਸਟੀਗੇਸ਼ਨ ਦੇ ਵਿੱਚ ਉਹਨਾਂ ਦੀਆਂ ਬਾਹਾਂ ਬੰਨੀਆਂ ਜਾਣ ਉਹ ਖੁਲਵਾਉਣ। ਕਈ ਲੋਕ ਇਹ ਕਹਿੰਦੇ ਕਿ ਫਿਰ ਪਹਿਲਾਂ ਅਪੀਲ ਕਿਉਂ ਨਹੀਂ ਕੀਤੀ? ਜੇ ਪਹਿਲਾਂ ਅਪੀਲ ਕਰਦੇ ਤਾਂ ਪਤਾ ਨਹੀਂ ਇਹ ਅਪੀਲ ਕਦੋਂ ਤੱਕ ਅਪੀਲ ਕਰੂੰ ਜਾਂ ਐਸ ਐਲ ਪੀ ਪਤਾ ਨਹੀਂ ਕਦੋਂ ਤੱਕ ਚੱਲੂਗੀ, ਉਨੀ ਦੇਰ ਤੱਕ ਕੀ ਹੋਣਾ ਕਿ ਜਿਹੜੀ ਇਹ ਹੈ ਜਿਹੜੀ ਇਹ ਫਿਰ ਇਹ ਐਸ ਆਈ ਟੀ ਵੀ ਅਰਥ ਹੋ ਜਾਣੀ ਸੀ, ਜੀ ਜੀ, ਐਸ ਆਈ ਟੀ ਫਿਰ ਬਣਾਉਣ ਦੀ ਲੋੜ ਨਹੀਂ ਪੈਣੀ ਸੀਗੀ ਜੇ ਤੁਸੀਂ ਕਰਦੇ ਐਸ ਆਈ ਟੀ ਬਣਾ ਕੇ ਜਿਹੜੀ ਪੀ ਆਈ ਐਲ ਪਾਈ ਹੈ, ਇਹ ਪੀ ਆਈ ਐਲ ਸਿਰਫ ਅਤੇ ਸਿਰਫ ਇਹ ਪਾਈ ਹੈ ਕਿ ਟ੍ਰਾਇਲ ਸ਼ੁਰੂ ਹੋਣ ਤੋਂ ਬਾਅਦ ਜਿਹੜੀ ਹੈ ਉਹ ਨਹੀਂ ਇਸ ਤਰ੍ਹਾਂ ਕਰ ਸਕਦੇ। ਹਾਂ, ਜੇ ਰਿਲੀਫ ਮਿਲ ਗਈ ਠੀਕ ਹੈ, ਜੇ ਨਾ ਰਿਲੀਫ ਮਿਲੀ ਤਾਂ ਐਸ ਆਈ ਟੀ ਆਪਦਾ ਕੰਮ ਕਰੀ ਜਾਂਦੀ ਹੈ। ਪਰ ਮੇਰੇ ਖਿਆਲ ਮੁਤਾਬਕ ਹੈ ਕਿ ਜਿਹੜੀਆਂ ਬੇਲੋੜੀਆਂ ਟਿੱਪਣੀਆਂ ਜਾਂ ਬੇਲੋੜੀਆਂ ਜਿਹੜੀਆਂ ਹਦਾਇਤਾਂ ਕੀਤੀਆਂ ਇਹ ਜੱਜਮੈਂਟ ਦੇ ਵਿੱਚ, ਜੀ, ਇਹ ਸ਼ਾਇਦ ਇਹਨਾਂ 'ਚ ਸੁਧਾਰ ਹੋ ਜਾਵੇ, ਕਿਉਂਕਿ ਉੱਪਰਲੀ ਅਦਾਲਤ ਜਿਹੜੀ ਹੈ ਹੋਰ ਹਿਸਾਬ ਨਾਲ ਕੰਮ ਕਰਦੀ ਹੈ, ਇਸ ਲਈ ਹੋਰ ਕਰਦੀ ਹੈ। ਜੀ, ਸੋ ਬਹੁਤ ਬਹੁਤ ਸ਼ੁਕਰੀਆ ਢਿੱਲੋਂ ਸਾਹਿਬ, ਮਿਹਰਬਾਨੀ। ਸੋ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਸੀਂ ਇਸੇ ਤਰ੍ਹਾਂ ਜੁੜੇ ਰਹੋ, ਰੇਡੀਓ ਪੰਜਾਬ ਟੁਡੇ ਦੇ ਪ੍ਰੋਗਰਾਮ ਬਾਅਦ ਦਸਤੂਰ ਇਸੇ ਤਰ੍ਹਾਂ ਜਾਰੀ ਰਹਿਣਗੇ। ਸੋ ਫਿਲਹਾਲ ਇੱਕ ਬ੍ਰੇਕ, ਬ੍ਰੇਕ ਤੋਂ ਬਾਅਦ ਫਿਰ ਹਾਜ਼ਰ ਹੁੰਦੇ। ਕ੍ਰੈਡਿਟ ਕਾਰਡ ਦੇ ਜ਼ਰੀਏ ਸਾਨੂੰ ਮਹੀਨਾਵਾਰ $10-20 ਜਿੰਨਾ ਭੇਜਣਾ ਚਾਹੁੰਦੇ ਭੇਜ ਦਿਓ। ਬਾਕੀ ਐਡਵਰਟੀਜ਼ਮੈਂਟਸ ਦੇ ਲਈ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ 9164410-6068 'ਤੇ। ਸੋ ਫਿਲਹਾਲ ਇੱਕ ਬ੍ਰੇਕ ਦਾ